ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰਾਂ ਦੇ ਪੋਡਕਾਸਟ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਦੇ ਪੋਡਕਾਸਟ 'ਚ ਤੁਸੀਂ ਥੰਬਨੇਲ ਤਾਂ ਦੇਖ ਹੀ ਲਿਆ ਹੋਣਾ ਕਿ ਸਾਡੇ ਨਾਲ ਕੌਣ ਹੋਣਾ ਹੈ। ਤੁਸੀਂ ਬਾਈ ਨੂੰ ਜਾਣਦੇ ਹੀ ਹੋ, ਕੈਂਬੀ ਰਾਜਪੁਰੀਆ ਬਾਈ ਦਾ ਨਾਂ ਆ ਅਤੇ ਬਾਈ ਕੋ ਅੱਜ ਸਵਾਲ ਕਰਾਂਗੇ ਮਿਊਜ਼ਿਕ ਇੰਡਸਟਰੀ ਬਾਰੇ, ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਬਾਰੇ। ਅਤੇ ਉਸ ਤੋਂ ਬਾਅਦ ਇੱਕ ਹੋਰ ਬਾਈ ਵੀ ਪੋਡਕਾਸਟ 'ਚ ਐਡ ਹੋਊਗਾ ਜਿਹੜੇ ਬਾਈ ਦੇ ਨਾਂ 4 ਵਰਲਡ ਰਿਕਾਰਡ ਨੇ। ਸੋ ਸਾਰੀਆਂ ਗੱਲਾਂ ਪਤਾ ਕਰਾਂਗੇ, ਪਰ ਪਹਿਲਾਂ ਮੈਂ ਚਾਹੁੰਦਾ ਕਿ ਦੋਵੇਂ ਭਰਾਵਾਂ ਨੂੰ, ਇਟਲੀ ਵਾਲਾ ਭਰਾ ਵੀ ਆਪਣੇ ਨਾਲ ਹੈ, ਕਿ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਅਤੇ ਉਸ ਤੋਂ ਬਾਅਦ ਸ਼ੁਰੂ ਕਰੀਏ ਅੱਜ ਦਾ ਆਪਾਂ ਪੋਡਕਾਸਟ। ਸਭ ਤੋਂ ਪਹਿਲਾਂ ਕੈਂਬੀ ਭਾਅ ਜੀ ਸਤਿ ਸ਼੍ਰੀ ਅਕਾਲ ਬੁਲਾਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਖੱਟਾ ਮਿੱਠਾ ਅਤੇ ਕੌੜਾ ਇਹ ਕੱਟ ਦਿਓ। ਠੀਕ ਹੈ ਠੀਕ ਹੈ, ਕੋਈ ਨਾ ਕੱਟ ਕਰ ਦਾਂਗੇ। ਬਰਾ ਤੁਹਾਡਾ ਤੁਹਾਡਾ ਨਹੀਂ ਭਾਵੇਂ ਪਾ ਦਿਓ ਯਾਰ, ਫਨੀ ਯਾਰ, ਥੋੜ੍ਹਾ ਜਿਹਾ ਫਨੀ ਰੱਖਣਾ ਕੰਮ, ਪਾ ਤੁਸੀਂ ਫਨੀ ਬੰਦੇ ਆ। ਹਾਂ ਬਿਲਕੁਲ ਬਿਲਕੁਲ, ਨਾ ਨਾ ਆਪਾਂ ਕੋਈ ਸੀਰੀਅਸ ਨਹੀਂ ਰੱਖਣੀ, ਇਹ ਲਾਈਟ ਹੋਵੇਗੀ ਇੰਟਰਵਿਊ। ਭਾਵੇਂ ਵਿੱਚ ਫੋਨ ਆਉਂਦਾ ਕਿ ਇਹਦੇ ਪਿੱਛੇ ਆਵਾਜ਼ ਆ ਰਹੀ, ਕੋਈ ਮੰਮੀ ਆਵਾਜ਼ ਮਾਰ ਰਹੀ, ਸਬਜ਼ੀ ਵੇਚਣ ਵਾਲਾ ਆ ਗਿਆ, ਸਾਰਾ ਕੁਝ ਇਹ ਵਿੱਚ ਪਾ ਦੇਣਾ। ਸਹੀ ਆ। ਇਟਲੀ ਵਾਲੇ ਭਾਈ ਤੁਹਾਡੀ ਸਤਿ ਸ਼੍ਰੀ ਅਕਾਲ ਰਹਿ ਗਈ, ਤੁਹਾਡੀ ਸਤਿ ਸ਼੍ਰੀ ਅਕਾਲ ਰਹਿ ਗਈ ਇਟਲੀ ਵਾਲੇ ਭਾਜੀ। ਤੁਸੀਂ ਕੈਂਬੀ ਭਾਈ ਬੁਲਾਉਣਗੇ, ਤੁਸੀਂ ਨਹੀਂ ਬੁਲਾਈ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਜਿਹੜੇ ਪੋਡਕਾਸਟ 'ਚ ਮਹਿਮਾਨ ਆਏ ਨੇ ਨਾ, ਬੜੇ ਖਤਰਨਾਕ ਨੇ ਯਾਰ। ਇੱਕ ਨੇ ਨਾਸਾ ਵਾਲੇ ਨੂੰ ਚੈਲੇਂਜ ਕਰਤਾ ਅਤੇ ਇੱਕ ਨੇ ਚੀਨ ਵਾਲਿਆਂ ਨੂੰ ਚੈਲੇਂਜ ਕਰਤਾ, ਵੇਖ ਲਓ ਇਹ ਬੰਦੇ ਮਾੜੇ ਮੋਟੇ ਨਹੀਂ ਹੈ। ਸਭ ਤੋਂ ਪਹਿਲਾਂ ਨਾਸਾ 'ਤੇ ਆਈਏ। ਹਾਂਜੀ, ਇਹ ਅੱਛਾ, ਮੈਂ ਤੁਹਾਡਾ ਭਰਾਵਾਂ ਦਾ ਧੰਨਵਾਦ। ਤੁਸੀਂ ਇੱਕ ਵਾਰ ਇੱਕ ਰਿਕੁਐਸਟ 'ਤੇ ਤੁਸੀਂ ਆਪਣੇ ਨਾਲ ਪੋਡਕਾਸਟ ਕਰ ਰਹੇ ਹੋ, ਕਿਉਂਕਿ ਜ਼ਰੂਰੀ ਸੀ ਇਹ। ਆਪਾਂ ਵਧੀਆ ਚੀਜ਼ ਅੱਗੇ ਲਿਆਉਣੀ ਸੀਗੀ ਅਤੇ ਮੈਨੂੰ ਸੀ ਜਿੱਥੋਂ ਵੀ ਆਪਾਂ ਵੱਧ ਤੋਂ ਵੱਧ ਕਰ ਸਕਦੇ ਹਾਂ ਇਹਨੂੰ ਹਾਈਲਾਈਟ ਚੀਜ਼ ਨੂੰ। ਸੋ ਥੈਂਕ ਯੂ ਭਰਾ ਤੁਹਾਡਾ ਦੋਵਾਂ ਦਾ। ਨਹੀਂ ਨਹੀਂ ਕੋਈ ਨਹੀਂ ਕੈਂਬੀ ਵੀਰੇ, ਥੈਂਕ ਯੂ ਤੁਹਾਡਾ, ਕਿਉਂਕਿ ਸਾਨੂੰ ਬਲੀਵ ਨਹੀਂ ਹੋ ਰਿਹਾ ਕਿ ਕੈਂਬੀ ਰਾਜਪੁਰੀ ਜਿਹਦਾ ਬੱਚਾ ਮੈਂ ਕਹਿੰਦਾ ਕਿਹੜਾ ਬੰਦਾ ਜਿੰਨੇ ਪਰਦੇਸੀ ਜਿੰਨੇ ਗਾਣਾ ਨਹੀਂ ਲਾਇਆ ਹੋਣਾ ਨਾਸਾ ਤੂੰ ਚੈਲੇਂਜ ਹੈ। ਕੈਂਬੀ ਬਾਈ ਨਾਲ ਮੇਰੀ ਇੱਕ ਹੋਰ ਸਟੋਰੀ ਆ। ਕੈਂਬੀ ਬਾਈ ਉਹ ਕਾਲਜ ਪੜ੍ਹਿਆ ਇੱਥੇ ਕੈਨੇਡਾ 'ਚ, ਮੇਰਾ ਭਰਾ ਉਹ ਤੋਂ ਇੱਕ ਸਾਲ ਛੋਟ, ਮਤਲਬ ਕਿ ਇੱਕ ਸਮੈਸਟਰ ਪਿੱਛੇ ਸੀ ਕੈਂਬੀ ਬਾਈ ਤੋਂ। ਬਾਈ ਕੈਂਬਰੀਅਨ ਕਾਲਜ ਹੀ ਹੈ ਨਾ ਬਾਈ ਤੁਹਾਡਾ ਬ੍ਰੈਂਪਟਨ 'ਚ, ਕੈਂਬਰੀਅਨ ਕਾਲਜ ਸੀਗਾ ਨਾ। ਹਾਂ, ਅਤੇ ਉਹ ਮੇਰਾ ਭਰਾ ਜਦੋਂ ਨਵਾਂ ਨਵਾਂ ਕੈਨੇਡਾ ਆਇਆ ਤਾਂ ਹੁਣ ਮੈਂ ਤਾਂ ਉਦੋਂ ਇੰਡੀਆ ਸੀ, 10ਵੀਂ 'ਚ ਪੜ੍ਹਦਾ ਹੁੰਦਾ ਸੀ ਅਤੇ ਮੈਨੂੰ ਦੱਸਿਆ ਕਰਨਾ ਯਾਰ ਕੈਂਬੀ ਮੇਰੇ ਤੋਂ ਇੱਕ ਸਮੈਸਟਰ ਅੱਗੇ ਆ, ਮੁੰਡਾ ਜਦੋਂ ਗਾਣੇ ਗੁਣੇ ਆਉਂਦੇ ਆ ਤਾਂ ਮੈਂ ਬੜਾ ਸੁਣਦਾ ਸੀ ਕੈਂਬੀ ਨੂੰ। ਮੈਂ ਕਹਿੰਦਾ ਯਾਰ ਕਿਆ ਲਾਈਫ ਸਟਾਈਲ ਆ ਮੁੰਡੇ ਦੀ, ਕੈਨੇਡਾ 'ਚ ਰਹਿੰਦਾ, ਸਟੈਂਡਰਡ ਕਰਕੇ ਗਾਣੇ ਕੱਢਦਾ, ਕਦੇ ਗਾਣੇ ਕੱਢਦਾ, ਤੇਰੇ ਕੋਲ ਗੱਡੀ ਆ ਚੈਲੇਂਜਰ ਨਹੀਂ। ਅਤੇ ਭਰਾਵਾ ਵਧੀਆ, ਅੱਜ ਬਹੁਤ ਵਧੀਆ ਫੀਲ ਹੋ ਰਿਹਾ ਕਿ ਬਾਈ ਨਾਲ ਬਹਿ ਕੇ ਪੋਡਕਾਸਟ ਕਰ ਰਹੇ ਹਾਂ। ਚਲੋ ਬਾਬੇ ਦੀ ਮਿਹਰ, ਤੁਹਾਡਾ ਭਰਾਵਾਂ ਦਾ, ਸਾਰਿਆਂ ਦਾ ਪਿਆਰ ਆ ਵੀ ਇੰਨੇ ਜੋਗੇ ਹੋਏ ਆਪਾਂ। ਕਿਆ ਇਹ ਆਪਣਾ ਨਾ ਇਹ ਕੈਂਬੀ ਵੀਰੇ, ਮੈਨੂੰ ਨਾ ਪਹਿਲਾਂ ਲੱਗਦਾ ਹੁੰਦਾ ਸੀ ਇੱਕ ਰਾਜਪੁਰਾ ਪਤਾ ਹਰਿਆਣੇ 'ਚ ਵੀ ਪੈਂਦਾ। ਹਾਂਜੀ, ਮੈਨੂੰ ਲੱਗਦਾ ਕੈਂਬੀ ਅਰੇ ਰਾਜਪੁਰੇ ਉਹ ਹਰਿਆਣੇ ਵਾਲਾ, ਅਤੇ ਅੱਜ ਮੈਂ ਰੀਸਰਚ ਦੇ ਦੌਰਾਨ ਪਤਾ ਲੱਗਾ ਕੈਂਬੀ ਵੀਰੇ ਤੂੰ ਤਾਂ ਮੇਰਾ ਗਵਾਂਢੀ ਹੈ। ਤੁਹਾਡਾ ਕਿਹੜਾ ਪਿੰਡ ਆ? ਮੇਰਾ ਮਕੇਰੀਆਂ, ਆਪਾਂ ਹੁਸ਼ਿਆਰਪੁਰ ਹੀ ਆ ਵਾਂ ਯਾਰ, ਆਪਾਂ ਤਾਂ ਹੁਸ਼ਿਆਰਪੁਰ ਹੀ ਆ ਯਾਰ। ਹਾਂ, ਮੈਂ ਤਾਂ ਕਿਆ ਬਾਤ ਹੈ, ਹੁਣ ਪਤਾ ਲੱਗਾ ਨਹੀਂ ਵਧੀਆ। ਇਹ ਨਾ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਵੀ ਨਾ ਪਟਿਆਲੇ ਤੋਂ ਬਹੁਤ ਜ਼ਿਆਦਾ ਫੈਨ ਫੋਲੋਇੰਗ ਜੁੜ ਗਈ ਸੀਗੀ, ਉਹਨਾਂ ਨੂੰ ਵੀ ਇਹੀ ਲੱਗਦਾ ਸੀ ਪਟਿਆਲੇ ਵਾਲਾ ਰਾਜਪੁਰਾ ਆ। ਉਹ ਮੈਨੂੰ ਕਹਿਣ, ਅਸੀਂ ਤੇਰੇ ਘਰ ਦੇ ਨੇੜੇ ਰਹਿੰਦੇ ਹਾਂ, ਮੈਂ ਵੀ ਨਹੀਂ ਕਦੀ ਦੱਸਿਆ। ਮੈਂ ਕਿਹਾ ਹੁਣ ਜੇ ਇੰਨਾ ਪਿਆਰ ਕਰਦੇ ਇਹਨਾਂ ਨੂੰ ਕਿਉਂ ਦੱਸਣਾ, ਮੈਂ ਦੱਸਿਆ ਹੀ ਨਹੀਂ ਵਾਲਿਆਂ ਨੂੰ, ਪਤਾ ਹੀ ਨਹੀਂ। ਨਹੀਂ ਨਹੀਂ ਇਹ ਰਾਜਪੁਰਾ ਹੈ ਭਾਈਆਂ ਵਾਲਾ ਜਿਹੜਾ ਹੁਸ਼ਿਆਰਪੁਰ, ਰਾਜਪੁਰ ਭਾਈਆਂ, ਹਾਂ, ਫਗਵਾੜੇ ਰੋਡ 'ਤੇ ਹੁਸ਼ਿਆਰਪੁਰ। ਹਾਂਜੀ ਬਿਲਕੁਲ ਬਿਲਕੁਲ। ਅੱਛਾ ਕੈਂਬੀ ਵੀਰੇ, ਤੁਸੀਂ ਮੈਨੂੰ ਪਤਾ ਬਚਪਨ 'ਚ ਤੁਹਾਨੂੰ ਸ਼ੌਂਕ ਸੀ ਹੈ ਨਾ ਗਾਣ ਦਾ, ਫੁੱਟਬਾਲ ਦਾ ਵੀ ਤੁਹਾਨੂੰ ਸ਼ੌਂਕ ਰਿਹਾ। ਤੁਸੀਂ ਜਦੋਂ ਕੈਨੇਡਾ ਗਏ ਉਹ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਕੈਨੇਡਾ ਗਏ ਅਤੇ ਕਿਹੜੇ ਸਾਲ 'ਚ ਗਏ? ਪਲੱਸ ਟੂ ਕਰਕੇ ਚਲ ਗਿਆ ਸੀ ਮੈਂ ਕੈਨੇਡਾ। ਪਲੱਸ ਟੂ, ਉਹੀ 17-18 ਸਾਲ ਉਮਰ ਹੋਣੀ ਹੈ ਨਾ। ਬਸ ਹਾਂਜੀ, ਠੀਕ। ਕਿਹੜੇ ਸਾਲ 'ਚ ਬਈ, ਕਿਹੜੇ ਸਾਲ 'ਚ ਆਏ ਤੁਸੀਂ? 2011 ਸਟਾਰਟਿੰਗ, ਅਤੇ ਇਹ ਜਨਵਰੀ। ਤੁਸੀਂ ਮੈਨੂੰ, ਕਿਉਂਕਿ ਮੈਨੂੰ ਪਤਾ ਤੁਸੀਂ ਫੁੱਟਬਾਲ ਦੇ ਬੜੇ ਸੋਹਣੇ ਪਲੇਅਰ ਸੀ, ਅਤੇ ਤੁਸੀਂ ਫੁੱਟਬਾਲ ਲਾਈਨ ਨੂੰ ਕਿਉਂ ਨਹੀਂ ਚੁਣਿਆ, ਤੁਸੀਂ ਸਿੰਗਿੰਗ ਲਾਈਨ ਨੂੰ ਕਿਉਂ ਚੁਣਿਆ? ਫੁੱਟਬਾਲ ਲਾਈਨ ਇੱਦਾਂ ਆ ਕਿ ਫੁੱਟਬਾਲ ਲਾਈਨ ਤੋਂ ਹੀ ਸਟਾਰਟ ਕਰਿਆ ਮੈਂ ਸਾਰਾ ਕੁਛ। ਅੱਛਾ। ਕੈਨੇਡਾ ਜਾ ਕੇ ਨਾ ਮੈਂ LA ਟਰੱਕ ਲਿਊਬ 'ਤੇ ਕੰਮ ਕਰਦਾ ਹੁੰਦਾ ਸੀ, ਟਰੱਕ ਵਾਸ਼ ਦਾ, ਟਰੱਕ ਲਿਊਬ ਦਾ ਸਭ ਤੋਂ ਜ਼ਿਆਦਾ ਕੰਮ ਮੈਂ ਟਰੱਕਾਂ ਦਾ ਉਹ ਕੀਤਾ, ਓਇਲ ਚੇਂਜ ਦਾ ਅਤੇ ਵਾਸ਼ ਦਾ। ਉੱਥੇ ਹੱਦ ਤੋਂ ਵੱਧ ਕੰਮ ਕਰਿਆ, 40-40 ਘੰਟੇ ਲਗਾਤਾਰ, ਅਤੇ ਜਦੋਂ ਬ੍ਰੇਕ ਹੁੰਦੀ ਸੀ ਇੱਦਾਂ ਹੀ ਮੈਂ, ਅਸੀਂ ਬ੍ਰੇਕ 'ਤੇ ਆ ਕੇ ਅੰਦਰ ਆਪਣੇ ਏਰੀਏ ਦੇ ਵਿੱਚ ਚਾਹ ਚੂਹ ਪੀ ਰਿਹਾ ਸੀ ਮੈਂ, ਅਤੇ ਨਿਊਜ਼ ਪੇਪਰ ਮੈਨੂੰ ਥੋੜ੍ਹਾ ਜਿਹਾ ਹੈ, ਮੈਂ ਪੜ੍ਹਨ ਲੱਗ ਜਾਂਦਾ ਕਈ ਵਾਰੀ, ਹੈ ਥੋੜ੍ਹਾ ਜਿਹਾ ਰੁਝਾਨ ਇੱਧਰ ਨੂੰ। ਅਤੇ ਉਹਨਾਂ ਮੈਂ ਨਿਊਜ਼ ਪੇਪਰ ਚੱਕਿਆ, ਉਹਦੇ 'ਤੇ ਥੱਲੇ ਐਡ ਆਈ ਸੀ ਸਿੱਖ ਸਪੋਰਟਸ ਕਲੱਬ ਫੁੱਟਬਾਲ ਦਾ, ਅਤੇ ਮੇਰੇ ਉਹ ਚੀਜ਼, ਮੈਂ ਕਨੈਕਟਡ ਸੀਗਾ ਫੁੱਟਬਾਲ ਨਾਲ, ਮੈਂ ਕਿਹਾ ਯਾਰ ਵੀ ਮੈਂ ਇੱਥੇ ਵੀ ਗੇਮ ਕਰਨੀ ਆ, ਮੈਨੂੰ ਤਾਂ ਹਰਾ ਲੱਭ ਗਿਆ ਹੈ ਨਾ ਵੀ ਮੈਂ ਖੇਲਣਾ ਆ।
ਮੈਂ ਉਹਨਾਂ ਨੂੰ ਫੋਨ ਫਾਨ ਕਰਿਆ, ਉਹ ਬੰਦੇ ਕੁਦਰਤੀ ਆਪਣੇ ਨਵੇਂ ਸ਼ਹਿਰ ਦੇ ਹੀ ਸੀਗੇ, ਜਿਹੜੇ ਚਾਰ ਜਣੇ ਇੱਦਾਂ ਰਲ ਕੇ ਕਰਾ ਰਹੇ ਸੀ, ਉਹਨਾਂ 'ਚੋਂ ਦੋ ਬੰਦੇ ਤਿੰਨ ਬੰਦੇ ਆਪਣੇ ਏਰੀਏ ਦੇ ਸੀ। ਅਤੇ ਫਿਰ ਮੈਂ ਉਹਨਾਂ ਨਾਲ ਕਨੈਕਟ ਹੋਇਆ, ਮੈਂ ਉੱਥੇ ਜਾਣ ਲੱਗਾ, ਉਹਨਾਂ ਨੇ ਮੈਨੂੰ ਟਰਾਇਲ ਟਰੂਲ ਲਏ, ਉਹਨਾਂ ਨੇ ਦੇਖਿਆ ਵੀ ਚਲੋ ਨੌਲੇਜ ਹੈਗੀ ਆ ਮੁੰਡੇ ਨੂੰ ਕਰਦਾ, ਜਿੰਨਾ ਵੀ ਉਹਨਾਂ ਨੂੰ ਲੱਗਾ ਹੈ ਨਾ। ਉਹਨਾਂ ਨੇ ਮੈਨੂੰ ਬੱਚਿਆਂ ਦੀ ਕੋਚਿੰਗ 'ਤੇ ਕੋਚ ਰੱਖ ਲਿਆ। ਅੱਛਾ, ਪੈਸੇ ਤਾਂ ਨਹੀਂ ਸੀ ਮਿਲ ਰਹੇ, ਬਟ ਮੇਰੇ ਲਈ ਇੱਕ ਸ਼ੌਂਕ ਸੀਗਾ ਕਿ ਹਾਂ ਯਾਰ ਵੀ ਮੈਂ ਫੁੱਟਬਾਲ ਨਾਲ ਫੇਰ ਕਨੈਕਟ ਹੋ ਗਿਆ। ਅਤੇ ਉਹਦੀ ਨਾ ਕਲੱਬ ਦੀ ਪਾਰਟੀ ਹੁੰਦੀ ਜਿੱਦਾਂ ਹਰ ਸਾਲ, ਉਹਨਾਂ ਉਸ ਪਾਰਟੀ ਦੇ ਵਿੱਚ ਬੱਚੇ ਆਉਂਦੇ, ਉਹਨਾਂ ਦੀ ਫੈਮਿਲੀ ਆਉਂਦੀ ਆ, ਉਹ ਚਿੱਲ ਕਰਦੇ ਪੂਰਾ, ਉੱਥੇ ਪਾਰਟੀ ਕਰਦੇ ਆ, ਰੇਸਾਂ ਕਰਾਉਂਦੇ ਆ, ਐਨ ਪ੍ਰੋਪਰ ਮਾਹੌਲ ਹੁੰਦਾ ਪਿਕਨਿਕ ਵਾਲਾ। ਅਤੇ ਮੈਂ ਉੱਥੇ ਗਿਆ ਹੋਇਆ ਸੀਗਾ, ਉਹਨਾਂ ਨਾਲ ਇੱਦਾਂ ਹੀ ਸਾਰਿਆਂ ਨਾਲ ਮਿੱਤਰਤਾ ਪੈ ਗਈ ਹੈ ਨਾ, ਕੋਚਾਂ ਨਾਲ, ਉਹ ਵਧੀਆ ਮੈਨੂੰ ਆਪਦੇ ਬੱਚਿਆਂ ਵਾਂਗ ਰੱਖਣ ਲੱਗ ਗਏ ਸਾਰੇ। ਅਤੇ ਐਂਡ 'ਤੇ ਉਹਨਾਂ ਨੇ ਕੋਈ ਸਿੰਗਰ ਗਾਉਣ ਵਾਲਾ ਵੀ ਸੱਦਿਆ ਹੋਇਆ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਗਾ ਵੀ ਲੈਂਦਾ। ਅਤੇ ਇੱਦਾਂ ਹੀ ਮੈਂ ਉਹਨਾਂ ਨੂੰ ਜਦੋਂ ਪਾਰਟੀ ਮੁੱਕਣ ਜੀ ਲੱਗੀ, ਮੈਂ ਕਿਹਾ ਮੈਂ ਇੱਕ ਗਾਣਾ ਗਾਉਣਾ, ਕਹਿੰਦੇ ਚੜ੍ਹਦਾ। ਮੈਂ ਉੱਥੇ ਗਾਣਾ ਗਾਇਆ ਹਾਏ ਉਰਬਾ ਮੋੜ ਵਾਸਤਾ, ਅਸਾਂ ਪੜ੍ਹਨ ਸਕੂਲੇ ਜਾਣਾ। ਅਤੇ ਉਹ ਗਾਣੇ ਤੋਂ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਉੱਥੋਂ ਇੱਕ ਫਿਰ ਆਪਣਾ ਸੱਜਣ ਬਲਜਿੰਦਰ ਤੰਬੜ ਭਾਅ ਜੀ, ਉਹ ਰੇਡੀਓ 'ਚ ਕੰਮ ਕਰਦਾ ਸੀ, ਉਹ ਫਿਰ ਉਸ ਤੋਂ ਬਾਅਦ ਉਹਨੇ ਦੇਖਿਆ ਵੀ ਹਾਂ ਯਾਰ ਤੂੰ ਤਾਂ ਗਾ ਸਕਦਾ, ਤੇਰੀ ਆਵਾਜ਼ ਵੀ ਹੈਗੀ ਆ, ਉਹ ਮੈਨੂੰ ਰੇਡੀਓ ਸ਼ੋਆਂ 'ਤੇ ਭਾਅ ਜੀ ਲਿਜਾਣ ਲੱਗ ਗਿਆ। ਭਾਅ ਜੀ ਆ ਫਰੈਸ਼ੀ ਵੀਰੇ, ਅਤੇ ਇਟਲੀ ਵਾਲੇ ਭਰਾ ਇੱਕ ਨਾ ਚੀਜ਼, ਵੱਡੇ ਭਰਾ ਇੱਕ ਚੀਜ਼ ਆ ਬਹੁਤ ਘੱਟ ਲੋਕਾਂ ਨੂੰ ਪਤਾ ਜੀ, ਜਦੋਂ ਬੰਦਾ ਮੈਨੂੰ ਲਿਜਾਣ ਲੱਗ ਗਿਆ ਨਾ ਇੱਦਾਂ ਇੰਟਰਵਿਊਸ 'ਤੇ ਐਂਡ ਪਾਰਟੀਆਂ 'ਤੇ, ਭਰਾ ਮੈਂ ਸਟਾਰਟ ਦੁਬਾਰਾ ਸੋਚ ਕੇ ਖੁਸ਼ੀ ਵੀ ਹੁੰਦੀ ਆ, ਮਾਣ ਵੀ ਮਹਿਸੂਸ ਹੁੰਦਾ ਵੀ ਸੱਚੀ ਕਿੱਥੋਂ ਮਾਲਕ ਨੇ ਸਟਾਰਟ ਕਰਾਇਆ ਗਰਾਊਂਡ ਲੈਵਲ ਤੋਂ। ਮੈਨੂੰ ਨਾ ਭਾਅ ਜੀ ਇੱਦਾਂ ਕਿਸੇ ਦੀ ਵੀ ਪਾਰਟੀ 'ਤੇ ਲੈ ਜਾਂਦਾ ਹੁੰਦਾ ਸੀ, ਕਿਸੇ ਦਾ ਕਿਸੇ ਦੀ ਪਾਰਟੀ ਆ ਵੀਕਐਂਡ 'ਤੇ, ਕਿਸੇ ਦੀ ਬਰਥਡੇ ਪਾਰਟੀ ਆ, ਕਿਸੇ ਦਾ ਵਿਆਹ ਆ ਉਹਦੀ ਪਾਰਟੀ ਆ, ਮੈਨੂੰ ਇੱਦਾਂ ਲੈ ਜਾਂਦੇ ਸੀ ਉੱਥੇ। ਅਤੇ ਮੈਨੂੰ ਕਹਿੰਦੇ ਸੀ ਇੱਕ ਮੁੰਡਾ ਆ ਇਹ ਤੁਹਾਨੂੰ ਗਾ ਕੇ ਹੁਣ ਸੁਣਾਊਗਾ, ਅਤੇ ਮੈਂ ਉੱਥੇ ਗਾਉਣਾ, ਮੈਨੂੰ ਕਿਤੋਂ $150 ਬਣ ਜਾਣਾ, ਕਦੀ $200 ਬਣ ਜਾਣਾ, ਮੇਰਾ ਵੀਕਐਂਡ ਦਾ ਖਰਚਾ ਨਿਕਲਦਾ ਸੀ। ਸੋ ਬਰੈਂਪਟਨ ਦੀਆਂ ਇੱਦਾਂ ਫੈਮਿਲੀਆਂ, ਤਾਂ ਬਾਬੇ ਦੀ ਮਿਹਰ ਆ ਕੇ ਮੈਨੂੰ ਫੈਮਿਲੀਆਂ ਵੀ ਇਕੱਲੇ ਜਵਾਕ ਨਹੀਂ, ਏਜਡ ਲੋਕ ਵੀ ਜਾਣਦੇ ਆ, ਉਹ ਇਸ ਚੀਜ਼ ਦੀ ਬਦੌਲਤ ਹੋਈ ਉਹ ਚੀਜ਼। ਮਤਲਬ ਕਿ ਫੁੱਟਬਾਲ ਕਰਕੇ, ਫੁੱਟਬਾਲ ਕਰਦੇ ਕਰਦੇ ਫਿਰ ਉੱਧਰ ਨੂੰ ਦੇਖ ਲਓ ਸਟੋਰੀ ਕਿੱਥੋਂ ਕਿੱਥੇ ਕਨੈਕਟ ਹੋਈ। ਹਾਂਜੀ ਸਹੀ ਗੱਲ ਹੈ, ਸਹੀ ਗੱਲ ਹੈ, ਜਿੱਦਾਂ ਰੱਬ ਨੇ ਲਿਖਿਆ ਹੁੰਦਾ ਕਿਸੇ ਵਾਸਤੇ ਡੈਸਟਨੀ। ਬਿਲਕੁਲ ਬਿਲਕੁਲ, ਬਣਾ ਬਣਾ ਬਣਾ। ਅੱਛਾ, ਫੁੱਟਬਾਲ 'ਚ, ਫੁੱਟਬਾਲ 'ਚ ਮੇਰੇ ਭਰਾ ਨੂੰ ਕੌਣ ਜ਼ਿਆਦਾ ਪਸੰਦ ਹੈ, ਰੋਨਾਲਡੋ ਕਿ ਮੈਸੀ? ਦੋਵੇਂ ਹੀ ਕਿਰਦਾਰ ਆ, ਪਰ ਝੋਟਾ ਇੱਕੋ ਹੀ ਆ। ਕੌਣ? ਨੰਬਰ 7, ਨੰਬਰ 7, ਨੰਬਰ 7 ਨਹੀਂ। ਹੁਣ ਮੈਸੀ ਨੇ ਤਾਂ ਕਦੇ ਹੁਣ ਵਰਲਡ ਕੱਪ ਵੀ ਜਿੱਤ ਲਿਆ, ਤੇ ਫਿਰ ਨੰਬਰ 7 ਕਿੱਦਾਂ ਝੋਟਾ? ਇਕੱਲੀ ਅਚੀਵਮੈਂਟ ਦੀ ਗੱਲ ਨਹੀਂ ਹੁੰਦੀ, ਉਹ ਬੰਦੇ ਦਾ ਉਹ ਉਹ ਹਰ ਚੀਜ਼ 'ਚ ਪਰਫੈਕਟ ਆ, ਉਹ ਆਪਣੇ ਵੀਕ ਫੁੱਟ ਤੋਂ ਵੀ ਪਰਫੈਕਟ ਆ, ਇਕੱਲਾ ਆਪਣੇ ਰਾਈਟ ਫੁੱਟ ਤੋਂ ਹੀ ਨਹੀਂ, ਵੀਕ ਫੁੱਟ ਤੋਂ ਵੀ ਪਰਫੈਕਟ ਆ, ਪਾਵਰ ਦੇ ਵਿੱਚ ਵੀ, ਇੰਡੋਰੈਂਸ ਦੇ ਵਿੱਚ ਵੀ, ਸਟੈਮਿਨੇ ਦੇ ਵਿੱਚ ਵੀ, ਸਕਿੱਲ ਦੇ ਵਿੱਚ ਵੀ, ਸੋ ਹੀ ਇਜ਼ ਆ ਕੰਪਲੀਟ ਪਲੇਅਰ। ਸੋ ਇਸ ਕਰਕੇ ਐਜ਼ ਏ ਇਨਸਾਨ ਵੀ ਵਧੀਆ ਉਹ ਰੋਨਾਲਡੋ, ਐਜ਼ ਏ ਇਨਸਾਨ ਵੀ ਵਧੀਆ। ਹਾਂਜੀ ਨਹੀਂ, ਇਨਸਾਨ ਮੈਸੀ ਵੀ ਚਲੋ ਵਧੀਆ ਹੀ ਆ ਹੈ ਨਾ, ਉਹ ਵੀ ਸਾਰਾ ਕੁਛ, ਬਾਕੀ ਮੇ ਵੀ ਮੈਨੂੰ ਲੱਗਦਾ ਕਈ ਵਾਰੀ ਇੱਦਾਂ ਹੁੰਦਾ ਮੇਰਾ ਖੁਦ ਦਾ ਸ਼ੁਰੂ ਤੋਂ ਲੱਕੀ ਨੰਬਰ 7 ਆ। ਸੋ ਤੁਹਾਡੇ ਨੰਬਰ ਵੀ ਤੁਹਾਨੂੰ ਚੂਜ਼ ਕਰਦੇ ਆ, ਤੁਹਾਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਹੈ ਨਾ, ਸੋ ਇਹ ਚੀਜ਼ਾਂ ਵੀ ਸ਼ਾਇਦ ਤਾਂ ਉਹਦੇ ਨਾਲ ਇੰਨਾ ਲਗਾਓ ਆ। ਸਹੀ। ਅੱਛਾ ਕੈਂਬੀ ਵੀਰੇ, ਫਰੈਸ਼ੀ ਭਾਅ ਜੀ ਨੇ ਨਾ ਤੁਹਾਡੇ 'ਤੇ ਥੋੜ੍ਹੀ ਜਿਹੀ ਰਿਸਰਚ ਕੀਤੀ ਹੈ। ਹਾਂਜੀ, ਤੁਹਾਡੇ ਬਾਰੇ ਨਾ ਕੈਨੇਡਾ ਦੇ ਵਿੱਚ ਨਹੀਂ, ਰਿਸਰਚ ਨਹੀਂ, ਅਫਵਾਹਾਂ ਉੱਡ ਰਹੀਆਂ ਨੇ। ਰਿਸਰਚ ਉਹਨੂੰ ਰਿਸਰਚ ਕਹਿ ਸਕਦੇ ਆ? ਉਹ ਸੱਚੀ ਉਹ ਸ਼ੁਕਰ ਆ, ਓਏ ਸ਼ੁਕਰ ਆ, ਸਾਡੇ ਬਾਰੇ ਵੀ ਉੱਡਿਆ ਕੁਛ। ਨਹੀਂ ਨਹੀਂ ਨਹੀਂ, ਚੱਕਰ ਪਤਾ ਕੀ ਆ, ਕੈਂਬੀ ਭਾਅ ਜੀ ਜਦੋਂ ਤੁਸੀਂ ਤੁਹਾਡੀ ਉਹ ਵੀਡੀਓ ਆਈ ਸੀ ਨਾ ਡਿਪੋਟੇਸ਼ਨ ਵਾਲੀ ਕੈਨੇਡਾ ਦੀ, ਹਾਂਜੀ ਹਾਂਜੀ, ਤੇ ਮੇਰਾ ਉਦੋਂ ਕੈਨੇਡਾ 'ਚ ਚੌਥਾ ਦਿਨ ਸੀ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ, ਠੀਕ ਆ। ਤੇ ਮੈਂ ਤੁਹਾਡੇ ਗਾਣੇ ਇੰਡੀਆ ਤੋਂ, ਤੈਨੂੰ ਪਤਾ ਜਦੋਂ ਕੈਨੇਡਾ ਲਈ ਬੰਦਾ ਤਿਆਰੀ ਕਰਦਾ ਨਾ, ਜਦ ਅਗਰ ਕੈਨੇਡਾ ਵਾਲੇ ਸਿੰਗਰ ਹੀ ਸੁਣਦਾ ਤੇ ਉਦੋਂ ਦੋ ਤਿੰਨ ਕੈਨੇਡਾ ਵਾਲੇ ਸਿੰਗਰ ਜ਼ਿਆਦਾ ਚੱਲਦੇ ਹੁੰਦੇ ਸੀ। ਕੈਲੀ ਮੰਗੜ ਬੜਾ ਫੇਮਸ ਸੀਗਾ ਇੰਡੀਆ 'ਚ, ਉਹਦੀ ਇੱਕ ਐਲਬਮ ਆਈ ਸੀ PV Shabbi। ਇੱਕ ਤੁਹਾਡਾ ਬੜਾ ਪਤਾ ਸੀ ਕਿਉਂਕਿ ਤੁਹਾਡਾ ਚੈਲੇਂਜ ਟੂ ਨਾਸਾ ਮੈਨੂੰ ਲੱਗਦਾ ਸਾਰੇ ਘਰ ਘਰ ਤੱਕ ਸੁਣਿਆ, ਤੇ ਉਹ ਵੀ ਜਦੋਂ ਤੁਹਾਨੂੰ ਪਤਾ ਘਰਦੇ ਘੁਰਦੇ ਸੁਣਦੇ ਨੇ ਕਿ ਆਪਣੇ ਬੱਚੇ ਨੂੰ ਤੋਰਨਾ ਜਾਂ ਕੁਛ ਵੀ, ਤਾਂ ਬੜੇ ਇਮੋਸ਼ਨਲ ਹੁੰਦੇ ਨੇ। ਅਤੇ ਮੈਂ ਜਦੋਂ ਕੈਨੇਡਾ ਆਇਆ ਤਾਂ ਮੈਂ ਚੌਥੇ ਦਿਨ ਤੁਹਾਡਾ ਲਾਈਵ ਦੇਖਿਆ ਪਹਿਲਾਂ ਹੈ ਨਾ, ਰਿਕਾਰਡਿੰਗ 'ਚ ਤੁਸੀਂ ਰੋ ਰਹੇ ਸੀ ਏਅਰਪੋਰਟ 'ਤੇ ਬਹਿ ਕੇ। ਮੈਂ ਕਿਹਾ ਯਾਰ ਹੱਦ ਹੁੰਦੀ ਹੈ, ਮੈਂ ਤਾਂ ਸੋਚਦਾ ਸੀ ਕੈਨੇਡਾ ਆ ਕੇ ਬੰਦੇ ਦੀ ਲਾਈਫ ਸੈੱਟ ਹੁੰਦੀ ਹੈ, ਇੰਨੀ ਮਤਲਬ ਕਿ ਵਧੀਆ ਲੱਗਦੀ ਸੀ ਬੰਦੇ ਦੀ ਲਾਈਫ, ਅਤੇ ਇਹ ਵਿਚਾਰਾ ਆਪ ਰੋ ਰਿਹਾ ਏਅਰਪੋਰਟ 'ਤੇ ਬੈਠਾ। ਅਤੇ ਉਹਦੇ ਬਾਰੇ ਬਾਈ ਕੁਝ ਕੁਸ਼ਚਨ ਲੋਕਾਂ ਦੇ ਹੈਗੇ ਨੇ ਭਰਾਵਾ, ਕਿ ਲੋਕ ਕਈ ਕਹਿ ਰਹੇ, ਕਈ ਲੋਕ ਮੇਰੇ ਨਾਲ ਦੇ ਉਦੋਂ ਕਹਿੰਦੇ ਸੀ, ਕਹਿੰਦੇ ਕਿ ਕੈਂਬੀ ਨੂੰ ਨਾ ਇੰਡੀਆ 'ਚ ਵਧੀਆ ਔਫਰ ਮਿਲ ਗਏ ਸੀਗੇ ਕੋਈ ਕੰਪਨੀਆਂ ਦੇ, ਕਿ ਇੱਥੇ ਆ ਕੇ ਗਾਣੇ ਕਰ, ਤੂੰ ਉੱਥੇ ਕੈਨੇਡਾ 'ਚ ਸ਼ੋ ਸ਼ੂ ਦੇ ਇੰਨੇ ਪੈਸੇ ਮਿਲਦੇ ਨਹੀਂ ਜਾਂ ਇੱਦਾਂ ਉੱਦਾਂ, ਅਤੇ ਤਾਂ ਕੈਂਬੀ ਬਸ ਡਿਪੋਟੇਸ਼ਨ ਦਾ ਬਹਾਨਾ ਲਾ ਕੇ ਉਦੋਂ ਗਾਣੇ ਗੁਣੇ ਕਰਨ ਚੱਲ ਗਿਆ। ਇਹ ਗੱਲ 'ਚ ਕਿੰਨੀ ਸੱਚਾਈ ਹੈ? ਦੇਖੋ ਜੀ, ਜਿੰਨੇ ਮੂੰਹ ਉੰਨੀਆਂ ਗੱਲਾਂ, ਇੱਥੇ ਤਾਂ ਆਪਣੀ ਕੌਮ ਲਈ
ਕਿੰਨੇ ਲੋਕ ਖੜ ਗਏ ਜਾਂ ਕਿੰਨਾ ਕੁਛ ਹੋ ਗਿਆ, ਲੋਕ ਤਾਂ ਉਹਨਾਂ ਨੂੰ ਵੀ ਮਾੜਾ ਕਹੀ ਜਾਂਦੇ ਆ, ਹੈ ਨਾ। ਲੋਕਾਂ ਨੂੰ ਤੁਸੀਂ ਸੰਤੁਸ਼ਟ ਨਹੀਂ ਕਰ ਸਕਦੇ, ਲੋਕਾਂ ਨੂੰ ਕਦੀ ਵੀ ਤੁਸੀਂ ਸਪਸ਼ਟੀਕਰਨ ਨਹੀਂ ਦੇ ਸਕਦੇ। ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਮਾਂ ਬਾਪ ਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਯਾਰਾਂ ਬੇਲੀਆਂ ਨੂੰ ਜਿਹੜੇ ਸੱਚੇ ਯਾਰ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਸਹੀ ਆ। ਬਾਕੀ ਦੁਨੀਆ ਤਾਂ ਵਧੀਆ ਗੱਲ ਆ ਜੇ ਗੱਲਾਂ ਬਣਾਉਂਦੀ ਆ, ਗੱਲਾਂ ਕਰਦੀ ਆ, ਹੈ ਨਾ। ਜੇ ਮੈਂ ਇੱਕ ਕੰਪਨੀਆਂ ਦੀ ਮੈਨੂੰ ਆਫਰ ਮਿਲ ਗਈ ਸੀ, ਮੈਂ ਜੇ ਜਾਣਾ ਹੁੰਦਾ ਤਾਂ ਇੰਨਾ ਵੱਡਾ ਮੈਨੂੰ ਲੱਗਦਾ ਨਹੀਂ। ਯਾਰ ਮੈਂ ਇੱਕ ਗੱਲ ਕਹਿੰਦਾ, ਸਾਰੀਆਂ ਗੱਲਾਂ ਦਾ ਅੰਤ ਇਸ ਗੱਲ 'ਤੇ ਕਰਦਾ, ਜੇ ਜਿਹਨੂੰ ਵੀ ਲੱਗਦਾ ਜਾਂ ਲੱਗਦਾ ਸੀ ਕਿ ਉਹ ਮੈਂ ਇੱਕ ਸਟੰਟ ਖੇਲਿਆ, ਯਾਰ ਫਿਰ ਤਾਂ ਮੇਰੇ ਤੋਂ ਵੱਡਾ ਐਕਟਰ ਹੀ ਨਹੀਂ ਕੋਈ ਹੋਣਾ ਚਾਹੀਦਾ ਯਾਰ। ਮੈਂ ਕਿੰਨੀ ਦੁਨੀਆ ਬੇਵਕੂਫ ਬਣਾਤੀ, ਮੈਂ ਫੜਿਆ ਨਹੀਂ ਗਿਆ, ਮੈਂ ਐਕਸਪ੍ਰੈਸ਼ਨ ਤੋਂ ਨਹੀਂ ਫੜਿਆ ਗਿਆ ਯਾਰ। ਫਿਰ ਤਾਂ ਮੈਨੂੰ ਅਵਾਰਡ ਅਵੂਡ ਦਿਓ ਯਾਰ, ਗਾਣੇ ਛੱਡੋ, ਮੈਨੂੰ ਇਸ ਚੀਜ਼ ਦਾ ਅਵਾਰਡ ਦਿਓ ਵੀ ਮੈਂ ਕਿੰਨੀ ਦੁਨੀਆ ਬੇਵਕੂਫ ਬਣਾਤੀ। ਪੜਦਾ ਯਾਰ। ਤੇ ਭਾਜੀ ਇੱਕ ਗੱਲ ਹੋਰ, ਕਹਿੰਦੇ ਕਿ ਕੈਮਬੀ ਕੋਲ ਉਸ ਟਾਈਮ ਮਤਲਬ ਕਿ ਤੁਹਾਡੇ ਗਾਣੇ ਵੀ ਆ ਰਹੇ ਸੀ ਰੈਗੂਲਰ ਬੇਸ 'ਤੇ, ਤੁਸੀਂ ਜਿੱਦਾਂ ਕਿਹਾ ਕਿ ਮੈਂ ਪਿਛਲੇ ਇੰਨੇ ਸਾਲਾਂ ਤੋਂ ਇੰਨੀ ਸਟਰਗਲ ਕਰ ਰਿਹਾ, ਮੇਰੇ ਕੋਲ $1.5 ਡਾਲਰ ਨਹੀਂ ਹੁੰਦਾ ਸੀ, ਰੋਟੀ ਖਾਣ ਨੂੰ ਪੈਸੇ ਨਹੀਂ, ਗੁਰਦੁਆਰੇ ਜਾ ਬੱਸ ਫੜ ਕੇ ਜਾਣ ਨੂੰ ਪੈਸੇ ਨਹੀਂ ਹੈਗੇ, ਪਰ ਕੈਮਬੀ ਦੇ ਗਾਣੇ ਤਾਂ ਉਦੋਂ ਰੈਗੂਲਰ ਬੇਸ 'ਤੇ ਆ ਹੀ ਰਹੇ ਸੀਗੇ, ਅਤੇ ਲੋਕ ਕਹਿੰਦੇ ਕਿ ਗਾਣਿਆਂ 'ਤੇ ਪੈਸੇ ਲਾਉਣ ਲਈ ਪੈਸੇ ਹੈਗੇ ਸੀ ਇਹਦੇ ਕੋਲ ਉਦੋਂ, ਪਰ ਇਹ ਗੁਰਦੁਆਰੇ ਨਹੀਂ ਜਾ ਸਕਦਾ $1.5 ਡਾਲਰ ਦੀ ਆਪਣਾ ਬੱਸ ਫੜ ਕੇ। ਦੇਖੋ ਜੀ, ਜਦੋਂ ਬਾਕੀਆਂ ਦਾ ਨਹੀਂ ਮੈਨੂੰ ਪਤਾ, ਮੇਰਾ ਸਿਸਟਮ ਇੱਦਾਂ ਦਾ ਆਇਆ, ਦਿਮਾਗ ਸ਼ੁਰੂ ਤੋਂ ਇੱਦਾਂ ਦਾ ਆਇਆ, ਜਿਹੜੀ ਚੀਜ਼ ਕਰਨੀ ਆ ਫਿਰ ਆਲੇ ਦੁਆਲੇ ਕੁਛ ਨਹੀਂ ਦਿਸਦਾ, ਫਿਰ ਉਹੀ ਕਰਨੀ ਆ। ਮੇਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਜਿਹੜੀ ਕੰਪਨੀ 'ਚ ਮੇਰੇ ਗਾਣੇ ਆ ਰਹੇ ਸੀ ਉਹਦੀ, ਉਸ ਕੰਪਨੀ ਦੇ ਪਹਿਲੇ 3 ਗਾਣੇ ਮੈਂ ਦਿਹਾੜੀਆਂ ਕਰਕੇ ਆਪ ਪੈਸੇ ਲਾ ਕੇ ਉਹ ਗਾਣੇ ਬਣਾ ਕੇ ਬੰਦਿਆਂ ਨੂੰ ਦਿੱਤੇ ਸੀ, ਤੁਸੀਂ ਕੰਪਨੀ ਸਟਾਰਟ ਕਰੋ। ਪੈਸਾ ਮੇਰਾ ਲੱਗਾ ਸੀ ਉਹਦੇ ਵਿੱਚੋਂ, ਮੈਨੂੰ ਕੁਛ ਨਹੀਂ ਸੀ ਮਿਲਿਆ। ਜੇ ਮਿਲਿਆ ਵੀ ਹੋਊਗਾ ਕਿਤੇ 3 ਗਾਣਿਆਂ ਦੇ ਵਿੱਚੋਂ ਕਿਤੇ $1,000 ਮਿਲਿਆ ਹੋਊ ਪਹਿਲੇ 3 ਗਾਣਿਆਂ ਦਾ, ਅਤੇ ਮੇਰੇ ਤਾਂ ਇਕੱਲਾ ਦੇਸੀ ਸਵੈਗ ਦੇ ਉੱਤੇ ਹੀ ਮੇਰਾ ਖਰਚਾ ਤੁਸੀਂ ਲਾ ਲਓ 4.5 ਲੱਖ 5 ਲੱਖ ਖਰਚਾ ਹੋ ਗਿਆ ਸੀ। ਮੈਨੂੰ ਇਹ ਸੀ ਵੀ ਮੈਂ PR ਤਾਂ ਕਦੀ ਵੀ ਹੋ ਜੂਗੀ ਜ਼ਿੰਦਗੀ 'ਚ, ਹੈ ਨਾ, ਕੋਈ ਚੱਕਰ ਨਹੀਂ, ਅਤੇ ਮੈਂ ਆਪਦਾ ਕਰੀਅਰ ਪਰਸਿਊ ਕਰਨਾ, ਮੈਂ ਇਸ ਫੀਲਡ ਦੇ ਵਿੱਚ ਅੱਗੇ ਜਾਣਾ, ਮਾਲਕ ਨੇ ਰਾਹ ਦਿਖਾ ਲਿਆ ਆਪਾਂ ਤੋਂ ਕਰਾਈ ਗਏ ਆਪਾਂ ਕਰੀ ਗਏ। ਅਤੇ ਦੂਜੀ ਗੱਲ ਜਿਹੜੀ ਤੁਸੀਂ ਖਰਚਿਆਂ ਵਾਲੀ ਕਹਿੰਦੇ ਹੋ, ਤੁਹਾਨੂੰ ਭਰਾ ਇੰਨਾ ਟਾਈਮ ਹੋ ਗਿਆ ਹੁਣ ਕੈਨੇਡਾ ਆਇਆ ਨੂੰ, ਤੁਸੀਂ ਦੇਖ ਹੀ ਲਿਆ ਕਿੰਨੀ ਕੁ ਬੱਚਤ ਆ, ਹੈ ਨਾ। ਬਿਲਕੁਲ, ਜਦੋਂ ਬੰਦੇ ਨੇ ਪੜ੍ਹਾਈਆਂ ਵੀ ਕਰਨੀਆਂ ਆ, ਜਦੋਂ ਬੰਦੇ ਨੇ ਗਾਣੇ ਵੀ ਨਾਲ ਨਾਲ ਕਰਨੇ ਆ, ਉਦੋਂ ਕਿੰਨੇ ਕੁ ਪੈਸੇ ਬਚਦੇ ਕੀ ਹੁੰਦਾ, ਹੈ ਨਾ। ਕੁਝ ਕੁ ਗਲਤੀਆਂ ਵੀ ਸੀ, ਮੈਂ ਪਹਿਲਾਂ ਵੀ ਦੱਸਿਆ, ਮੈਂ ਕਸੀਨੋ ਜਾਂਦਾ ਸੀ, ਕਸੀਨੋ ਮੈਂ ਉਹਦੇ ਬਾਰੇ ਵੀ ਗੱਲ ਕਰਨੀ ਹੈ ਜੇ, ਉਹਦੇ ਬਾਰੇ ਮੈਂ ਆ ਗਿਆ ਉਧਰ ਨੂੰ, ਮੈਂ ਆ ਗਿਆ ਉਧਰ ਨੂੰ, ਤੁਸੀਂ ਦੇਖ ਲਓ ਵੀ ਕਸੀਨੋ ਇਹ ਸੀ ਵੀ ਯਾਰ ਜਿਹੜਾ ਮੇਰੇ ਕੋਲੇ ਹੁਣ $2,000 ਸੇਵ ਆ। ਗਲਤੀਆਂ ਸੀ ਯਾਰ, ਦੁਨੀਆ ਬਾਹਰ ਘਰੋਂ ਜਦੋਂ ਬੰਦਾ ਨਿਕਲਦਾ ਗਲਤੀਆਂ ਕਰਦਾ ਹੀ ਆ, ਦੁਨੀਆ ਨਹੀਂ ਸੀ ਦੇਖੀ, ਸਕੂਲ ਤੱਕ ਜ਼ਿੰਦਗੀ ਸੀ, ਪ੍ਰੈਕਟਿਸ ਕਰ ਲਈ ਆ ਗਏ ਘਰੇ ਵਾਪਸ ਆ ਗਏ ਖਾ ਲਿਆ ਸੌਂ ਗਏ, ਹੈ ਨਾ। ਅਤੇ ਮੈਨੂੰ ਸੀ ਯਾਰ ਜਿਹੜਾ 2,000 ਆ ਕੰਮ ਤਾਂ ਮੈਨੂੰ ਮਿਲ ਨਹੀਂ ਰਿਹਾ, ਵੀ ਮੇਰੀ ਤਾਂ ਪੜ੍ਹਾਈ ਦਾ ਡਰੋਪ ਵੱਜੂਗਾ, ਮੈਂ ਕੀ ਕਰਾਂ। ਮੈਂ ਬਸ ਉਹ 2,000 ਨੂੰ 4,000 ਕਰਨ ਦੇ ਚੱਕਰ 'ਚ ਗਿਆ, 2,000 ਵੀ ਗਿਆ, ਕਿਹੜੇ ਕਿਸੇ ਨੂੰ ਫਿਰ ਮੁੜ ਕਿਸੇ ਨੂੰ ਜਾਂਦੇ ਦੇਖ, ਨੈਗਰ 'ਚ ਬੜੇ ਕਿਸੇ ਨੈਗਰਾ ਫਾਲ ਨਾਲ ਜਾਂਦਾ ਆ ਆਪਣੀਆਂ, ਉੱਥੇ ਮੇਰਾ $100 ਜਮ੍ਹਾਂ ਆ, ਮੈਂ ਪੂਰਾ ਕਰਨਾ, ਉਹ ਪੱਕੀ ਗੱਲ ਆ। ਫਿਰ ਵੀ ਇੱਕ ਉੱਥੇ ਬੜੇ ਕਸੀਨੋ ਨੇ ਕਿਹੜੇ ਵਾਲੇ ਤੇ ਮੇਰੇ ਕੋਲ ਸਭ ਤੋਂ ਪੈਸੇ ਡਾਏ ਨੇ ਕਿ ਸਾਰੇ ਜਿਹੜਾ ਟ੍ਰਾਈ ਕਰਨ ਦੇ ਲਿਆ, ਹੋਰ ਮੈਂ ਗਿਆ ਹੀ ਨਹੀਂ। ਫਾਲਸ ਵਿਊ ਤੇ ਕਿੰਨੇ ਕੁ ਪੈਸੇ ਅੱਜ ਤੱਕ ਹਾਰੇ ਹੋ ਕਸੀਨੋ 'ਚ? ਤੁਸੀਂ ਲਾ ਲਓ ਕਿ ਮੇਰਾ ਜਿੰਨੇ ਕੁ ਮੈਂ ਜਿੱਤਿਆ ਵੀ, ਇੱਕ ਵਾਰੀ ਵੱਡਾ ਹੈਂਡ ਜਿੱਤਿਆ ਸੀ ਮੈਂ ਉੱਥੋਂ, ਫਿਰ ਵੀ ਕਰ ਕਰਾ ਕੇ ਮੇਰਾ ਉਹਨਾਂ ਵੱਲਾਂ $12,000 ਹੈਗਾ। ਅੱਛਾ, ਤੇ ਇੱਕਦਮ ਨਹੀਂ ਸੀ, ਹੌਲੀ 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 7 ਸਾਲਾਂ 'ਚ $12,000 ਭਰਾ ਕੁਛ ਵੀ ਨਹੀਂ ਯਾਰ, ਮੈਂ ਬੈਲੈਂਸ ਵੀ ਕਰੇ ਥੋੜ੍ਹੇ ਬਹੁਤੇ। ਬਿਲਕੁਲ। ਅੱਛਾ ਇਹ ਕੈਂਬੀ ਵੀਰੇ, ਜਦੋਂ ਤੁਹਾਨੂੰ ਡਿਪੋਰਟ ਦੀ ਖਬਰ ਮਿਲਦੀ ਹੈ ਕਿ ਤੁਸੀਂ ਡਿਪੋਰਟ ਹੋ ਚੱਲੇ ਹੋ, ਕਿੱਥੇ ਸੀ ਤੁਸੀਂ ਉਦੋਂ ਅਤੇ ਕਿੱਦਾਂ ਰਿਐਕਟ ਕੀਤਾ ਤੁਸੀਂ, ਮਤਲਬ ਕਿ ਡਰ ਗਏ, ਘਬਰਾ ਗਏ, ਜਾ ਕੀ ਫੀਲ ਹੋਇਆ ਤੁਹਾਨੂੰ ਉਸ ਟਾਈਮ? ਮੈਂ ਨਾ ਜੋਬ ਕਰਦਾ ਸੀਗਾ ਫਿਰ ਦੁਬਾਰਾ, ਉਸ ਤੋਂ ਬਾਅਦ ਮੈਂ ਨਾ ਟਰੱਕਾਂ ਦੀ ਮੇਰਾ ਜਦੋਂ ਲੱਗਿਆ ਨਹੀਂ। ਅੱਛਾ ਉਹ ਸਟੋਰੀ ਤੁਹਾਨੂੰ ਸੁਣਾਵਾ ਜਿਹੜੀ ਮੈਂ ਆਫ ਕੈਮਰਾ ਉਦੋਂ ਸੁਣਾਈ ਸੀ ਹਲਕੀ ਜੀ, ਜੇ ਲੋਕ ਹਾਂ ਹਾਂ ਸੁਣਾਓ ਸੁਣਾਓ ਅਸੀਂ ਤਾਂ ਉਹੀ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਜਿਹੜਾ ਲੋਕਾਂ ਨੇ ਨਹੀਂ ਸੁਣਿਆ। ਪਹੁੰਚਿਆ ਕਿਵੇਂ ਉੱਥੇ ਤੱਕ ਕੰਮ? ਚਲੋ ਲਾਇਰ ਦੀ, ਐਂਡ ਆਫ ਦੀ ਡੇ ਲਾਇਰ ਦੀ ਮਿਸਟੇਕ ਸੀ, ਲਾਇਰ ਦੀ ਜਿਹੜੀ ਇੱਕ ਖਾਸਮ ਖਾਸ ਕੰਮ ਕਰਨ ਲਈ ਮੋਹਰੇ ਰੱਖੀ ਹੁੰਦੀ ਆ, ਲਾਇਰ ਦੀ ਬੌਸ ਦੀ ਬਾਹਲੀ ਖਾਸ, ਜਿਹੜੀ ਕਿਸੇ ਨੂੰ ਬੋਲਣ ਨਹੀਂ ਦਿੰਦੀ, ਨਾ ਆਏ ਗਏ ਨੂੰ ਨਾ ਆਫਿਸ ਦੇ ਵਿੱਚ, ਉਸ ਜਨਾਨੀ ਦੀ ਕਰਤੂਤ ਸੀ ਇਹ। ਉਹਨੇ ਲੋਇਰ ਦਾ ਨਾਮ ਲੈਣਾ ਚਾਹੋ ਕਿ ਕਿਹੜਾ ਲੋਇਰ ਸੀਗਾ? ਲੋਇਰ ਦਾ ਨਾਮ ਲੈਣਾ ਚਾਹੋ ਕਿਹੜਾ ਲੋਇਰ ਸੀਗਾ? ਕੈਨੇਡਾ ਆ ਕੇ ਲਊਂਗਾ ਅਜੇ ਨਹੀਂ, ਅਜੇ ਜਗ੍ਹਾ ਹੀ ਦੱਸ ਦਿਓ, ਲੋਕੇਸ਼ਨ ਦੱਸ ਦਿਓ ਕੈਨੇਡਾ 'ਚ ਕਿਹੜੇ ਪਾਸੇ ਆ, ਬੰਦਾ ਉੱਧਰਲੇ ਪਾਸੇ ਜਾਵੇ ਹੀ ਨਾ ਕੋਈ ਲੋਇਰ ਲੱਭਣ। ਪੀਟਰ ਰੋਬਰਟਸਨ 'ਤੇ ਆ ਉਹ, ਉੱਧਰ ਜਾਇਓ ਨਾ। ਠੀਕ ਆ ਠੀਕ ਆ ਠੀਕ ਆ, ਪੀਟਰ ਰੋਬਰਟਸਨ 'ਤੇ ਠੀਕ। ਅਤੇ ਆਪਣਾ ਕੀ ਕਹਿੰਦੇ ਆ,
ਅੱਛਾ ਉਹ ਮੈਨੂੰ ਮੈਂ ਉਹਨੂੰ ਫੀਸ ਦੱਸੀ, ਮੈਂ ਕਿਹਾ ਯਾਰ ਇੰਨੀ ਫੀਸ ਆ 355 ਲੱਗਣੀ ਆ। ਕਹਿੰਦੀ ਕਹਿੰਦੀ ਤੁਹਾਨੂੰ ਸਟੂਡੈਂਟਾਂ ਨੂੰ ਜ਼ਿਆਦਾ ਪਤਾ, ਆਪਦੀ ਅਕਲ ਝਾੜਦੇ ਰਹਿੰਦੇ ਹੋ, 250 ਡਾਲਰ ਆ ਸਾਡਾ ਰੋਜ਼ ਦਾ ਕੰਮ ਆ। ਮੈਂ ਕਿਹਾ ਯਾਰ 250, ਕਹਿੰਦੀ 250 ਦੇ ਦਿੰਦੇ ਹਾਂ। ਉਹ ਜਦ ਤੱਕ ਟਾਈਮ ਲੰਘ ਗਿਆ, 90 ਦਿਨ ਸੀਗੇ ਜਦੋਂ ਅਪਲਾਈ ਕਰਿਆ, ਦਿਨ ਪੂਰੇ ਹੋ ਗਏ, ਮੈਨੂੰ ਕਾਲ ਆਈ ਇਮੀਗ੍ਰੇਸ਼ਨ, ਮੈਂ ਕਾਲ ਕੀਤੀ, ਮੈਂ ਕਿਹਾ ਮੇਰਾ ਵਰਕ ਪਰਮਿਟ ਨਹੀਂ ਆ ਰਿਹਾ। ਕਹਿੰਦੇ ਵੀ ਤੇਰਾ ਤਾਂ ਰਿਫਿਊਜ਼ ਕਰਤਾ ਹੈ ਨਾ, ਯੂ ਆਰ ਸਬਜੈਕਟ ਟੂ ਅਰੈਸਟ ਐਂਡ ਡਿਟੇਨ ਔਰ ਯੂ ਹੈਵ ਟੂ ਲੀਵ ਦ ਕੰਟਰੀ। ਮੈਂ ਕਿਹਾ ਯਾਰ ਆਹ ਕੀ ਸਿਸਟਮ ਹੋ ਗਿਆ। ਮੈਂ ਬੇਸਮੈਂਟ ਦੀਆਂ ਪੌੜੀਆਂ ਬੈਠਾ ਜੀ, ਮੇਰਾ ਯਕੀਨ ਮੰਨੀ ਬਰੋ, ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲਣ ਵਾਲਾ ਕੰਮ ਹੋ ਗਿਆ ਕਿ ਯਾਰ ਵੀ ਹੁਣ ਤਾਂ ਪੈਸੇ ਪੂਰੇ ਕਰਨੇ ਸੀ ਜਿੰਨੇ ਕੁ ਫੜ ਫੁੜ ਕੇ ਫੀਸਾਂ ਫੂਸਾਂ ਕਰੀਆਂ ਹੈ ਨਾ। ਅਤੇ ਉੱਧਰੋਂ ਮੇਰਾ ਗਾਣਾ ਚੈਲੰਜ ਟੂ ਨਾਸਾ ਸ਼ੂਟਿੰਗ 'ਤੇ ਸੀਗਾ, ਉਹ ਮੇਰੇ ਡਿਪੋਰਟੇਸ਼ਨ ਵਾਲਾ ਕੰਮ ਹੋਇਆ, ਮੈਂ ਇਲੀਗਲ ਹੋਇਆ। ਅਤੇ ਮਹੀਨੇ ਬਾਅਦ, ਸ਼ਾਇਦ ਮਹੀਨੇ ਬਾਅਦ, ਸ਼ਾਇਦ 1.5 ਮਹੀਨੇ ਬਾਅਦ ਗਾਣਾ ਆਇਆ ਵੀ ਇੱਕ ਪਾਸੇ ਜੇ ਮਾਲਕ ਨੇ ਮੇਰੇ ਤੋਂ ਇੰਨਾ ਕੁਛ ਖੋ ਲਿਆ ਅਤੇ ਉਹਨੇ ਮੇਰੇ ਝੋਲੀ ਗਾਣਾ ਦੇਖ ਲਓ ਕਿਹੜਾ ਪਾਇਆ ਉਹਦੇ ਬਦਲੇ, ਵੀ ਮਾਲਕ ਨੇ ਬੈਲੈਂਸ ਕਰਤਾ, ਆਪਾਂ ਭੁੱਲ ਗਏ ਉਸ ਚੀਜ਼ ਨੂੰ। ਮੈਂ ਕਿਹਾ ਯਾਰ ਵੀ ਦੁਨੀਆ 'ਤੇ ਗਾਣਾ ਲੋਕਾਂ ਨੂੰ ਪਸੰਦ ਆ ਗਿਆ ਵੀ ਪਾ ਰਿਹਾ ਆਪਣਾ ਕੰਮ, ਕੋਈ ਚੱਕਰ ਨਹੀਂ। ਫਿਰ ਮੈਂ 4 ਸਾਲ ਲੀਗਲ ਰਿਹਾ ਉੱਥੇ। ਅਤੇ ਮੈਂ ਕੰਮ 'ਤੇ ਸੀਗਾ, ਜਿਹੜਾ ਤੁਸੀਂ ਸਵਾਲ ਪੁੱਛਿਆ, ਮੈਂ ਕੰਮ 'ਤੇ ਸੀਗਾ ਟਰੱਕਾਂ ਵਾਲੇ ਕੰਮ 'ਤੇ। ਅਤੇ ਜਿਹੜੇ ਮੈਂ ਭਾਜੀ ਨਾਲ ਬੇਸਮੈਂਟਾਂ ਦਾ ਕੰਮ ਕਰਦਾ ਸੀ ਉਹਦੇ ਘਰੇ ਨਾ ਸਿਵਲ ਡਰੈਸ ਦੇ ਵਿੱਚ ਉਹਦੀਆਂ ਸੜਕਾਂ 'ਤੇ ਲੋਕ ਖੜਨ ਲੱਗ ਗਏ ਸੀਗੇ, ਉਹਨਾਂ ਨੂੰ ਸ਼ੱਕ ਪੈਂਦੀ ਸੀ ਵੀ ਪੁਲਿਸ ਵਾਲੇ ਆ। ਅੱਛਾ, ਫਿਰ ਹਾਰ ਗਏ ਇੱਕ ਦਿਨ, ਉਹ ਵੀਕ ਦੋ ਵੀਕ ਖੜਦੇ ਰਹੇ, ਮੁੜ ਕੇ ਉਹਨਾਂ ਨੇ ਨਾ ਨੌਕ ਕਰਿਆ ਉਹਨਾਂ ਦੇ ਆ ਕੇ, ਕਿਉਂਕਿ ਡਰੈਸ ਮੇਰਾ ਦਿੱਤਾ ਸੀਗਾ ਜਦੋਂ ਮੈਂ ਫਾਈਲ ਆਪਦੀ ਫਿਕਸ ਕਰਨੀ ਸੀ, ਭਾਜੀ ਦਾ ਡਰੈਸ ਦਿੱਤਾ ਸੀਗਾ। ਅਤੇ ਉਹ ਭਾਜੀ ਦੀ ਕਾਲ ਆ ਗਈ ਮੈਨੂੰ, ਕਹਿੰਦਾ ਵੀ ਇੱਦਾਂ ਇੱਦਾਂ ਪੁਲਿਸ ਵਾਲੇ ਆਉਂਦੇ ਆ ਘਰੇ ਸਾਡੇ, ਵੀ ਸਾਡੇ ਲਈ ਥੋੜ੍ਹੀ ਜਿਹੀ ਗਲਤ ਗੱਲ ਆ, ਆਂਢ ਗੁਆਂਢ ਸੋਚਦਾ ਵੀ ਪਤਾ ਨਹੀਂ ਕੀ ਸਿਸਟਮ ਆ ਹੈ ਨਾ, ਲੋਕਾਂ ਨੂੰ ਥੋੜ੍ਹੀ ਪਤਾ ਸੀ। ਕਹਿੰਦਾ ਵੀ ਤੂੰ ਇੱਕ ਵਾਰੀ ਉਹਨਾਂ ਨੂੰ ਮਿਲ ਲਾ ਜਾ ਕੇ। ਅਤੇ ਮੈਨੂੰ ਪਤਾ ਸੀ ਵੀ ਜੇ ਮੈਂ ਮਿਲਣ ਚਲ ਗਿਆ ਇਹਨਾਂ ਨੇ ਚੱਕ ਲੈਣਾ ਕੰਮ। ਫਿਰ ਮੈਂ ਭਾਜੀ ਨੂੰ ਵੀ ਨੰਬਰ ਬਦਲ ਲਿਆ, ਭਾਜੀ ਨੂੰ ਵੀ ਨਹੀਂ ਦਿੱਤਾ। ਕਈ ਵਾਰੀ ਡਰ ਪੈ ਜਾਂਦਾ ਹੈ ਨਾ, ਮੈਂ ਕਿਹਾ ਯਾਰ ਬੰਦਾ ਆਪਦੀ ਗੁੱਡਵਿਲ ਲਈ ਕਿਤੇ ਨਾ ਬਚਦਾ ਬਚਦਾ ਦੱਸ ਹੀ ਨਾ ਦੇਵੇ ਕਿੱਥੇ ਆ। ਫਿਰ ਮੈਂ ਕੰਮ ਕੁੰਮ ਚੇਂਜ ਕਰ ਲਿਆ, ਜਗ੍ਹਾਵਾਂ ਬਦਲੀਆਂ। ਫਿਰ ਹਾਰ ਕੇ ਜਦੋਂ ਜਿਹੜੀਆਂ ਜਗ੍ਹਾ ਦਾ ਕਿਸੇ ਨੂੰ ਨਹੀਂ ਵੀ ਪਤਾ, ਲਿਮਿਟਡ ਬੰਦਿਆਂ ਨੂੰ ਪਤਾ, ਜਦੋਂ ਉੱਥੇ ਵੀ ਛਾਪੇ ਪੈਣ ਲੱਗ ਗਏ ਅਤੇ ਲੈਟਰਾਂ ਵੀ 4 ਸਾਲ ਵੀ ਹੋ ਗਏ ਸੀ, ਫਿਰ ਆਪਾਂ ਸਟੈਪ ਲੈ ਲਿਆ। ਮੈਨੂੰ ਲੱਭੀ ਜਾਂਦੇ ਸੀ ਲੋਅਰ ਲੂਰ ਇੱਥੋਂ ਦੇ। ਅੱਛਾ, ਫਿਰ ਤੁਸੀਂ ਆਪੇ ਪੇਸ਼ ਹੋ ਗਏ? ਪੇਸ਼ ਨਹੀਂ ਹੋਇਆ ਮੈਂ ਉਦੋਂ ਆਪਦੀ ਉਸ ਲਾਈਵ ਦੇ ਵਿੱਚ ਵੀ ਇਹ ਗੱਲ ਦੱਸੀ ਸੀ ਵੀ ਮੈਂ ਬਿਨਾਂ ਦੱਸੇ ਮੈਂ ਆਊਟ ਕਰ ਗਿਆ ਕੰਟਰੀ, ਕਿਉਂਕਿ ਉਹ ਮੈਨੂੰ ਲੱਭ ਰਹੇ ਸੀ। ਫਿਰ 20 ਦੇ ਵਿੱਚ ਮੈਂ ਇੱਕ ਵਾਰੀ ਅਪਲਾਈ ਕਰਿਆ, ਉਹ ਮੇਰਾ ਚਲੋ ਰਿਫਿਊਜ਼ ਹੋ ਗਿਆ ਉਦੋਂ। ਅਤੇ 20 ਦੇ ਵਿੱਚ ਸਾਨੂੰ ਪਤਾ ਲੱਗਾ ਕਿ ਮੇਰੇ ਸਰਚ ਵਰੰਟ ਅਜੇ ਤੱਕ ਉੱਥੇ ਚੱਲ ਰਹੇ ਸੀ, ਮੈਨੂੰ 2020 ਤੱਕ ਉਹ ਲੱਭ ਰਹੇ ਸੀਗੇ। ਫਿਰ ਹੁਣ ਉਹ ਅਸੀਂ ਵਰੰਟ ਕੈਂਸਲ ਕਰਾਏ। ਨਹੀਂ, ਜਾਣੀ ਕਿ ਤੁਸੀਂ ਕੰਟਰੀ ਆਊਟ ਆਪਣੀ ਮਰਜ਼ੀ ਨਾਲ ਕੀਤੀ, ਮਤਲਬ ਕਿ ਆਪਣੀ ਮਰਜ਼ੀ ਨਾਲ ਬਿਨਾਂ ਦੱਸੇ ਮੈਂ ਆ ਗਿਆ। ਹਾਂ, ਉਹਨਾਂ ਦੇ ਤਾਂ ਪੱਕਾ ਸੀਗਾ, ਮੇਰੇ ਪਿੱਛੇ ਆਫਿਸਰ ਲਾਏ ਹੋਏ ਸੀਗੇ ਕਿ ਜਿੱਥੇ ਵੀ ਮਤਲਬ ਇਹਦਾ ਕੁਛ ਹੁੰਦਾ ਇਹਨੂੰ ਫੜ ਕੇ ਇਹਨੂੰ ਡਿਟੇਨ ਕਰੋ, ਇਹਦਾ ਜਿਵੇਂ ਕਰਦੇ ਆ ਉਹਨਾਂ ਨੇ ਮੈਨੂੰ ਡਿਟੇਨ ਕਰਨਾ ਸੀ। ਸਪੈਸ਼ਲ ਮੈਨੂੰ ਲੈਟਰਾਂ ਦੇ ਵਿੱਚ ਇਹ ਆਇਆ ਸੀ ਕਿ ਯੂ ਆਰ ਸਬਜੈਕਟ ਟੂ ਡਿਟੇਨ। ਤੇ ਨਹੀਂ, ਮੇਰੀ ਗੱਲ ਸੁਣੋ, ਜਦੋਂ ਤੁਸੀਂ ਕਹਿ ਰਹੇ ਕਿ ਮੈਂ ਇੰਨੇ ਸਾਲ ਇੱਥੇ ਇਲੀਗਲ ਰਿਹਾ, ਮੈਨੂੰ ਪਤਾ ਤੁਸੀਂ ਹੈ ਨਾ, ਤੁਸੀਂ ਕਿਹਾ ਮੈਂ ਪਹਿਲਾਂ ਸਟੱਡੀ ਕੀਤੀ, ਬਾਅਦ ਮੇਰਾ ਪਰਮਿਟ ਨਹੀਂ ਆਇਆ, ਮੈਂ ਚਾਰ ਲੀਗਲ ਰਿਹਾ। ਅਤੇ ਤੁਹਾਨੂੰ, ਤੁਸੀਂ ਲਾਈਵ 'ਚ ਬੋਲਿਆ ਕਿ ਤੁਹਾਨੂੰ ਹਰ ਐਡਰੈਸ 'ਤੇ ਤੁਹਾਡੇ ਛਾਪੇ ਪੈਣ ਡੇ ਸੀ ਓੜੇ, ਕਿ ਜਿੱਥੇ ਤੁਸੀਂ ਕਹਿ ਰਹੇ ਕਿ ਕੈਂਬੀ ਜਿੱਥੇ ਹੈਗਾ ਉੱਥੇ ਸਿਵਲ ਡਰੈਸ ਜਾਂ ਕਿੱਦਾਂ ਵੀ ਹੈ ਨਾ। ਪਰ ਉਹਦੇ ਵਿੱਚ ਹੀ ਭਾਅ ਜੀ ਤੁਸੀਂ ਕੈਨੇਡਾ ਵੰਡਰਲੈਂਡ ਇੱਕ ਸ਼ੋਅ ਵੀ ਲਾਉਂਦੇ ਹੋ ਉਹੀ ਟਾਈਮ ਦੇ ਵਿੱਚ, ਅਤੇ ਜਨਤਾ ਇਹ ਕਹਿੰਦੀ ਕਿ ਜੇ ਬੰਦਾ ਇਲੀਗਲ ਹੈ, ਉਸ ਤੋਂ ਪਹਿਲਾਂ ਸੀ ਸ਼ੋਅ, ਕਿਉਂਕਿ ਮੈਨੂੰ ਲੱਗਦਾ 2015-16 ਦੀ ਇਲੀਗਲ ਇਲੀਗਲ ਵਾਲੇ ਦੌਰ ਦੇ ਵਿੱਚ ਹੀ ਸੀਗਾ ਉਹ ਸ਼ੋਅ। ਬਟ ਸੀਨ ਇਹ ਆ ਕਿ ਹੁਣ ਇੱਕਦਮ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਾ ਮੇਰੇ ਨਾਲ ਕੀ ਸੀਨ ਹੋ ਗਿਆ। ਮੈਂ ਲਿਮਿਟਡ ਬੰਦਿਆਂ ਨੂੰ ਦੱਸਤਾ ਇੱਕ ਆਪਾਂ ਹੈਗੇ ਇੱਦਾਂ ਦੇ ਆ, ਜਿੱਥੇ ਬਹਿ ਜਾਈਏ ਉੱਥੇ ਆਪਦਾ ਆਪ ਖੋਲ ਦੀ ਦਾ। ਹੌਲੀ ਹੌਲੀ ਚੀਜ਼ਾਂ ਸਿੱਖੀਆਂ ਇਹ, ਜਿਹਨੇ ਵਧੀਆ ਤਰੀਕੇ ਨਾਲ ਬੁਲਾ ਲਿਆ ਉਹਨੂੰ ਮੈਂ ਦੱਸਦਾ ਰਿਹਾ। ਫਿਰ ਉਹ ਹੌਲੀ ਹੌਲੀ ਕਰਕੇ 2-2.5 ਸਾਲਾਂ 'ਚ ਚੀਜ਼ਾਂ ਖਿੱਲਰ ਗਈਆਂ, ਪਤਾ ਲੱਗ ਗਿਆ ਵੀ ਹਾਂ ਇਹਦੀ ਆਹ ਸਿਚੁਏਸ਼ਨ ਆ। ਕਿਉਂਕਿ ਬੰਦਾ ਨਾਲ ਦੇ ਵੀ ਪੜ੍ਹਦੇ ਸੋਚਦੇ ਸੀ ਵੀ ਯਾਰ ਅਸੀਂ ਤਾਂ ਵਰਕ ਪਰਮਿਟ 'ਤੇ ਹਾਂ, PR ਹੋ ਗਈ, ਤੇਰਾ ਕੀ ਬਣਦਾ ਹੈ ਨਾ, ਤੇਰੀ ਕਿਉਂ ਨਹੀਂ ਆਈ ਜਾਂ ਜੋ ਵੀ ਆ। ਸੋ ਇੱਦਾਂ ਹੌਲੀ ਹੌਲੀ ਚੀਜ਼ਾਂ ਨਿਕਲ ਗਈਆਂ, ਨਿਕਲਦੀਆਂ। ਠੀਕ ਹੈ, ਅਤੇ ਜਦੋਂ ਇਹ ਘਰਦਿਆਂ ਨੂੰ ਪਤਾ ਲੱਗੀ ਇਹ ਗੱਲ, ਘਰਦਿਆਂ ਦਾ ਕੀ ਰਿਐਕਸ਼ਨ ਸੀ? ਗਾਲਾਂ ਪਈਆਂ ਘਰੋਂ? ਘਰਦਿਆਂ ਨੂੰ ਮੈਂ ਦੱਸਿਆ ਹੀ ਨਹੀਂ ਜਦੋਂ ਮੈਂ ਆਇਆ, ਉਦੋਂ ਹੀ ਪਤਾ ਲੱਗਾ ਉਹਨਾਂ ਨੂੰ। ਉਹਨਾਂ ਨੂੰ ਦੱਸਿਆ ਨਹੀਂ ਸੀ ਕਿ ਮੇਰਾ ਸਿਸਟਮ ਖਰਾਬ ਹੋ ਗਿਆ। ਅਤੇ ਮੈਂ ਕਿਹਾ ਲਾਈਵ 'ਚ ਕੈਂਬੀ ਭਾਅ ਜੀ ਕਹਿੰਦੇ ਵੀ ਨੇ, ਲਾਈਵ 'ਚ ਭਾਅ ਜੀ ਕੈਂਬੀ ਭਾਅ ਜੀ ਕਹਿੰਦੇ ਵੀ ਕਿ ਮੈਂ ਹੁਣ ਸਿੱਧਾ ਘਰ ਨਹੀਂ ਜਾਣਾ, ਮੈਂ ਕੁਛ ਬਣ ਕੇ ਘਰ ਜਾਊਂਗਾ। ਜਦੋਂ ਰਿਪੋਰਟ ਹੋਈ ਉਦੋਂ ਭਾਅ ਜੀ ਕਹਿੰਦੇ ਸੀ ਮੈਂ ਘਰ ਨਹੀਂ ਜਾਂਦਾ ਮਿਲਣ ਆਪਣੇ ਘਰਦਿਆਂ ਨੂੰ, ਮੈਂ ਕੁਛ ਬਣ ਕੇ ਜਾਊਂਗਾ। ਯਾਰ ਉਹ ਫਿਰ ਛਿੱਤਰੇ ਹੀ ਫਿਰਨਾ ਸੀ, ਅਗਲਿਆਂ ਨੇ ਕਹਿਣਾ ਸੀ ਤੂੰ, ਤੈਨੂੰ ਇੰਨੀ ਵੱਡੀ ਜਗ੍ਹਾ ਤੋਂ ਤੂੰ ਮੁੜਿਆ ਆ। ਬਿਨਾਂ ਪੜ੍ਹੇ ਮੁੜਿਆ ਹੁੰਦਾ ਤਾਂ ਯਾਰ ਫਿਰ ਵੀ ਬੰਦਾ ਕਹਿੰਦਾ ਵੀ ਮੈਂ ਪੜ੍ਹਿਆ ਨਹੀਂ, ਨਿਕੰਮਾ ਸੀ। ਮੈਂ ਤਾਂ ਭਰਾਵਾ ਪੜ੍ਹਿਆ ਵੀ, ਪੜ੍ਹਾਈ ਵੀ ਕੀਤੀ ਤਾਂ ਵੀ ਵਰਕ ਪਰਮਿਟ ਨਹੀਂ ਆਇਆ। ਸੋ ਇਹ ਸਟੋਰੀ ਹੁੰਦੀ ਆ। ਕੈਂਬੀ ਵੀਰੇ ਸੋਰੀ, ਦਿੱਲੀ ਜਦੋਂ ਤੁਸੀਂ ਏਅਰਪੋਰਟ 'ਤੇ ਉਤਰੇ ਡਿਪੋਰਟ ਹੋ ਕੇ, ਅਤੇ ਉਸ ਤੋਂ ਬਾਅਦ ਤੁਸੀਂ ਕਿੱਥੇ ਗਏ, ਕਿਹਦੇ ਕੋਲ ਗਏ ਪਹਿਲੀ ਵਾਰ? ਘਰ ਗਏ ਜਾਂ ਕਿਸੇ ਯਾਰ ਦੋਸਤ ਕੋਲ ਗਏ?
ਨਹੀਂ ਆਪਣੇ ਜਿਹੜੇ ਵੀ ਇੱਥੋਂ ਮਿੱਤਰ ਸੀਗੇ ਜਿਨ੍ਹਾਂ ਨਾਲ ਆਪਣਾ ਮੇਰੇ ਗਾਣੇ ਆਉਂਦੇ ਸੀਗੇ ਜਿਹੜੇ ਰੈਕਡ ਦੇ ਉੱਤੇ ਦੇਸੀ ਸਵੈ ਰੈਕਡ ਦੇ ਉੱਤੇ, ਸੋ ਓਬਵੀਅਸਲੀ ਉਹ ਬੰਦਿਆਂ ਨੂੰ ਮੈਂ ਕਿਹਾ, ਮੈਂ ਕਿਹਾ ਯਾਰ ਮੇਰੀ ਸੁਣੋ ਗੱਲ ਵੀ ਮੈਂ ਤਾਂ ਹੁਣ ਤੱਕਿਆ ਹੀ ਆ ਵੀ ਮੈਂ ਕੰਮ ਕਰਨਾ, ਇੱਥੇ ਵੀ ਕੰਮ ਹੀ ਕਰਨਾ ਸੀ ਪਰ ਇੱਥੇ ਜੇ ਮੈਂ ਡਿਟੇਨ ਹੋ ਗਿਆ ਤਾਂ ਚੱਕਰ ਚੱਲ ਜਾਣਾ ਵੱਡਾ, ਹੈ ਨਾ, ਮੁੜ ਕੇ ਹੋ ਪਤਾ ਨਹੀਂ। ਲੈਕ ਆਫ ਇਨਫੋਰਮੇਸ਼ਨ ਸੀ ਮੈਨੂੰ, ਕੋਈ ਕਹਿੰਦਾ ਸੀ ਤੂੰ ਬਿਨਾਂ ਦੱਸੇ ਚੱਲ ਜਾ, ਕੋਈ ਕਹਿੰਦਾ ਸੀ ਤੂੰ ਪੇਸ਼ ਹੋ ਜਾ ਤੇਰਾ ਕਲੀਅਰ ਹੋ ਜਾਊਗਾ, ਐਟਲੀਸਟ ਜੇ ਤੂੰ ਜਾਊਂਗਾ ਵੀ ਤੇਰਾ ਕਲੀਅਰ ਹੋ ਜਾਊਗਾ। ਅਤੇ ਸੱਚੀ ਉੱਥੇ ਮੈਂ ਗਲਤੀ ਕੀਤੀ, ਜੇ ਮੈਂ ਪੇਸ਼ ਹੋ ਕੇ ਆਉਂਦਾ ਨਾ ਬੈਨ ਤਾਂ ਉਦੋਂ ਵੀ ਲੱਗਣਾ ਹੀ ਸੀਗਾ, ਬਟ ਐਟਲੀਸਟ ਦੁਬਾਰਾ ਜਾਣ ਵੇਲੇ ਮੈਨੂੰ ਪੇਪਰ ਆ ਜਿਹੜੇ ਵਰੰਟ ਵਰੁੰਟ ਆ ਇਹ ਕਲੀਅਰ ਨਹੀਂ ਸੀ ਕਰਾਉਣੇ ਪੈਣੇ, ਹੁਣ ਮੈਨੂੰ ਕਰਾਉਣੇ ਪਏ ਸਨ। ਸਹੀ ਗੱਲ, ਸਹੀ ਗੱਲ। ਅਤੇ ਫਿਰ ਉਹ ਉੱਥੇ ਹੀ ਫਿਰ ਮੈਂ ਉਹਨਾਂ ਕੋਲ ਹੀ ਉਹਨਾਂ ਕੋਲ ਰਿਹਾ ਸਾਲ ਕੁ, ਅਤੇ ਉਸ ਤੋਂ ਬਾਅਦ ਉੱਧਰੋਂ ਮੈਂ ਦੁਬਾਰਾ ਫਿਰ ਆਪਦਾ ਸੋਲੋ ਕਰਿਆ। ਸਹੀ, ਅਤੇ ਉਦੋਂ ਦੇ ਲੱਗੇ ਹੋਏ ਆ। ਸਹੀ, ਪਰ ਜਿਹੜੇ ਤੁਹਾਡੇ ਇਹ ਕੈਂਬੀ ਵੀਰੇ ਸਟਾਰਟਿੰਗ 'ਚ ਗਾਣੇ ਆਏ ਸੀ ਨਾ, ਇਹ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਇੱਕ ਮੁਕਾਮ ਇੱਥੇ ਸੈੱਟ ਕਰ ਛੱਡਿਆ। ਉਸ ਤੋਂ ਬਾਅਦ ਤੁਹਾਡੇ ਗਾਣੇ ਆਏ ਪਰ ਉਨੇ ਨਹੀਂ ਚੱਲੇ ਜਿੰਨੇ ਤੁਹਾਡੇ ਦੇਸੀ ਸਵੈਗ, ਸਟੈਂਡਰ, ਨਾਸਾ, ਚੰਗੇ ਦਿਨ ਚੱਲੇ, ਇਹ ਬੜੇ ਇਹਨਾਂ ਨੇ ਇੱਕ ਸੈੱਟ ਕਰ ਦਿੱਤਾ ਮੁਕਾਮ ਜਿਹਾ, ਹੈ ਨਾ, ਵੀ ਇਹ ਤੋਂ ਉੱਪਰ ਤੁਸੀਂ ਡਿਲੀਵਰ ਕਰਨਾ ਹੁਣ ਕੁਛ ਕਰਨਾ ਜੇ ਤੇ ਇਹ ਤੋਂ ਥੱਲੇ ਨਹੀਂ। 100% 100% ਭਾਈ ਦਾ ਮਸਟੈਂਗ ਵਿੱਚ ਆਇਆ ਸੀ, ਉਹ ਬੜਾ ਵਧੀਆ ਹੈ ਮਸਟੈਂਗ ਗਾਣਾ ਵਿਆ, ਉਹ ਬਹੁਤ ਵਧੀਆ ਵਿੱਚ ਭਾਈ ਦਾ ਆਇਆ, ਵਿੱਚ ਬਹੁਤ ਚੱਲਿਆ ਸੀ ਦੇਖ ਲਓ ਟਿਮ ਹੋਟਨ ਟਾਈਮ ਚੱਕ ਦਾ। ਹਾਂ ਬਹੁਤ ਚੱਲਿਆ ਸੀ। ਪਤਾ ਕੀ ਹੁੰਦਾ ਵੀਰੇ, ਇੱਕ ਤਾਂ ਬਾਕੀ ਆਪਦੀ ਸੋਚ ਆ, ਆਪਦਾ ਸਲਿਊਸ਼ਨ ਆ ਇਸ ਗੱਲ ਦਾ। ਮੈਨੂੰ ਇਹ ਲੱਗਦਾ ਕਿ ਹਮੇਸ਼ਾ ਲੋਕ ਨਵੀਂ ਚੀਜ਼ ਨੂੰ ਜ਼ਿਆਦਾ ਅਸੈਪਟ ਕਰਦੇ ਆ, ਜਦੋਂ ਕੋਈ ਬੰਦਾ ਨਵਾਂ ਮਾਰਕੀਟ 'ਤੇ ਆਵੇ ਨਾ ਵਧੀਆ ਜਿਹੜਾ ਕੰਮ ਕਰਦਾ ਉਹਨੂੰ ਜ਼ਿਆਦਾ ਸਪੋਰਟ ਮਿਲਦੀ ਆ, ਜਦੋਂ ਉਹ ਥੋੜ੍ਹਾ ਥੋੜ੍ਹਾ ਪੁਰਾਣਾ ਹੋਣ ਲੱਗ ਜਾਂਦਾ ਲੋਕਾਂ ਲਈ, ਉਹ ਚੀਜ਼ ਐਕਸਾਈਟਮੈਂਟ ਨਹੀਂ ਰਹਿੰਦੀ, ਉਹ ਨੋਰਮਲ ਹੋ ਜਾਂਦਾ ਬੰਦਾ। ਕੈਮੀ ਵੀਰੇ ਤੁਹਾਨੂੰ ਲੱਗਦਾ ਨਾਸਾ ਜਿਹੜਾ ਤੁਸੀਂ ਗੀਤ ਗਾਇਆ, ਤੁਹਾਨੂੰ ਲੱਗਦਾ ਨਾਸਾ ਫਿਊਚਰ ਦੇ ਵਿੱਚ ਇੱਦਾਂ ਦੀ ਕੋਈ ਟੈਕਨੋਲੋਜੀ ਡਿਵੈਲਪ ਕਰ ਸਕਦਾ ਕਿ ਪੰਜਾਬ ਤੋਂ ਬੰਦਾ ਗਿਆ ਕੈਨੇਡਾ ਦਿਹਾੜੀ ਲਾਉਣ ਅਤੇ ਦਿਹਾੜੀ ਲਾ ਕੇ ਪੰਜਾਬ ਆ ਗਿਆ, ਕੋਈ ਇੱਦਾਂ ਦੀ ਫਿਊਚਰ 'ਚ ਹੋ ਸਕਦਾ ਕੋਈ ਟੈਕਨੋਲੋਜੀ? ਦਿਹਾੜੀ ਵਾਲਾ ਤਾਂ ਨਹੀਂ ਹੋ ਸਕਦਾ, ਬਟ ਮੈਨੂੰ ਇੰਨਾ ਲੱਗਦਾ ਵੀ ਐਮਰਜੈਂਸੀ ਜਿਹੜੇ ਬੰਦੇ ਮਿਲੀਅਨਰ ਬਿਲੀਅਨਰ ਬੰਦੇ ਨੇ ਉਹ ਅਫੋਰਡ ਕਰਨਗੇ ਜ਼ਰੂਰ, ਇੱਦਾਂ ਦੀ ਚੀਜ਼ ਪੋਸੀਬਲ ਹੋ ਜੂਗੀ। ਠੀਕ ਹੈ, ਅੱਛਾ ਕੰਟੀਨਿਊ ਰੱਖੋ, ਤੁਸੀਂ ਆਪਣੀ ਗੱਲ ਕਰਨ ਦੇ ਸੀ ਪਹਿਲਾਂ। ਦਿਹਾੜੀਦਾਰ ਵਾਲਾ ਤਾਂ ਹੁਣ ਦਿਹਾੜੀਦਾਰ ਨੇ ਦਿਹਾੜੀਦਾਰ ਦਾ ਥਾਟ ਲਿਖਤਾ, ਸਹੀ ਗੱਲ ਹੈ, ਪਰ ਇਹ ਆ ਵੀ ਉਹ ਟਿਕਟ ਨਹੀਂ ਅਫੋਰਡ ਹੋਣੀ। ਉਦੋਂ ਵੀ ਇੱਦਾਂ ਕਮੈਂਟ ਆਉਂਦੇ ਸੀ ਕਹਿੰਦੇ ਮਾਮਾ ਟਿਕਟ ਕਿੱਥੋਂ ਕਰੇਗਾ ਇੰਨੀ ਮਹਿੰਗੀ। ਹਾਂ ਉਹਦੇ ਵਾਸਤੇ ਪਾਸ ਚਾਹੀਦਾ ਹੈ ਨਾ, ਡੇਲੀ ਅਪ ਡਾਊਨ ਵਾਲਾ। ਚਲੋ ਬਣਾ ਦੇਣ ਫਿਰ ਉਹਨਾਂ ਨੂੰ ਗਾਣਾ ਸੁਣਾਵਾਂਗੇ, ਆਹ ਦੇਖੋ ਅਸੀਂ ਇੰਨੇ ਸਾਲ ਪਹਿਲਾਂ ਗਾਤਾ ਸੀ। ਸਹੀ ਗੱਲ ਹੈ। ਅੱਛਾ ਤੁਹਾਨੂੰ ਜਦ ਤੁਸੀਂ ਗਾਣਾ ਲਿਖਿਆ ਤੁਹਾਨੂੰ ਨਾਸਾ ਬਾਰੇ ਪਤਾ ਸੀ ਵੀ ਅਮਰੀਕਾ 'ਚ ਕੁਛ ਇੱਦਾਂ ਦੀ ਹੈ ਵੀ ਜਿਹੜੀ ਰੋਕਟ ਬਣਾਉਂਦੀ ਹੈ? ਹਾਂਜੀ, ਨਵੇਂ ਉਦੋਂ ਇੰਟਰਨੈਟ ਨਾਲ ਇੰਟਰਵਿਊ ਸੀ ਬਾਹਰ ਜਾ ਕੇ ਹੋਏ ਹੈ ਨਾ, ਇੱਥੇ ਤਾਂ ਲੈਪਟੋਪ ਵਗੈਰਾ ਫੋਨ ਫਾਨ ਵੀ ਨਹੀਂ ਸੀ ਹੁੰਦਾ ਮੇਰੇ ਕੋਲ ਇੱਥੇ, ਮੈਂ ਗਾਣੇ ਗੁਣੇ ਯਾਰਾਂ ਬੇਲੀਆਂ ਦੇ ਫੋਨ ਦੇ ਉੱਤੇ ਸੁਣਦਾ ਹੁੰਦਾ ਜੀ, ਗਾਣੇ ਸੁਣਨ ਦਾ ਸ਼ੌਂਕ ਸੀ ਬਹੁਤ ਜ਼ਿਆਦਾ। ਅਤੇ ਉੱਥੇ ਜਾ ਕੇ ਪਤਾ ਲੱਗਾ ਵੀ ਨਾਸਾ ਇੱਦਾਂ ਚੀਜ਼ਾਂ ਨਵੀਆਂ ਇੰਟਰੋਡਿਊਸ ਹੋਈਆਂ ਜ਼ਿੰਦਗੀ 'ਚ ਵੀ ਆਹ ਕੀ ਆ ਇੱਦਾਂ ਇੱਦਾਂ ਹੈ ਨਾ ਸਿਸਟਮ। ਫੇਸਬੁੱਕ ਉੱਥੇ ਜਾ ਕੇ ਬਣਾਈ ਸੀ ਮੈਂ ਕੈਨੇਡਾ ਜਾ ਕੇ। ਭਾਈ ਜਿਹੜਾ ਤੁਹਾਡਾ ਗਾਣਾ ਵਾ ਚੈਲੇਂਜ ਨਾਸਾ, ਉਹ ਅੱਜ ਵੀ ਜੇ ਕੋਈ ਇੰਡੀਆ ਬੰਦਾ ਜਾਵੇ ਤਾਂ ਉਹੀ ਗਾਣਾ ਲਾਉਂਦਾ ਹੈ, ਅਤੇ ਅੱਜ ਵੀ ਚੱਲਦਾ ਗਾਣਾ ਉਹ, ਅੱਜ ਵੀ ਉਹਦੇ ਵਿਊ ਆਉਂਦੇ ਹੋਣੇ ਆ, ਅਤੇ ਲੋਕਾਂ ਦੇ ਮਨ 'ਚ ਸਵਾਲ ਆਉਂਦਾ ਜਿਹੜਾ ਪੁਰਾਣੇ ਸਿੰਗਰਾਂ ਦੇ ਗਾਣੇ ਹੁੰਦੇ ਜਾਂ ਕੁਛ ਵੀ, ਉਹਦੇ ਪੈਸੇ ਅੱਜ ਵੀ ਤੁਹਾਨੂੰ ਥੋੜ੍ਹੇ ਬਹੁਤੇ ਆਉਂਦੇ ਨੇ ਕਿ ਜਾਂ ਫਿਰ ਉਸ ਕੰਪਨੀ ਵਾਲਿਆਂ ਕੋਲ ਜਾਂਦੇ ਨੇ ਸਾਰੇ ਕਿ ਤੁਹਾਡਾ ਗਾਣਾ ਹੋ ਗਿਆ, ਬਸ ਉਦੋਂ ਪੈਸੇ ਮਿਲ ਗਏ ਹੁਣ ਉਹ ਪੈਸੇ ਉਹ 'ਚ ਕੁਛ ਨਹੀਂ ਮਿਲਣਾ, ਭਾਵੇਂ ਜਨਮ ਹੀ ਚਲੀ ਜਾਵੇ ਗਾਣਾ ਉਹ। ਵੀਰ ਮੇਰਿਆ, ਮੈਨੂੰ ਤਾਂ ਪੈਸਿਆਂ ਨੂੰ ਮੁੱਖ ਨਹੀਂ ਮੈਂ ਰੱਖਿਆ ਜ਼ਿੰਦਗੀ 'ਚ, ਅਤੇ ਇਹ ਮੇਰੇ ਤੋਂ ਗਲਤੀ ਹੋਈ ਬਹੁਤ ਵੱਡੀ ਮੇਰੀ। ਮੇਰੇ ਗਾਣੇ ਇੰਨੇ ਅੱਜ ਤੱਕ ਚੱਲੇ ਆ, ਇੱਕ ਨਾ ਬੰਦੇ ਦਾ ਐਜ਼ ਅ ਲਿਰਿਸਿਸਟ ਅਤੇ ਕੰਪੋਜ਼ਰ ਰੋਇਲਟੀ ਆਉਂਦੀ ਹੁੰਦੀ ਆ। ਮੇਰੀ ਅੱਜ ਤੱਕ ਦੀ ਗਾਣਿਆਂ ਦੀ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਨਹੀਂ, ਜਿਹੜੇ ਦੱਸ ਵੀ ਸਕਦੇ ਸੀ ਉਹਨਾਂ ਨੇ ਦੱਸਿਆ ਨਹੀਂ, ਉਹਨਾਂ ਨੂੰ ਨੌਲੇਜ ਸੀਗੀ ਮੈਨੂੰ ਨਹੀਂ ਦੱਸਿਆ। ਫਿਰ ਜਦੋਂ ਮੈਨੂੰ ਪਤਾ ਲੱਗਾ, ਫਿਰ ਜਦੋਂ ਮੈਂ ਬੰਦਾ ਲੱਭਿਆ, ਉਹ ਪਤੰਦਰ ਮੇਰੇ ਰੋਇਲਟੀਆਂ ਦੇ ਪੈਸੇ ਖਾ ਗਿਆ। ਮੈਨੂੰ ਅੱਜ ਤੱਕ ਮੇਰੇ ਜ਼ਿੰਦਗੀ ਦੇ ਵਿੱਚ ਕਿੰਨੇ ਗਾਣੇ ਅੱਜ ਤੱਕ ਚੱਲੇ ਆ, ਮੈਨੂੰ ਰੋਇਲਟੀਆਂ 65,000 ਰੁਪਈਆ ਰੋਇਲਟੀ ਆਈ ਆ ਅੱਜ ਤੱਕ ਦੀ। ਹੁਣ ਮੈਂ ਥੋੜ੍ਹਾ ਜਿਹਾ ਸਿਸਟਮ ਸੈੱਟ ਕੀਤਾ, ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਅੱਗੇ ਗਾਣੇ ਆਉਣਗੇ ਉਹਨਾਂ ਤੋਂ ਰੋਇਲਟੀ ਜ਼ਰੂਰ ਆਊਗੀ, ਥੋੜ੍ਹੀ ਬਹੁਤੀ ਜਿੰਨੇ ਵੀ ਗਾਣੇ ਚੱਲੇ ਉਸ ਹਿਸਾਬ ਨਾਲ। ਅਤੇ ਦੂਜੀ ਗੱਲ, ਮੈਂ ਜਿਹੜਾ ਚੈਲੇਂਜ ਟੂ ਨਾਸਾ ਗਾਣਾ ਜ਼ਿੰਦਗੀ 'ਚ ਜੇ ਇੰਨਾ ਵੱਡਾ ਹੋਇਆ, ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਗੱਲ ਕਹੂੰਗਾ, ਮੈਂ ਇਸ ਗਾਣੇ ਦਾ ਸਭ ਤੋਂ ਜ਼ਿਆਦਾ ਵੱਡਾ ਸ਼੍ਰੇਅ ਦਿੰਦਾ ਹਰਵਿੰਦਰ ਸਿੱਧੂ ਪੰਜਾਬ ਰੈਕਡ ਤੋਂ, ਜਿਹਨੇ ਇਸ ਗਾਣੇ ਨੂੰ ਇਸ ਗਾਣੇ 'ਤੇ ਟਰੱਸਟ ਕਰਕੇ ਉਸ ਟਾਈਮ 'ਚ ਇਸ ਗਾਣੇ 'ਤੇ ਪੈਸਾ ਲਾਇਆ। ਸੁੱਖ ਸੰਘੇੜੇ ਤੋਂ ਵੀਡੀਓ ਕਰਾਈ, ਨੋਰਮਲ ਗੱਲ ਨਹੀਂ ਸੀ ਉਸ ਵੇਲੇ ਸੁੱਖ ਸੰਘੇੜੇ ਤੋਂ ਵੀਡੀਓ, ਉਸ ਬੰਦੇ ਨੇ ਪ੍ਰਮੋਟ ਕੀਤਾ, ਅਤੇ ਉਸ ਤੋਂ ਬਾਅਦ 'ਚ ਸੈਕਿੰਡ ਨੰਬਰ 'ਤੇ ਮੈਂ ਰੱਖਦਾ ਜਿਹੜੇ ਭਰਾ ਨੇ ਇਹਦਾ ਮਿਊਜ਼ਿਕ ਕੀਤਾ, ਪ੍ਰੀਤ ਹੁੰਦਲ ਨੇ, ਕਿਉਂਕਿ ਉਹਨੇ ਮਿਊਜ਼ਿਕ 'ਚ ਵੀ ਜਾਨ ਪਾਈ, ਅਤੇ ਐਂਡ 'ਤੇ ਮੈਂ ਆਪਦਾ ਰੱਖਦਾ ਕਿ ਹਾਂ ਚਲੋ ਮੈਂ ਲਿਖਿਆ ਮੈਂ ਗਾਇਆ।
ਨਹੀਂ ਭਾਜੀ ਤਾਂ ਤੁਸੀਂ ਕਿਹਾ ਕਿ ਰੋਲਟੀਆਂ ਮੇਰੀ ਖਾ ਗਏ ਹਨਾ ਲੋਕ, ਤੇ ਮੈਂ ਕਹਿੰਦਾ ਸਾਡੀ ਮੇਰੀ ਤੇ ਇਟਲੀ ਵਾਲੇ ਦੀ ਨਾ ਬੜੇ ਸਿੰਗਰਾਂ ਨਾਲ ਆਫ ਦਾ ਕੈਮਰਾ ਬੜੀ ਵਾਰੀ ਗੱਲ ਹੁੰਦੀ ਆ ਵਿੱਚੋਂ, ਮੈਂ ਕਹਿੰਦਾ 70% ਦਾ ਇਹ ਚੀਜ਼ ਹੁੰਦੀ ਆ ਕਿ ਸਾਡੇ ਇੱਥੇ ਪੈਸੇ ਕੰਪਨੀ ਵਾਲੇ ਖਾ ਗਏ, ਇੱਥੇ ਪੈਸੇ ਖਾ ਗਏ, ਉੱਥੇ ਖਾ ਗਏ, ਅਤੇ ਮੈਂ ਕਹਿੰਦਾ ਬਾਕੀ ਸਾਰੇ ਚਲੋ ਕਈ ਕਈ ਸਿੰਗਰ ਜਿਹੜੇ ਕਮਾ ਰਹੇ ਉਹ ਤਾਂ ਕਮਾ ਹੀ ਰਹੇ ਨੇ, ਅਤੇ ਜਿਹੜੇ ਮਤਲਬ ਕਿ ਨੋਰਮਲ ਸਿੰਗਰ ਨੇ ਜਿਹਨਾਂ ਦੇ ਪੈਸੇ ਤੁਸੀਂ ਕਹਿੰਦੇ ਕਈ ਤੁਹਾਡੇ ਖਾ ਗਏ ਹਨਾ, ਅਤੇ ਪੈਸੇ ਖਾਣ ਤੋਂ ਬਾਅਦ ਵੀ ਕਈ ਸਿੰਗਰ ਇੱਦਾਂ ਦੀ ਲਾਈਫ ਸਟਾਈਲ ਕਿੱਦਾਂ ਰੱਖ ਲੈਂਦੇ ਨੇ, ਮਹਿੰਗੇ ਮਹਿੰਗੇ ਕੱਪੜੇ, ਮਹਿੰਗੀਆਂ ਮਹਿੰਗੀਆਂ ਘੜੀਆਂ, ਐਨਕਾਂ, ਮਤਲਬ ਕਿ ਇੱਕ ਮਤਲਬ ਕਿ ਜੇ ਪੈਸੇ ਖਾਏ ਜਾ ਰਹੇ ਨੇ ਫਿਰ ਕਿੱਦਾਂ ਲਾਈਫ ਸਟਾਈਲ ਮੇਨਟੇਨ ਰੱਖ ਰਹੇ ਨੇ ਸਿੰਗਰ, ਕੀ ਕਰਦੇ ਨੇ? ਮੇਰੇ ਨਾ ਪਿਛਲੇ ਚਾਰ, ਹਾਂਜੀ ਹਾਂਜੀ, ਮੇਰੇ ਪਿਛਲੇ ਚਾਰ ਗਾਣੇ ਕੱਢ ਕੇ ਦੇਖ ਲਿਓ, ਚਾਰ ਛੱਡੋ ਪੰਜ ਹੀ ਕੱਢ ਕੇ ਦੇਖ ਲਿਓ, ਆ ਤੁਹਾਨੂੰ ਸੇਮ ਐਨਕ ਉਹਦੇ 'ਚ ਮਿਲੂਗੀ। ਕੈਂਬੀ ਵੀਰੇ ਘਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ, ਕਿੰਨੇ ਤੁਹਾਡੇ ਬ੍ਰਦਰ ਹੋ ਤੁਸੀਂ? ਮੇਰਾ ਇੱਕ 6 ਸਾਲ ਵੱਡਾ ਭਰਾ ਆ, ਉਹ ਮੈਰਿਡ ਆ। ਠੀਕ ਆ। ਅਤੇ ਮੰਮੀ ਡੈਡੀ ਭਾਬੀ ਅਤੇ ਭਤੀਜਾ। ਸਹੀ। ਅਤੇ ਫਾਦਰ ਸਾਹਿਬ ਕੋਈ ਜੋਬ ਕਰਦੇ ਸੀ ਪਹਿਲਾਂ? ਫਾਦਰ ਸਾਹਿਬ ਮੇਰੇ, ਉਹਨਾਂ ਨੇ ਅੱਜ ਵੀ ਦੁਕਾਨ ਆ, ਮੇਰੇ ਬਾਪੂ ਨੇ ਫੋਟੋਗ੍ਰਾਫੀ ਦਾ ਕੰਮ ਕੀਤਾ ਸਾਰੀ ਜ਼ਿੰਦਗੀ। ਸਹੀ, ਸੋਹਣਾ ਕੰਮ, ਸੋਹਣਾ ਕੰਮ। ਅਤੇ ਵਿਆਹ ਕਦੋਂ ਕਰਾਉਣਾ? ਅਤੇ ਹੈ ਵਿਆਹ ਕਦੋਂ ਕਰਾਉਣਾ ਫਿਰ, ਹੁਣ ਤਾਂ ਉਮਰ ਹੋ ਗਈ ਕਾਫੀ। ਉਹ ਹੱਦ ਹੋ ਗਈ, ਤੁਹਾਡੇ ਤੋਂ ਜਵਾਨ ਆ ਯਾਰ, ਮੈਂ ਹੱਲੇ ਜਵਾਕ ਆ। ਨਹੀਂ, ਮੈਂ ਕਿਹਾ ਵਿਆਹ ਦੀ ਉਮਰ ਹੋ ਗਈ ਭਰਾਵਾ, ਮੈਂ ਵਿਆਹ ਦੀ ਉਮਰ ਕਹਿ ਰਿਹਾ। ਇੱਕ ਮਿੰਟ ਫਰੈਸ਼ੀ ਭਾਜੀ, ਤੇ ਮੇਰੇ 'ਚ ਸ਼ਰਤ ਲੱਗੀ ਸੀ, ਤੁਸੀਂ ਆਪਣਾ ਸਨ ਦੱਸਿਓ, ਕਿਹੜੇ ਕਿਹੜੇ ਬਰਥ ਤੁਸੀਂ, ਕਿਹੜੇ ਜੇਰ 'ਚ ਸਾਲ 'ਚ ਜੰਮੇ? ਰਾਜ਼ ਵਾਲੀਆਂ ਗੱਲਾਂ ਕਿਉਂ ਦੱਸਾਂ? 90 'ਚ 91-92 ਦੇ, 90 ਦੇ ਮੈਨੂੰ ਲੱਗਦਾ। ਉਹ ਹੈਲੋ ਹੈਲੋ, ਨਹੀਂ 88 ਦਾ ਆਇਆ ਮੈਂ ਤਾਂ। ਨਹੀਂ ਨਹੀਂ ਨਹੀਂ, ਮੈਂ ਮੈਨੂੰ ਜੇ ਭਾਜੀ ਕਹਿੰਦੇ ਮੈਂ ਤੇਰੇ ਤੋਂ ਛੋਟਾ, ਫਿਰ ਮੈਂ ਤਾਂ 99 ਦਾ ਵਾਂ ਸ਼ਰ ਭਾਜੀ, ਮੇਰੇ ਤੋਂ ਛੋਟੇ ਹੋਣ ਫਿਰ ਭਰਾ। ਚਲੋ ਨਹੀਂ ਨਹੀਂ, ਮੇਰਾ ਮੇਰਾ ਹੈਗਾ 98। ਤੁਸੀਂ 99 ਆ? ਮੈਂ 99 ਆ। ਚਲੋ ਛੱਡੋ, ਆਪਾਂ ਹਿਸਾਬ ਕਿਤਾਬ 'ਚ ਨਹੀਂ ਪੈਣਾ, ਚੋਰੀ ਚੋਰੀ ਫੜ ਲੈਣੀ ਤੁਸੀਂ ਮੇਰੀ। ਮੈਂ ਤੁਹਾਡੀ ਨਾ ਇੱਕ ਇੰਟਰਵਿਊ ਦੇਖੀ, ਉਹਦੇ 'ਚ ਤੁਸੀਂ ਕਹਿੰਦੇ ਪਏ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ। ਕਿਉਂ ਨਹੀਂ ਕਰਾਉਣਾ? ਕੁੜੀਆਂ ਨੂੰ ਡਰ ਲੱਗਦਾ, ਚੱਕ ਮਾਰਦੀਆਂ ਨੇ ਯਾਰ। ਨਿਭਣੀ ਨਹੀਂ ਯਾਰ, ਕਿਉਂ ਐਵੇਂ ਡਿਵੋਰਸ ਹੁੰਦੇ ਫਿਰਨਗੇ ਫਿਰ ਯਾਰ? ਐਡੇ ਚੰਗੇ ਮੁੰਡੇ ਸ਼ਰੀਫ ਤੁਸੀਂ ਕੈਂਬੀ ਵੀਰੇ, ਕੀ ਤੁਸੀਂ ਜਨਾਨੀਆਂ ਨੂੰ ਕੁੱਟਦੇ ਹੋ ਕਿ ਡੋਮੈਸਟਿਕ ਵਾਇਲੈਂਸ ਕਰਦੇ? ਨਹੀਂ ਅਜੇ ਅਜੇ ਗੁੱਸੇ ਅਜੇ ਨਾ ਗੁੱਸੇ 'ਤੇ ਕੰਟਰੋਲ ਨਹੀਂ ਹੈਗਾ, ਹੌਲੀ ਹੌਲੀ ਸ਼ਾਇਦ ਕਰ ਲਈਏ, ਫਿਰ ਦੇਖਾਂਗੇ ਅੱਗੇ ਡਿਸੀਜਨ। ਅਜੇ ਤਾਂ ਲੱਗਦਾ ਆਪ ਹੀ ਕੁੱਟ ਹੋ ਜਾਣੀ ਆ। ਅਤੇ ਤੁਸੀਂ ਯਾਰ ਕਾਂਬੀ ਬਾਈ, ਇੱਕ ਨਾ ਇੱਕ ਜਦੋਂ ਤੁਹਾਡੇ ਉੱਥੇ ਵਿਆਹਾਂ ਦੀ ਗੱਲ 'ਚੋਂ ਮੈਂ ਗੱਲ ਹੁੰਦੀ ਹਾਂ, ਇੱਕ ਲੋਕ ਨਾ ਉਹ ਗੱਲ 'ਤੇ ਬੜੇ ਲੋਕ ਕਹਿੰਦੇ ਨੇ ਕਿ ਕਾਂਬੀ ਦਾ ਗਾਣਾ ਹੈਗਾ ਵਾਰ 7ਵੀਂ ਵੀ ਮੈਨੂੰ ਸੱਚਾ ਪਿਆਰ ਹੋ ਗਿਆ। ਯਾਰ 7 ਵਾਰੀ ਕਿੱਦਾਂ ਸੱਚਾ ਪਿਆਰ ਹੋ ਸਕਦਾ ਕਿਸੇ ਨੂੰ, ਤੂੰ ਇਹ ਦੱਸ ਮੇਰਾ ਫਿਰ ਪਹਿਲਾਂ। ਸਤਾਰ ਯਾਰ, ਇਸ਼ਕ ਤਾਂ ਫਿਰ ਉਹ ਆ ਨਾ ਵੀ ਇਸ਼ਕ ਤਾਂ ਫਿਰ ਜੇ ਸੱਚਾ ਆ ਤਾਂ ਹੀ ਇਸ਼ਕ ਆ। ਆਪਾਂ ਲਾਸਟ ਲਈ ਕਿਸੇ ਨਾਲ ਜੁੜੇ ਹੀ ਨਹੀਂ, ਜਿਹਨਾਂ ਜੁੜੇ ਆ ਦਿਲੋਂ ਜੁੜੇ ਆ, ਤੇ ਜਦੋਂ ਦਿਲੋਂ ਜੁੜੇ ਆ ਫਿਰ ਪਿਆਰ ਤਾਂ ਹੋ ਹੀ ਜਾਂਦਾ। ਤੇ ਵੈਸੇ ਗਰਲਫ੍ਰੈਂਡ ਰਹੀ ਪਹਿਲਾਂ? 7ਵੀਂ ਵਾਰੀ ਪਿਆਰ ਤਾਂ ਹੀ ਹੋਇਆ, ਹੋਰ ਗਰਲਫ੍ਰੈਂਡ ਕਹਿੰਦੇ, ਹੋਰ ਪਿਆਰ ਕਿੰਨਾ ਹੋਇਆ? ਪਹਿਲੀ ਗਰਲਫ੍ਰੈਂਡ ਤੁਸੀਂ ਕਿਹੜੇ ਸਨ 'ਚ ਬਣਾਈ ਹੋਏਗੀ ਤੇ ਕਿੰਨੀ ਉਮਰ ਸੀ ਉਦੋਂ? ਨਹੀਂ ਬਈ, ਇਹ ਪਰਸਨਲ ਗੱਲਾਂ ਇਹ। ਅੱਛਾ, ਨਹੀਂ ਨਹੀਂ ਠੀਕ, ਗੁੱਡ, ਵੇਖਿਆ ਐ ਇਮਾਨਦਾਰੀ ਹੁੰਦੀ ਹੈ। ਸਹੀ। ਤੇ ਕੈਂਬੀ ਵੀਰੇ ਕਦੀ ਫਿਲਮਾਂ ਵੱਲੋਂ ਆਫਰ ਨਹੀਂ ਆਈ ਪਈ, ਆ ਜਾ ਫਿਲਮ ਕਰੀਏ ਯਾਰ ਕੋਈ? ਨਹੀਂ ਵੀਰੇ, ਫਿਲਹਾਲ ਤਾਂ ਨਹੀਂ। ਠੀਕ ਆ, ਬਟ ਜੇ ਰੱਬ ਨੇ ਚਾਹਿਆ, ਰੁਝਾਨ ਜ਼ਰੂਰ ਹੈਗਾ ਆ, ਆਪ ਦਾ ਆਪ ਪ੍ਰੂਵ ਕਰਕੇ ਜ਼ਰੂਰ ਕਰਾਂਗੇ ਇਹ ਵੀ ਚੀਜ਼ ਜ਼ਿੰਦਗੀ 'ਚ ਜੇ ਮਾਲਕ ਨੇ ਲਿਖਿਆ ਹੋਇਆ। ਸਹੀ ਸਹੀ। ਕੈਂਬੀ ਬਾਈ, ਤੁਹਾਡਾ ਬੋਡੀ ਡਬਲ ਕਿਹੜੇ ਕੰਟਰੀ 'ਚ ਰਹਿੰਦਾ? ਤੁਸੀਂ ਪਿੱਛੇ ਸਟੋਰੀਆਂ ਪਈਆਂ ਸੀ, ਉਹ ਮੁੰਡਾ ਯੂਰਪ 'ਚ ਹੈ ਕਹਿੰਦਾ, ਜਿਹੜਾ ਤੁਹਾਡੇ ਵਰਗਾ ਫੇਸ ਟੂ ਸੇਮ ਟੂ ਸੇਮ ਤੁਹਾਡੇ ਵਰਗਾ ਲੱਗਦਾ, ਬਸ ਥੋੜ੍ਹਾ ਬੋਡੀ ਬਿਲਡਰ ਟਾਈਪ ਹੈ, ਉਹ ਕਿੱਥੇ? ਆਸਟਰੀਆ। ਆਸਟਰੀਆ ਤੁਸੀਂ ਮਿਲਣ ਵੀ ਗਏ ਸ਼ਾਇਦ ਉਹਨੂੰ ਨਾ? ਹਾਂਜੀ, ਮੈਂ ਮਿਲਣ ਵੀ ਗਿਆ ਸੀ, ਗੁੱਡ ਰਿਲੇਸ਼ਨ ਆ, ਸਾਰੀ ਫੈਮਿਲੀ ਨੇ ਗੁੱਡ ਰਿਲੇਸ਼ਨ ਆ, 2 ਬੇਟੀਆਂ ਨੇ ਉਹਦੇ ਭਰਾ ਦੇ, ਅਤੇ ਬਹੁਤ ਵਧੀਆ ਇੰਡੀਅਨ ਹੈ ਸਾਡਾ ਬਹੁਤ ਕੁਛ। ਨਹੀਂ ਉਹ ਆਸਟਰੀਆ ਆ ਭਰਾ, ਗੋਰਾ ਆ ਉਹ। ਅੱਛਾ, ਗੋਰਾ ਹੈ, ਤੁਹਾਡੇ ਵਰਗਾ ਲੱਗਦਾ ਸੇਮ? ਹਾਂਜੀ, ਕਿਸੇ ਐਂਗਲ ਤੋਂ, ਇੱਕ ਇੱਕ ਐਂਗਲ ਤੋਂ ਲੱਗਦਾ ਇਦਾਂ ਵੀ ਜਿੱਦਾਂ ਸਾਈਡ ਫੇਸ ਤੋਂ। ਹਾਂ, ਇਹ ਨਹੀਂ ਸੀ ਗੱਲ ਦਾ ਮੈਨੂੰ ਪਤਾ। ਹਾਂ, ਤੇ ਜਦੋਂ ਤੁਸੀਂ ਬਹੁਤ ਸਾਡਾ ਅਸੀਂ ਜਦੋਂ ਬੈਠੇ ਅਸੀਂ ਗੱਲਾਂ ਬਾਤਾਂ ਕੀਤੀਆਂ, ਤੇ ਮੈਂ ਹੈਰਾਨ ਸੀਗਾ ਵੀ ਸਾਡੀਆਂ ਜ਼ਿੰਦਗੀ ਦੇ ਵਿੱਚ ਸਿਰਫ ਵੇਖਦੇ ਨਹੀਂ ਸੀ ਅਸੀਂ ਇੱਕੋ ਜਿਹੇ, ਸਾਡਾ ਬਹੁਤ ਕੁਛ ਕਨੈਕਟਡ ਸੀਗਾ। ਉਹ ਵੀ ਫੁੱਟਬਾਲ, ਕਿਸੇ ਵੇਲੇ ਬਹੁਤ ਆਸ਼ਕ ਸੀ ਫੁੱਟਬਾਲ ਦਾ, ਫਿਰ ਉਹਦੇ ਇੰਜਰੀ ਹੋ ਗਈ, ਫਿਰ ਉਹਨੇ ਫੁੱਟਬਾਲ ਕੁਇਟ ਕਰਤਾ, ਫਿਰ ਹੋਰ ਡੇਟਾਂ ਜ਼ਿੰਦਗੀ ਦੀਆਂ ਬਹੁਤ ਕੁਛ ਰਲੀਆਂ ਸਾਡੇ, ਹੈ ਨਾ, ਫਿਰ ਸੁਭਾਅ ਇੱਕੋ ਜਿਹਾ, ਨੇਚਰ ਇੱਕੋ ਜਿਹਾ, ਵੇ ਆਫ ਐਕਟ, ਵੇ ਆਫ ਸਪੀਕਿੰਗ ਇੱਕੋ ਜਿਹਾ, ਅਤੇ ਅਸੀਂ ਦੋਵੇਂ ਜਾਣੇ ਹੈਰਾਨ ਸੀਗੇ ਵੀ ਬਹੁਤ ਕੁਛ ਕਨੈਕਟ ਹੋ ਰਿਹਾ ਸੀ ਸਾਡਾ। ਅਤੇ ਤੁਸੀਂ ਮੰਨਦੇ ਹੋ ਵੀ ਮਲਟੀਵਰਸ ਹੁੰਦਾ ਹੈ, ਵੀ ਆਪਣੀ ਸ਼ਕਲ ਦੇ 6-7 ਬੰਦੇ ਹੁੰਦੇ ਨੇ? ਬਹੁਤ ਬਹੁਤ ਇਮੈਜੀਨੇਟਰੀ ਬੰਦਾ ਆ ਮੈਂ, ਬਹੁਤ ਇਮੈਜੀਨੇਸ਼ਨ 'ਚ ਰਹਿਣ ਵਾਲਾ, ਸੋ ਮੈਂ ਇਹ ਚੀਜ਼ ਨੂੰ ਮੰਨਦਾ 100%। ਅੱਛਾ, ਬਸ ਟੋਲਿਆਂ ਸ਼ੋਲਿਆਂ ਦਾ ਫਰਕ ਸੀਗਾ।
ਪਰ ਕੈਂਬੀ ਭਾਜੀ ਹੁਣ ਡੋਲੇ ਤੇ ਮਿਹਨਤ ਵੀ ਕਰ ਰਹੇ ਨੇ। ਮੈਂ ਗਿਆ ਉੱਥੇ ਤੱਕ ਤਾਂ ਨਹੀਂ ਪਹੁੰਚਦੇ, ਉਹਨੇ ਜ਼ਿੰਦਗੀ ਲਾਤੀ ਆਪਣੀ ਸਾਰੀ ਹੈ ਨਾ ਉਸ ਮਿਹਨਤ 'ਤੇ, ਪਰ ਇੰਨਾ ਆ ਵੀ ਫਟੇ ਚੱਕ ਦਾਂਗੇ ਹੁਣ ਜਲਦੀ, ਕਮਿਟਮੈਂਟ ਆ। ਸੋਸ਼ਲ ਮੀਡੀਆ ਵੇਖਦੇ ਤੁਸੀਂ ਰੀਲਾਂ, ਯੂਟਿਊਬ, ਟਿਕਟੋਕ ਵੇਖਦੇ? ਚੱਲ ਟਿਕਟੋਕ 'ਤੇ ਚੱਲਦਾ ਨਹੀਂ ਇੰਡੀਆ, ਪਰ ਇੰਸਟਾਗ੍ਰਾਮ ਵੇਖਦੇ? ਬਹੁਤ ਵੇਖਦਾ ਬਟ ਬਹੁਤ ਘੱਟ। ਅੱਛਾ, ਕੀ ਕਰਦੇ ਤੁਸੀਂ ਸਾਰੀ ਦਿਹਾੜੀ, ਕੀ ਕਰਦੇ? ਗਾਣੇ ਲਿਖਦੇ ਹੋ, ਫਿਲਮਾਂ ਵੇਖਦੇ, ਕੀ ਕਰਦੇ ਰਹਿੰਦੇ ਸਾਰੀ ਦਿਹਾੜੀ? ਨਹੀਂ ਸਾਡੀ ਵੀਡੀਓ ਦੇਖਦੇ ਨੇ ਭਾਈ। ਨਹੀਂ ਮੈਂ ਹੁਣ ਜਿੱਦਾਂ ਜਿੰਮ ਸਟਾਰਟ ਕਰ ਲਿਆ, ਫਿਰ ਮੀਲ ਮੈਂ ਆਪਦਾ ਸ਼ੁਰੂ ਤੋਂ, ਮੇਰੀ ਆਦਤ ਆ ਮੈਂ ਆਪਦਾ ਮੀਲ ਆਪ ਬਣਾਉਣਾ, ਅਤੇ ਹੁਣ ਮੈਂ ਜੇ ਜਿੰਮ ਸਟਾਰਟ ਕਰ ਲਿਆ, ਮੈਂ ਸਵੇਰੇ ਉੱਠ ਕੇ ਆਪਦਾ ਜਿੰਮ ਜਾਣਾ ਹੁੰਦਾ, ਫਿਰ ਸਾਰਾ ਦਿਨ ਇੱਦਾਂ ਮੀਲ ਪ੍ਰੈਪਰੇਸ਼ਨ 'ਚ ਲੰਘ ਜਾਂਦਾ ਵੀ ਹੁਣ ਆਹ ਖਾ ਲਈਏ, ਹੁਣ ਆਹ ਖਾ ਲਈਏ, ਫਿਰ ਵਿੱਚ ਵਾਈਵਿਨ ਵੀ ਕਰ ਲਈ ਦੀ ਆ, ਨੈੱਟਫਲਿਕਸ ਵਗੈਰਾ ਦੇਖ ਲਈ ਦਾ, ਸਟੂਡੀਓ ਚੱਲ ਜਾਈਦਾ, ਬਸ ਇੱਦਾਂ ਟਾਈਮ ਲੰਘ ਜਾਂਦਾ। ਅਤੇ ਨੈੱਟਫਲਿਕਸ 'ਤੇ ਲੇਟੈਸਟ ਫਿਲਮ ਜਾਂ ਸੀਰੀਜ਼ ਕਿਹੜੀ ਵੇਖੀ? ਏਅਰਬੈਂਡਰ ਤੇ ਇੱਕ ਜਿਹੜੀ ਆ ਉਹ ਫਿਊਰੀ ਨਹੀਂ ਆਈ, ਉਹ ਮੈਂ ਰਾਤ ਕੰਪਲੀਟ ਕੀਤੀ। ਫਿਊਰੀ ਫਿਊਰੀ, ਅੱਛਾ ਮੈਂ ਵੇਖਦੀ ਅਜੇ ਤੱਕ, ਉਹ ਕਿੱਦਾਂ ਦੀ ਫਿਊਰੀ? ਫਿਊਰੀਸ ਘੈਂਟ ਆ, ਬਟ ਲਾਸਟ ਏਅਰਬੈਂਡਰ ਜ਼ਰੂਰ ਦੇਖਿਓ, ਉਹ ਤਾਂ ਵਨ ਆਫ ਦੀ ਬੈਸਟ ਚੀਜ਼ ਹੈ। ਠੀਕ ਠੀਕ, ਅਤੇ ਆਪਣੇ ਪੰਜਾਬ ਦੇ ਯੂਟਿਊਬਰਾਂ 'ਚੋਂ ਕਿਹੜਾ ਵਧੀਆ ਲੱਗਦਾ ਤੁਹਾਨੂੰ? ਯੂਟਿਊਬਰ ਯੂਟਿਊਬਰਾਂ 'ਚੋਂ, ਹਾਂ ਯੂਟਿਊਬਰਾਂ 'ਚੋਂ, ਜਿੱਦਾਂ ਜਿਹੜੇ ਰੋਸਟ ਵਗੈਰਾ ਕਰਦੇ? ਨਹੀਂ 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 ਨਹੀਂ, ਜਿਹੜੇ ਸਹੀ ਮਿਹਨਤ ਕਰਦੇ ਨੇ, ਕਨਸੈਪਟ ਲੈ ਕੇ ਆਉਂਦੇ ਨੇ, ਸਾਰੇ ਯੂਟਿਊਬਰਾਂ 'ਚੋਂ ਕਿਹੜਾ ਵਧੀਆ ਲੱਗਦਾ ਵੀ ਯਾਰ ਆਹ ਬੰਦਾ ਮਿਹਨਤ ਸਹੀ ਕਰਦਾ, ਇਹਦੀ ਕਹਾਣੀ ਵੀ ਹੁੰਦੀ ਹੈ, ਕੋਈ ਸਟੋਰੀ ਵੀ ਹੁੰਦੀ ਹੈ, ਜਾਂ ਕੋਈ ਸੇਧ ਦਿੰਦਾ? ਯਾਰ ਮੈਨੂੰ ਐਵੇਂ ਕਹਾਂ, ਮੈਨੂੰ ਇਹਨਾਂ ਦਾ ਤੁਹਾਡਾ ਜ਼ਰੂਰ ਪਤਾ, ਜਿਹੜੇ ਆਪਣੇ ਉਹ ਕਰਦੇ ਆ ਰੋਸਟ ਵਗੈਰਾ ਕਰਦੇ ਆ, ਹੋਰ ਯੂਟਿਊਬਰ ਮੈਨੂੰ ਪਤਾ ਨਹੀਂ ਕੋਈ ਕਿਵੇਂ ਕਿੱਦਾਂ। ਠੀਕ 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 ਠੀਕ, ਕੋਈ ਨਹੀਂ, ਅਤੇ ਰੋਸਟ ਵਾਲਿਆਂ ਦਾ ਤੁਹਾਡਾ ਪਤਾ ਆ, ਅਮਨ, ਹਾਂ ਅਮਨ ਔਜਲਾ, ਔਜਲਾ ਜੀ ਜੀ, ਅਤੇ ਇੱਕ ਉਹ ਮੁੰਡਾ ਉੱਥੇ ਆ ਮੁੰਡਾ ਹਾਂਪਟੀ, ਉਹ ਜਦੋਂ ਮੈਂ ਇੰਗਲੈਂਡ ਗਿਆ ਸੀਗਾ ਉਦੋਂ ਸਾਡਾ ਸਬੱਬ ਨਹੀਂ ਬਣਿਆ, ਬਟ ਉਹ ਵੀਰਾ ਕਹਿੰਦੇ ਆਪਾਂ ਮਿਲਦੇ ਹਾਂ ਇੱਦਾਂ, ਅਤੇ ਉਹ ਮਿਲ ਨਹੀਂ ਹੋਇਆ, ਬਟ ਆ ਇੰਨਿਆਂ ਕੁ ਭਰਾਵਾਂ ਦਾ ਪਤਾ। ਠੀਕ ਠੀਕ, ਜਿੱਦਾਂ ਕੰਮ ਜਿੱਦਾਂ ਗੈਰੀ ਸੰਧੂ ਨੇ ਵਾਪਸੀ ਕੀਤੀ ਇੰਗਲੈਂਡ 'ਚ, ਕਿ ਕਹਿੰਦਾ ਕਿ ਕਦੋਂ ਮੈਂ ਕੰਟਰੀ ਡਿਪੋਰਟ ਹੋ ਕੇ ਗਿਆ ਸੀ ਅਤੇ ਮੈਂ ਅੱਜ ਇੱਥੇ ਆਪਣਾ ਘਰ ਲੈ ਲਿਆ ਜਾਂ ਇਹ ਕੀਤਾ, ਅਤੇ ਕਾਂਬੀ ਦੇ ਵੀ ਕੋਈ ਇੱਦਾਂ ਦੇ ਸੁਪਨੇ ਆ ਕਿ ਮੇਰਾ ਵੀਰ ਕਦੇ ਦਿਖੂਗਾ ਕਾਂਬੀ ਵਾਪਸ ਕੈਨੇਡਾ 'ਚ? ਨਹੀਂ ਆਵਾਂਗੇ ਤਾਂ ਜ਼ਰੂਰ ਯਾਰ, ਉੱਥੇ ਯਾਦਾਂ ਇੰਨੀਆਂ ਆ, ਉੱਥੇ ਕਰਮ ਭੂਮੀ ਆ ਮੇਰੀ ਉਹ, ਹੈ ਨਾ, ਆਵਾਂਗੇ ਤਾਂ ਜ਼ਰੂਰ, ਜਿਹਨੇ ਮੈਨੂੰ ਇੰਨਾ ਕੁਛ ਦਿੱਤਾ, ਕਿਉਂਕਿ ਜੇ ਮੈਂ ਇੰਡੀਆ 'ਚ ਰਹਿ ਕੇ, ਮੈਨੂੰ ਇਹ ਲੱਗਦਾ ਵੀ ਥੋੜ੍ਹਾ ਜਿਹਾ ਇੰਪੈਕਟ ਪੈਂਦਾ ਆ ਜਦੋਂ ਬਾਹਰ ਜਾ ਕੇ, ਸਿੰਗਰ ਜ਼ਿਆਦਾ ਵਧੀਆ ਡਿਵੈਲਪ ਹੋ ਜਾਂਦਾ, ਮੇ ਬੀ ਮਾਇੰਡ ਸੈੱਟ ਇੱਦਾਂ ਦਾ ਹੋ ਜਾਂਦਾ, ਤੁਹਾਡਾ ਆਲਾ ਦੁਆਲਾ ਫ੍ਰੀ ਹੁੰਦਾ, ਹੈ ਨਾ, ਅਤੇ ਕਰਮ ਭੂਮੀ ਰਹੀ ਆ, ਉਹਨੇ ਇੰਨਾ ਕੁਛ ਦਿੱਤਾ, ਅਤੇ ਜਾਵਾਂਗੇ ਤਾਂ ਜ਼ਰੂਰ। ਠੀਕ, ਅੱਛਾ ਕੈਂਬੀ ਵੀਰੇ, ਕੱਲ੍ਹ ਪਰਸੋਂ ਦਾ ਨਾ ਤੁਹਾਨੂੰ ਪਤਾ ਸਿੱਧੂ ਮੂਸੇਵਾਲੇ ਦਾ ਬ੍ਰਦਰ ਬੋਰਨ ਹੋਏ ਨੇ, ਪੈਦਾ ਹੋਏ ਨੇ, ਹਾਂਜੀ, ਅਤੇ ਉਹਨਾਂ ਕੋਲੋਂ ਨਾ ਤੁਹਾਨੂੰ ਕੀ ਲੱਗਦਾ ਵੇ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਨਿੱਕਾ ਭਰਾ, ਵੈਸੇ ਹੁਣ ਆਪਾਂ ਇਸ ਗੱਲ 'ਤੇ ਡਿਸਕਸ਼ਨ ਕਰ ਸਕਦੇ ਹਾਂ, ਪਹਿਲਾਂ ਪਹਿਲਾਂ ਨਾ ਤੱਕ ਕੱਲ੍ਹ ਪਰਸੋਂ ਪੈਦਾ ਹੀ ਹੋਏ ਸੀ ਅਤੇ ਸੀਗਾ, ਅਜੇ ਤੱਕ ਪੈਦਾ ਹੋਣਾ ਆਪਾਂ ਕੀ ਡਿਸਕਸ਼ਨ ਕਰਨੀ ਉਹਦੇ ਉੱਤੇ, ਹੈ ਨਾ, ਅਤੇ ਮੁਬਾਰਕਾਂ ਹੀ ਦਿੱਤੀਆਂ ਸੀ ਪਰਸੋਂ ਚੌਥ, ਅਤੇ ਅੱਜ ਚਲੋ ਡਿਸਕਸ਼ਨ ਕਰ ਸਕਦੇ ਹਾਂ, ਤੁਹਾਨੂੰ ਕੀ ਲੱਗਦਾ ਵੇ ਕਿ ਵੱਡਾ ਹੋ ਕੇ ਉਹਨਾਂ ਨੂੰ ਸਿੰਗਰ ਬਣਨਾ ਚਾਹੀਦਾ ਕਿ ਜਾਂ ਕੁਛ ਹੋਰ ਹੋਰ ਬਣਾ ਚਾਹੀਦਾ? ਤੁਹਾਡੇ ਮੁਤਾਬਕ ਕੀ ਵੇਖਣਾ ਚਾਹੁੰਦੇ ਤੁਸੀਂ ਸਿੱਧੂ ਮੂਸੇਵਾਲੇ ਦੇ ਭਰਾ ਨੂੰ ਕਿਸ ਰੂਪ 'ਚ? ਇਹ ਤਾਂ ਇਹ ਮੈਨੂੰ ਇਹ ਲੱਗਦਾ ਕਿ ਉਹਨਾਂ ਦੇ ਮਾਂ ਬਾਪ ਦਾ ਜੋ ਵੀ ਡਿਸੀਜਨ ਹੋਊਗਾ ਉਹ ਵਧੀਆ ਹੀ ਸੋਚਣਗੇ, ਹੈ ਨਾ, ਜੋ ਵੀ ਉਹ ਕਰਨਾ ਚਾਹੁੰਦੇ ਆ, ਮੇ ਵੀ ਉਹ ਕੁਛ ਉਹਦੇ ਵਿੱਚੋਂ ਵੇਖਣਾ ਚਾਹੁੰਦੇ ਆ ਜੋ ਅਧੂਰਾ ਰਹਿ ਗਿਆ, ਉਹ ਉਹਨਾਂ ਦਾ ਮੈਨੂੰ ਲੱਗਦਾ ਉਹਨਾਂ ਤੋਂ ਬੈਸਟ ਡਿਸੀਜਨ ਕੋਈ ਲੈ ਨਹੀਂ ਸਕਦਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਮਾਂ ਬਾਪ ਜੋ ਵੀ ਚਾਹੁਣ, ਹੈ ਨਾ। ਅੱਛਾ ਕੈਂਬੀ ਵੀਰੇ, ਇਹ ਸਵਾਲ ਪੁੱਛਣ ਦਾ ਮੇਰਾ ਮਕਸਦ ਇਹ ਸੀ ਕਿ ਇੱਕ ਬੱਚਾ ਹੈ ਨਾ, ਸਾਨੂੰ ਕੀ ਉਹਦੇ 'ਤੇ ਹੁਣੇ ਪ੍ਰੈਸ਼ਰ ਪੈਣਾ ਚਾਹੀਦਾ ਕਿ ਅਸੀਂ ਇਹਨੂੰ ਸਿੰਗਰ ਵੇਖਣਾ ਚਾਹੁੰਦੇ ਹਾਂ, ਕਿਉਂਕਿ ਮੈਨੂੰ ਲੱਗਦਾ ਉੱਥੇ ਪ੍ਰੈਸ਼ਰ ਹੋ ਜਾਏਗਾ, ਹੈ ਨਾ, ਵੀ ਜਦੋਂ ਸੋਸ਼ਲ ਮੀਡੀਆ 'ਤੇ ਸਾਰੇ ਲੋਕ ਕਹਿਣ ਆਪਾਂ ਇਹਨਾਂ ਨੂੰ ਸਿੰਗਰ ਬਣਾਉਣਾ, ਭਾਵੇਂ ਉਹਦੀ ਰੁਚੀ ਪਰਮਾਤਮਾ ਨੇ ਕਿਸੇ ਹੋਰ ਪਾਸੇ ਲਾਈ ਹੋਵੇ, ਉਹਨੂੰ ਕੋਈ ਡਾਇਰੈਕਟਰ ਜਾਂ ਖਿਡਾਰੀ ਬਣਾਉਣਾ ਹੋਵੇ, ਹੈ ਨਾ, ਪਰ ਲੋਕ ਉਹਨੂੰ ਸਿੰਗਰ ਹੀ ਵੇਖਣਾ ਚਾਹੁੰਦੇ ਨੇ ਤਕਰੀਬਨ, ਮੈਂ ਵੇਖਿਆ ਜਿਹੜਾ ਸੋਸ਼ਲ ਮੀਡੀਆ 'ਤੇ, ਅਤੇ ਇਹ ਉਹਦੇ 'ਤੇ ਇੱਕ ਪ੍ਰੈਸ਼ਰ ਨਹੀਂ ਹੋਏਗਾ ਵੀ ਮੈਂ ਉਸ ਲੈ ਕੇ ਸੀ ਇਹਨੂੰ ਕੈਮ ਰੱਖਣਾ ਆਪਣੇ ਭਰਾ ਦੀ ਨੂੰ ਜਿੱਥੇ ਉਹ ਸੀ, ਪ੍ਰੈਸ਼ਰ ਵੀ ਹੋਏਗਾ ਨਾ ਉਹਦੇ ਵਿਚਾਰੇ 'ਤੇ ਨਿੱਕੇ ਜਿਹੇ? ਦੇਖੋ ਮਾਲਕ, ਆਪਾਂ ਮੰਨਦੇ ਹਾਂ ਨਾ ਕਿ ਮਾਲਕ ਹੀ ਬੰਦੇ ਨੂੰ ਤੋਰਦਾ ਜਿੱਧਰ ਨੂੰ ਤੋਰਦਾ ਜੀ, ਸੋ ਮਾਲਕ ਹੀ ਜਿੱਦਾਂ ਦੀ ਕਿਰਪਾ ਕਰ ਦੂਗਾ ਉੱਧਰ ਨੂੰ ਤੁਰ ਪਊਗਾ, ਕਰਦੇ ਕਰਦੇ ਤਾਂ ਬਸ ਪ੍ਰੈਸ਼ਰ ਮੈਨੂੰ ਲੱਗਦਾ ਵੀ ਨਹੀਂ ਵੀ ਕੋਈ ਵੀ ਮਾਂ ਬਾਪ ਪਾਉਂਦਾ ਆ, ਕਈ ਪਾਉਂਦੇ ਹੋਣਗੇ ਬਟ ਜੋ ਵੀ ਹੋਊਗਾ ਬੈਸਟ ਹੀ ਹੋਊਗਾ, ਬਟ ਇੰਨੀ ਕੁ ਦਿਲੋਂ ਖੁਸ਼ੀ ਆ, ਦਿਲੋਂ ਖੁਸ਼ੀ ਆ ਕਿ ਐਟਲੀਸਟ ਉਹਨਾਂ ਦੋਵਾਂ ਜੀਆਂ ਨੂੰ ਦੁੱਖ 'ਚੋਂ ਬਾਹਰ ਨਿਕਲਣ ਲਈ ਇੱਕ ਸਹਾਰਾ ਮਿਲ ਗਿਆ, ਯਾਦ ਤਾਂ ਉਹਨਾਂ ਨੂੰ ਪੁੱਤਾਉਂਦਾ ਰਹਿਣਾ ਸਾਰੀ ਜ਼ਿੰਦਗੀ, ਬਟ ਝੋਰਾ ਨਹੀਂ ਖਾਣਗੇ ਹੁਣ ਉਹਨਾਂ ਕੋਲ, ਹੈ ਨਾ, ਇੰਨੀ ਕੁ ਪਰਮਾਤਮਾ ਦਾ ਬਹੁਤ ਸ਼ੁਕਰੀਆ, ਸਾਰਿਆਂ ਨੂੰ ਖੁਸ਼ੀ ਆ ਸਾਰਿਆਂ ਨੂੰ। ਸਹੀ, ਅਤੇ ਕੈਂਬੀ ਵੀਰੇ, ਤੁਹਾਡੀ ਪੰਜਾਬੀ ਇੰਡਸਟਰੀ ਵਿੱਚ ਜਿੰਨੇ ਵੀ ਸਿੰਗਰ ਹੈ, ਬੈਸਟ ਫਰੈਂਡ ਕਿਹੜਾ ਤੁਹਾਡਾ?
ਸਾਰੇ ਹੀ ਬੈਸਟ ਫਰੈਂਡ ਆ, ਸਾਰੇ ਬੈਸਟ ਫਰੈਂਡ ਹੈ, ਪਰ ਖਾਸ ਖਾਸ ਬੰਦੇ, ਖਾਸ ਬੰਦੇ ਆਪਣੇ ਨੇ ਸੁਖੀ ਸੁਖੀ ਐਵੀ ਤੇ ਦੀਪ ਜੰਡੂ। ਠੀਕ ਠੀਕ, ਇਹਨਾਂ ਨਾਲ ਇਹ ਇਹ ਉਹ ਬੰਦੇ ਨੇ ਵੀ ਰਾਤ ਬਰਾਤੇ ਜਦੋਂ ਮਰਜ਼ੀ ਇਹਨਾਂ ਨੂੰ ਆਪਾਂ ਕੋਈ ਵੀ ਕੰਮ, ਇਹਨਾਂ ਨੂੰ ਕਿਤੇ ਫਸ ਗਏ ਕੁਛ ਹੋ ਗਿਆ, ਇਹ ਉਹ ਉਹ ਭਰਾ ਨੇ। ਸਹੀ। ਤੇ ਤੁਹਾਡਾ ਗਾਣਾ ਆ ਰਿਹਾ ਸ਼ੀਸ਼ਾ, ਹਾਂਜੀ, ਉਹਦੇ ਬਾਰੇ ਕੁਛ ਦੱਸੋ, ਕਿਸ ਟੋਪਿਕ 'ਤੇ ਵੇ, ਕੌਣ ਮਾਡਲ ਏ, ਕਿੱਦਾਂ ਦਿਮਾਗ 'ਚ ਆਇਆ? ਹੁਣ ਜਾਣੀ ਕਿ ਉਹ ਪਾਰਟ ਸ਼ੁਰੂ ਹੋ ਗਿਆ ਵੀਰ ਵਾਲਾ, ਅਤੇ ਵੀਰ ਨੂੰ ਬੁਲਾ ਲਓ ਤੁਸੀਂ, ਅੰਮ੍ਰਿਤ ਵੀਰ ਨੂੰ। ਹਾਂਜੀ ਹਾਂ, ਆ ਜਾਓ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅੰਮ੍ਰਿਤ ਵੀਰ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਬਾਈ। ਯਾਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਇੱਕ ਲੈਜੈਂਡ ਨਾਲ ਗੱਲਬਾਤ ਹੋ ਰਹੀ। ਥੈਂਕ ਯੂ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਸੀ ਮੇਰਾ ਪੋਡਕਾਸਟ ਦੇ ਵਿੱਚ, ਕੈਂਬੀ ਬਾਈ ਨੇ ਦੱਸਿਆ ਸੀ ਅਤੇ ਸਾਡੇ ਦੋਨਾਂ ਭਰਾਵਾਂ ਨੇ ਵੀ ਦੱਸਿਆ ਸੀ ਜੀ ਜੀ, ਪਰ ਬਾਈ ਮੈਨੂੰ ਪਤਾ ਨਹੀਂ ਲੱਗਾ, ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ। ਨਹੀਂ ਨਹੀਂ ਕੋਈ ਮਸਲਾ ਨਹੀਂ, ਅਸੀਂ ਤਾਂ ਚਾਹੁੰਦੇ ਸਾਡੇ ਭਰਾ ਜਿਹੜੇ ਟੈਲੈਂਟ ਹੈ, ਵਾਕਈ ਜਿੰਨਾ 'ਚ ਟੈਲੈਂਟ ਹੈ ਉਹ ਅੱਗੇ ਆੜ, ਕਿਉਂਕਿ ਵੇਖਿਆ ਸਾਡੇ ਯੂਥ ਨਾ ਐਵੇਂ ਯਾਰ, ਉਹ ਪਤਾ ਨਹੀਂ ਕਿੰਨਾ ਕਿੰਨਾ ਨੂੰ ਫੋਲੋ ਕਰਦੇ ਫਿਰਦੇ ਨੇ, ਜਿਹਨਾਂ ਨੂੰ ਨਾ ਕੋਈ ਉਹ ਲਿਪ ਸਿੰਗ ਵਾਲੇ ਮੁੰਡੇ ਨੇ ਨਾ ਐਕਟਿੰਗ ਦਾ ਪਤਾ ਹੈ, ਨਾ ਸਿੰਗਿੰਗ ਦਾ ਪਤਾ ਹੈ, ਕੁਛ ਨਹੀਂ ਪਤਾ, ਅਤੇ ਉਹ ਐਵੇਂ ਇਨਫਲੂਐਂਸਰ ਬਣੇ ਨੇ, ਅਸਲ 'ਚ ਇਨਫਲੂਐਂਸਰ ਇਹ ਹੁੰਦੇ ਨੇ। ਤੇ ਥੈਂਕ ਯੂ ਵੀਰੇ, ਮੈਂ ਲੱਗਦਾ ਬਾਈ ਨੂੰ ਉਦੋਂ ਉਦੋਂ ਮੈਸੇਜ ਕੀਤਾ ਹੈ ਬਾਈ ਨੂੰ, ਉਦੋਂ ਜਦੋਂ ਬਾਈ ਦੀ ਨਵੇਂ ਨਵੇਂ ਸਾਰੇ ਨਿਊਜ਼ ਚੈਨਲ ਵਾਲੇ ਇੰਟਰਵਿਊ ਲੈਂਦੇ ਸੀ, ਸ਼ਾਇਦ ਬਾਈ ਨੇ ਦੇਖੇ ਹੋਣਾ, ਉਦੋਂ ਵਾਧੂ ਬਾਈ ਨੂੰ ਮੈਸੇਜ ਆਉਂਦੇ ਹੋਣੇ ਜਾਂ ਕੁਛ ਵੀ, ਉਦੋਂ ਕੀਤਾ ਸੀ ਬਾਈ ਨੂੰ ਪੋਡਕਾਸਟ ਵਾਸਤੇ ਮੈਸੇਜ। ਓਕੇ ਓਕੇ ਵੀਰੇ, ਮੈਂ ਚੈੱਕ ਕਰਦਾ ਬਾਈ ਅੱਜ ਹੀ। ਨਹੀਂ ਨਹੀਂ ਕੋਈ ਚੱਕਰ ਨਹੀਂ, ਨਹੀਂ ਹੁਣ ਤਾਂ ਮੇਰਾ ਵੀਰ ਕੋਈ ਚੱਕਰ ਨਹੀਂ। ਹਾਂ ਅੱਛਾ, ਮੈਂ ਨਾ ਅੰਮ੍ਰਿਤ ਵੀਰ ਤੁਹਾਡਾ ਨਾ ਇੰਸਟਾਗ੍ਰਾਮ ਵੇਖਦਾ ਪਿਆ ਸੀ, ਅਤੇ ਜਿਹੜੀ ਤੁਸੀਂ ਇੰਸਟਾਗ੍ਰਾਮ 'ਤੇ ਪਹਿਲੀ ਫੋਟੋ ਪਾਈ ਸੀ ਨਾ ਅੱਜ ਤੂੰ 5-6 ਸਾਲ ਪਹਿਲਾਂ, ਉਹਦੇ 'ਤੇ ਟਾਈਟਲ ਸੀ ਦ ਬਿਗਨਿੰਗ। ਹਾਂਜੀ ਹਾਂਜੀ, ਇਹਦਾ ਮਤਲਬ ਤੁਹਾਨੂੰ ਸ਼ੁਰੂ ਤੋਂ ਪਤਾ ਸੀ ਕਿ ਇਹ ਸ਼ੁਰੂਆਤ ਹੈ ਮੇਰੀ, ਹੁਣ ਮੈਂ ਐਂਡ ਕਰ ਦੇਣਾ ਇਸ ਤੋਂ ਬਾਅਦ। ਬਿਲਕੁਲ ਬਾਈ ਬਿਲਕੁਲ, ਬੜੀ ਸੋਚ ਸਮਝ ਕੇ ਪਲੈਨਿੰਗ ਕੀਤੀ ਸੀ ਹੈ। ਹਾਂਜੀ ਹਾਂਜੀ, ਨਹੀਂ ਨਹੀਂ ਗੁੱਡ ਗੁੱਡ, ਅੱਜ ਵੀ ਬਾਈ ਸ਼ੁਰੂਆਤ ਹੀ ਆ, ਸ਼ੁਰੂਆਤ ਹੀ ਸ਼ੁਰੂਆਤ ਹੀ। ਨਹੀਂ ਨਹੀਂ ਬੜੇ ਸੋਹਣੇ ਇੰਟਰੈਕਸ਼ਨ 'ਤੇ ਤੁਸੀਂ ਜਾ ਰਹੇ ਹੋ, ਅਤੇ ਮੈਂ ਦੱਸਦਾ ਜਿਨ੍ਹਾਂ ਨੂੰ ਨਹੀਂ ਪਤਾ, ਵੀਰ ਨੇ ਡੰਡ ਲਾਏ ਨੇ 1 ਮਿੰਟ ਦੇ ਵਿੱਚ 86 ਡੰਡ, ਅਤੇ ਬਰੂਸਲੀ ਦਾ ਰਿਕਾਰਡ ਤੋੜਿਆ ਜਿਹੜਾ ਚੀਨੀ ਸੀ, ਚਾਈਨਾ ਦਾ ਸੀ ਵੈਸੇ, ਉਹ ਅਮੈਰੀਕਾ 'ਚ ਚਲੋ ਪੈਦਾ ਹੋਇਆ, ਵੱਖਰੀ ਗੱਲ ਹੈ ਉਹਦੀ, ਪਰ ਹਾਂ ਉਹਦਾ ਰਿਕਾਰਡ ਤੋੜਿਆ, ਅਤੇ ਬੜੀ ਮਾਣ ਵਾਲੀ ਗੱਲ ਹੈ। ਗੋਰੇ ਵੇਖ ਲਓ ਕਾਲੇ ਕਿੰਨੇ ਦੁਨੀਆਂ 'ਤੇ ਨੇ, ਉਹਨਾਂ ਕੋਲ ਰਿਕਾਰਡ ਨਹੀਂ ਟੁੱਟਾ, ਅਤੇ ਸਾਡੇ ਮੁੰਡੇ ਨੇ ਤੋੜਿਆ, ਗੁਰਦਾਸਪੁਰ ਦਾ ਵੀਰ ਸਾਡਾ, ਉਮਰ ਵਾਲਾ ਹੈ ਨਾ ਪਿੰਡ ਹੈ ਤੁਹਾਡਾ, ਉਮਰ ਵਾਲਾ? ਹਾਂਜੀ ਉਮਰ ਵਾਲਾ ਪਿੰਡ ਹੈ। ਹਾਂ, ਅਤੇ ਵੀਰੇ ਕਿੱਦਾਂ ਆਇਆ ਤੁਹਾਡੇ ਦਿਮਾਗ 'ਚ ਆਈਡੀਆ ਵੀ ਯਾਰ ਮੈਂ ਡੰਡ ਮਾਰਿਆ ਕਰਨੀ, ਕਿਉਂਕਿ ਤੁਸੀਂ ਜਿੰਮ ਵੀ ਨਹੀਂ ਲਾਉਂਦੇ ਹੈ ਨਾ? ਹਾਂਜੀ, ਤੇ ਘਰ ਹੀ ਛੱਤ ਦੇ ਉੱਤੇ ਹੀ ਕਰਦੇ ਰਹਿੰਦੇ ਤੁਸੀਂ ਪ੍ਰੈਕਟਿਸ? ਜੀ ਜੀ ਵੀਰੇ, ਉੱਦਾਂ ਹੀ ਉੱਦਾਂ ਹੀ। ਅਤੇ ਇਹ ਕਿੱਦਾਂ ਮਤਲਬ ਕਿ ਤੁਸੀਂ, ਤੁਹਾਡੀ ਚਿਣਕ ਕਿੱਦਾਂ ਲੱਗੀ ਵੀ ਯਾਰ ਮੈਂ ਡੰਡ ਵਾਲੇ ਪਾਸੇ ਜਾਣਾ ਜਾਂ ਸਪੋਰਟਸ ਵਾਲੇ ਪਾਸੇ ਜਾਣਾ? ਕਿਉਂਕਿ ਅੱਜ ਕੱਲ੍ਹ ਮੁੰਡੇ ਆਪਣੇ ਆਈਲੈਟਸ ਕਰਦੇ ਨੇ, ਕੋਈ ਫੌਜੀ ਫੌਜ 'ਚ ਭਰਤੀ ਹੁੰਦਾ, ਕੋਈ ਕੁਛ ਕਰਦਾ ਹੈ ਨਾ IPS, ਤੁਸੀਂ ਇਸ ਪਾਸੇ ਕਿੱਦਾਂ ਰੁਚੀ ਪਈ ਤੁਹਾਡੀ? ਜਦੋਂ ਵੀਰੇ ਪਲੱਸ 2 ਕੰਪਲੀਟ ਹੋਈ ਆਪਣੀ, ਅਤੇ ਪਲੱਸ 2 'ਚ ਮੇਰੀ ਮੈਥ 'ਚ ਕੰਪਾਰਟਮੈਂਟ ਆਈ ਸੀ, ਫੇਲ ਹੋਇਆ ਸੀ ਮੈਂ ਮੈਥ 'ਚ ਫਾਈਨਲ ਐਗਜ਼ਾਮ 'ਚ। ਓਹੋ, ਅਤੇ ਉਹ ਉਹੀ ਤੁਹਾਨੂੰ ਪਤਾ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਹੁਣ ਕੀ ਕਰੇਗਾ ਅੱਗੇ, ਪਰਿਵਾਰ ਵੀ ਸੋਚਦਾ ਸੀ ਯਾਰ ਕੀ ਕਰੇਗਾ ਸਾਡਾ ਬੇਟਾ ਹੁਣ ਅੱਗੇ, ਇਹਦੀ ਮੈਥ 'ਚ ਕੰਪਾਰਟਮੈਂਟ ਆ, ਪਲੱਸ 2 ਦਾ ਰਿਜ਼ਲਟ ਮੈਟਰ ਕਰਦਾ ਹੁੰਦਾ, ਜੇ ਤੁਸੀਂ ਕਾਲਜ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਵੀ ਪਲੱਸ 2 ਦਾ ਰਿਜ਼ਲਟ ਵਧੀਆ ਚਾਹੀਦਾ, ਜੇ ਆਈਲੈਟਸ ਕਰਨੀ ਹੈ ਤਾਂ ਵੀ ਪਲੱਸ 2 ਦਾ ਰਿਜ਼ਲਟ ਵਧੀਆ ਚਾਹੀਦਾ। ਸੋ ਦੋਨੋਂ ਹੀ ਚੀਜ਼ਾਂ ਮੈਂ ਨਹੀਂ ਸੀ ਕਰ ਪਾ ਰਿਹਾ ਹੁਣ, ਫਿਰ ਮਨ ਦੇ ਅੰਦਰ ਗੁੱਸਾ ਸੀ, ਡਰ ਵੀ ਸੀ, ਫਿਰ ਮੈਂ ਘਰੇ ਰੋਣੀ ਘਰੇ ਰਹਿ ਕੇ ਫਿਰ ਡੰਡ ਲਾਉਣੇ ਸ਼ੁਰੂ ਕਰਤੇ। ਸਹੀ। ਅਤੇ ਜਿੱਦਾਂ ਸਾਡੇ ਪੁਰਾਣੇ ਪਹਿਲਵਾਨ ਰੈਸਲਰ ਮਿਹਨਤਾਂ ਕਰਦੇ ਸੀ ਦੇਸੀ ਤਰੀਕੇ ਦੇ ਨਾਲ, ਉਸ ਤਰੀਕੇ ਨੂੰ ਸੋਚਿਆ ਕਿ ਅਪਲਿਫਟ ਕਰਕੇ ਲਿਆਉਂਦਾ ਮੈਂ। ਸਹੀ ਸਹੀ, ਕਿ ਮਤਲਬ ਜੇ ਉਹ ਡੰਡ ਬੈਠਕਾਂ ਮਾਰ ਕੇ ਇੰਨਾ ਨਾ ਕਮਾ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ। ਨਹੀਂ ਬੜੀ ਸੋਹਣੀ ਮਿਸਾਲ ਤੁਸੀਂ ਸੈੱਟ ਕੀਤੀ ਹੈ, ਕਿਉਂਕਿ ਹਰ ਅੱਜ ਕੱਲ੍ਹ ਯੂਥ ਨੂੰ ਬਹਾਨਾ ਚਾਹੀਦਾ ਕਿ ਤੁਸੀਂ ਮੇਰੀ ਜਿਮ 'ਚ ਦਾਖਲਾ ਕਰਾ ਦਿਉ ਅਤੇ ਮੈਂ ਉੱਥੇ ਸਰੀਰ ਬਣਾਵਾਂਗਾ, ਪਰ ਤੁਸੀਂ ਇੱਕ ਮਿਸਾਲ ਸੈੱਟ ਕੀਤੀ ਵੀ ਜਿਮ ਜੁਮ ਇਹ ਸ਼ੋਸ਼ੇ ਬਾਸ਼ੇ ਹੀ ਨੇ, ਜਿਹਨੇ ਕੁਛ ਬਣਨਾ ਉਹ ਵਿਹੜੇ 'ਚ ਵੀ ਬਣ ਸਕਦਾ, ਘਰ ਦੇ ਵਿਹੜੇ 'ਚ ਵੀ। ਨਹੀਂ ਜਿੱਦਾਂ ਭਾਅ ਜੀ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਮੇਰੀ ਕੰਪਾਰਟਮੈਂਟ ਆ ਗਈ ਮੈਥ 'ਚ, ਅਤੇ ਉੱਦਾਂ ਵੈਸੇ ਹੁੰਦਾ ਕਿ ਯਾਰ ਘਰਦਿਆਂ ਨੂੰ ਹੁੰਦਾ ਕਿ ਸਾਡਾ ਬੱਚਾ ਪੜ੍ਹ ਲਏ, ਕਿਸੇ ਵਧੀਆ ਨੌਕਰੀ 'ਤੇ ਲੱਗ ਜੂਗਾ ਜਾਂ ਕੁਛ ਕਰ ਲੂਗਾ, ਅਤੇ ਜਦੋਂ ਤੁਸੀਂ ਉਹ ਘਰਦਿਆਂ ਨੂੰ ਕਿਹਾ ਕਿ ਯਾਰ ਮੈਂ ਚਾਹੁੰਦਾ ਕਿ ਮੈਂ ਰਿਕਾਰਡ ਤੋੜਾਂ ਜਾਂ ਮੈਂ ਐਕਸਰਸਾਈਜ਼ ਘਰੇ ਕਰ ਰਿਹਾ ਜਾਂ ਕੁਛ ਵੀ, ਅਤੇ ਘਰਦਿਆਂ ਨੇ ਕਦੇ ਨਹੀਂ ਕਿਹਾ ਕਿ ਕਿਹੜੇ ਕੰਮਾਂ 'ਚ ਤੂੰ ਲੱਗਾ ਯਾਰ, ਆਪਣਾ ਪੜ੍ਹਾਈ ਕਰ, ਜਿਹੜੀ ਕੰਪਾਰਟਮੈਂਟ ਪੂਰੀ ਕਰ ਪਹਿਲਾਂ। ਤੁਸੀਂ ਜਾਣਦੇ ਹੋ ਬਾਈ, ਮੇਰੇ ਤੋਂ ਪਹਿਲਾਂ ਕਿਸੇ ਨੇ ਇੱਦਾਂ ਵਰਲਡ ਰਿਕਾਰਡ ਨਹੀਂ ਸੀ ਬਣਾਏ ਪੰਜਾਬ 'ਚ, ਨਹੀਂ ਸੀ ਬਣਾਏ ਬਿਲਕੁਲ, ਉਹ ਫਿਰ ਕਿਸੇ ਨੇ ਸ਼ੁਰੂਆਤ 'ਤੇ ਕਰਨੀ ਸੀ ਨਾ। ਬਿਲਕੁਲ ਬਿਲਕੁਲ, ਇਹ ਪਰਿਵਾਰ ਦੀ ਸਪੋਰਟ ਹੈਗੀ ਸੀ ਪੂਰੀ ਬਾਈ ਨੂੰ? ਸ਼ੁਰੂਆਤ ਦੇ ਵਿੱਚ ਨਹੀਂ ਸੀ ਹੈਗੀ ਬਾਈ, ਸ਼ੁਰੂਆਤ ਦੇ ਵਿੱਚ ਪਰਿਵਾਰ ਨੂੰ ਲੱਗਦਾ ਸੀ ਕਿਉਂਕਿ ਉਹਨਾਂ ਕਦੀ ਦੇਖਿਆ ਨਹੀਂ ਸੀ ਕਿਤੇ ਨੂੰ ਇਹ ਕੰਮ ਕਰਦੇ ਪਹਿਲਾਂ, ਨਾ ਕਦੀ ਕਿਸੇ ਨੇ ਕੀਤਾ ਸੀ, ਅਤੇ ਪਰਿਵਾਰ ਨੂੰ ਉਹ ਕਹਿੰਦੇ ਹੁੰਦੇ ਨਾ, ਉਹ
ਸਾਡੇ ਸਿਆਣੇ ਕਿ ਆਪਣੀ ਥਾਲੀ ਦਾ ਲੱਡੂ ਲੱਡੂ ਨਹੀਂ ਲੱਗਦਾ। ਹਾਂ ਬਿਲਕੁਲ ਬਿਲਕੁਲ। ਨਹੀਂ ਤੁਹਾਨੂੰ ਬਰੂਸਲੀ ਦਾ ਪਤਾ ਸੀ ਪਹਿਲਾਂ? ਤੂੰ ਬਰੂਸਲੀ ਦਾ ਪਤਾ ਸੀ ਤੁਸੀਂ? ਨਹੀਂ ਤੁਹਾਨੂੰ? ਮੈਨੂੰ ਪਤਾ ਸੀ ਬਾਈ, ਮੈਨੂੰ ਪਤਾ ਸੀ ਬਾਈ। ਸਹੀ, ਤੇ ਫਿਰ ਤੁਸੀਂ ਘਰਦਿਆਂ ਨੂੰ ਦੱਸਿਆ ਵੀ ਬਰੂਸਲੀ ਆਵੇ ਤੇ ਮੈਂ ਉਹਦਾ ਰਿਕਾਰਡ ਤੋੜਿਆ? ਨਹੀਂ ਨਹੀਂ, ਪਹਿਲਾਂ ਰਿਕਾਰਡ ਮੈਂ ਆਪਣਾ ਹੀ ਮਤਲਬ ਬਣਾਇਆ ਸੀ ਨਵਾਂ। ਅੱਛਾ ਠੀਕ। ਪਹਿਲਾਂ ਪਹਿਲਾਂ ਰਿਕਾਰਡ ਸੀ ਰੋਨ ਕੂਪਰ ਦਾ, USA ਦਾ ਉਹ ਪਲੇਅਰ ਆ, ਉਹਨਾਂ ਦਾ ਰਿਕਾਰਡ ਤੋੜਿਆ ਸੀ ਪਹਿਲਾਂ। ਆਵਾਜ਼ ਨੀ ਆ ਰਹੀ ਤੁਹਾਡੀ ਕੈਂਬੀ ਵੀਰੇ? ਮਾੜੇ ਤੇ ਕੋਲ ਹੋ ਕੇ ਕਹਿ ਦਿਓ ਵੀਰ ਦੇ। ਵੀਰ ਜੀ ਤੁਸੀਂ ਰਿਪੀਟ ਕਰ ਦਿਓ। ਮੈਂ ਕਿਹਾ ਇੱਕ ਸੱਤ ਵਾਲਾ ਬੰਦਾ ਹੋਰ ਜੁੜ ਗਿਆ। ਤੁਸੀਂ ਨਾ ਕੱਲ ਪਰਸੋਂ ਇੱਕ ਰੀਲ ਵੀ ਬਣਾਈ ਸੀ ਜਿਹ ਚ ਪੁਸ਼ਪ ਤੁਸੀਂ ਲਾ ਰਹੇ ਸੀ ਤੇ ਉਹਦੇ ਤੇ ਤੁਸੀਂ ਲਿਖਿਆ ਸੀ ਕਿ ਮੈਂ ਉਮੀਦ ਕਰਦਾ ਇਸ ਵੀਡੀਓ ਦੇ ਥੱਲੇ ਮੈਨੂੰ ਦਿਲਜੀਤ ਭਾਜੀ ਕਮੈਂਟ ਕਰਨਗੇ। ਆਇਆ ਫਿਰ ਕਮੈਂਟ ਦਿਲਜੀਤ ਭਾਜੀ ਦਾ? ਰਿਕਾਰਡ ਬਣਦਾ ਕਿੱਦਾਂ? ਮਤਲਬ ਕਿ ਉਹ ਖੁਦ ਆ ਕੇ ਚੈੱਕ ਕਰਨ ਆਉਂਦੇ ਨੇ ਕਿ ਪਹਿਲਾਂ ਦੇਖੀਏ ਮੁੰਡਾ ਡੰਡ ਸਹੀ ਲਾ ਰਿਹਾ ਕਿ ਨਹੀਂ ਲਾ ਰਿਹਾ? ਤੇ ਦੂਜਾ ਸਵਾਲ ਇਹ ਹੈ ਕਿ ਕਈ ਲੋਕੀ ਕਹਿੰਦੇ ਨੇ ਕਿ ਜਦੋਂ ਬੰਦਾ ਰਿਕਾਰਡ ਹੋਲਡ ਕਰ ਲੈਂਦਾ ਨਾ ਕਿ ਤੁਹਾਡੇ ਨਾਂ ਦਾ ਰਿਕਾਰਡ ਹੋ ਗਿਆ ਤਾਂ ਤੁਹਾਨੂੰ ਹਰ ਮਹੀਨੇ ਕੁਝ ਨਾ ਕੁਝ ਉਧਰੋਂ ਪੇਮੈਂਟ ਵੀ ਆਉਂਦੀ ਹੈ, ਔਰ ਕੋਡ ਉਨੀ ਚਿਰ ਜਿੰਨੇ ਚਿਰ ਤੁਹਾਡੇ ਕੋਲ ਰਹਿੰਦਾ ਉਨੀ ਚਿਰ ਤੁਹਾਡੇ ਕੋਲ ਪੇਮੈਂਟ ਆਉਂਦੀ ਹੈ। ਹੁਣ ਦੋਵੇਂ ਸਵਾਲਾਂ ਜਵਾਬ ਤੁਸੀਂ ਦੇ ਦਿਓ ਕਿ ਕਿੱਦਾਂ ਰਿਕਾਰਡ ਬਣਦਾ ਹੈ ਅਤੇ ਬਾਅਦ 'ਚ ਕੁਛ ਮਿਲਦਾ ਕਿ ਨਹੀਂ ਮਿਲਦਾ। ਮੈਂ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇਣਾ, ਇਹ ਉਹਨਾਂ ਦੀ ਵੈਬਸਾਈਟ ਹੁੰਦੀ ਹੈ, ਉੱਤੇ ਪਹਿਲਾਂ ਅਪਲਾਈ ਕਰਨਾ ਪੈਂਦਾ ਰਿਕਾਰਡ ਆਪਣਾ। ਠੀਕ ਹੈ, ਕਿ ਮਤਲਬ ਅਲੱਗ ਅਲੱਗ ਕੈਟੇਗਰੀ ਵਿੱਚ ਉੱਥੇ ਰਿਕਾਰਡ ਹੈਗੇ ਨੇ, ਸਾਨੂੰ ਉਹ ਰਿਕਾਰਡ ਲੱਭ ਕੇ ਅਪਲਾਈ ਕਰਨਾ ਵਾ, ਮੇਲ ਕਰਦੇ ਅਸੀਂ ਉਹਨਾਂ ਨੂੰ, ਫਿਰ ਉਹ ਤੁਹਾਨੂੰ ਮੇਲ ਕਰਦੇ ਆ, ਫਿਰ ਅਸੀਂ ਲਾਈਵ ਕਰਦੇ ਹਾਂ ਪਰਫਾਰਮ। ਅੱਛਾ, ਜਾਨੀ ਕਿ ਉਹ ਆਪ ਨਹੀਂ ਆਉਂਦੇ, ਤੁਹਾਨੂੰ ਕੈਮਰੇ 'ਤੇ ਵੇਖਦੇ ਨੇ? ਨਹੀਂ, ਉਹ ਆਪ ਵੀ ਆ ਸਕਦੇ ਆ, ਪਰ ਉਹਨਾਂ ਦੀ ਫੀਸ ਹੁੰਦੀ ਹੈ ਕਾਫੀ ਫਿਰ। ਸਹੀ ਸਹੀ ਠੀਕ। ਅਤੇ ਭਾਅ ਜੀ ਆ ਗਿਨੀਸ ਵਰਲਡ ਰਿਕਾਰਡ ਅਤੇ ਇੱਕ ਲਿਮਕਾ ਹੁੰਦਾ ਰਿਕਾਰਡ, ਇਹਨਾਂ ਦੋਨਾਂ 'ਚ ਕੀ ਅੰਤਰ ਹੈ? ਲਿਮਕਾ ਬੁੱਕ ਸਾਡੇ ਇੰਡੀਆ ਦੀ ਹੈ, ਨੈਸ਼ਨਲ ਬੁੱਕ। ਅੱਛਾ, ਮਹੀਨੇ ਦਾ ਹੋਲਡ ਕਰਨ ਦਾ ਮੈਨੂੰ ਕਿਸੇ ਨੇ ਦੱਸਿਆ ਸੀ ਇਹ ਗੱਲ, ਮੈਂ ਤਾਂ ਭਾਈ ਨੂੰ ਪੁੱਛਿਆ ਕਨਫਰਮ ਕਰਨ ਵਾਸਤੇ। ਨਹੀਂ 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 ਬਾਈ, ਇੱਦਾਂ ਤਾਂ ਕੁਝ ਨਹੀਂ ਹੁੰਦਾ, ਉਹ ਜਸਟ ਇਹ ਹੈ ਕਿ ਹੋ ਸਕਦਾ ਤੁਹਾਡੇ ਕੋਲ ਸਪੋਂਸਰਸ ਆ ਜਾਣ, ਪਰ ਮੇਰੇ ਕੋਲ ਸਪੋਂਸਰ ਆਏ ਸੀ, ਉਹਨਾਂ ਦੀ ਮੈਂ ਐਡ ਨਹੀਂ ਕਰ ਸਕਦਾ। ਅੱਛਾ, ਕਿਉਂ ਨਹੀਂ ਐਡ, ਕਿਉਂ ਨਹੀਂ ਕਰ ਸਕਦੇ ਉਹਨਾਂ ਦੀ ਤੁਸੀਂ, ਮਜਬੂਰੀ ਕੋਈ? ਤੁਹਾਨੂੰ ਪਤਾ ਮੈਂ ਜਿੰਮ ਨਹੀਂ ਗਿਆ ਅੱਜ ਤੱਕ, ਕਦੇ ਨਾ ਕੋਈ ਪ੍ਰੋਟੀਨ ਸਪਲੀਮੈਂਟ ਵਰਤਿਆ। ਜੀ ਜੀ ਬਿਲਕੁਲ। ਹੁਣ ਮੇਰੇ ਕੋਲ ਐਡਾਂ ਆਉਂਦੀਆਂ ਸਪਲੀਮੈਂਟ ਦੀਆਂ, ਪ੍ਰੋਟੀਨਾਂ ਦੀਆਂ, ਜੇ ਮੈਂ ਕੁਝ ਪੈਸਿਆਂ ਕਰਕੇ ਉਹ ਐਡਾਂ ਕਰਦਾ ਤੇ ਮੇਰਾ ਜ਼ਮੀਰ ਨਹੀਂ ਇਜਾਜ਼ਤ ਦਿੰਦਾ। ਓਏ ਹੋਏ, ਸੋਹਣੀ ਗੱਲ ਕੀਤੀ, ਸੋਹਣੀ ਗੱਲ, ਇਹ ਨੇ ਅਸਲੀ ਇਨਫਲੂਐਂਸਰ, ਇਹ ਹੁੰਦੇ ਨੇ ਅਸਲੀ ਇਨਫਲੂਐਂਸਰ। ਉਹ ਮੈਂ ਕਈ ਵੇਖੇ ਨੇ ਭਾਜੀ ਜਿਹਦੇ ਕੋਈ ਬ੍ਰਾਂਡ ਦੀ ਮਸ਼ਹੂਰੀ ਆਦੀ ਨਾ ਇਸਤੇਮਾਲ ਕਰਦੇ ਨੇ, ਨਾ ਉਹਨਾਂ ਨੇ ਕਦੀ ਕੋਈ ਨਾ ਸੁਣਿਆ ਹੁੰਦਾ, ਕਹਿਣ ਲੱਗ ਪੈਂਦੇ ਅਸੀਂ ਮਹੀਨੇ ਤੋਂ ਯੂਜ਼ ਕਰ ਰਹੇ ਹਾਂ, ਲਵੋ ਚੀਜ਼। ਬੜੀ ਮਾੜੀ ਗੱਲ ਯਾਰ। ਮੈਨੂੰ ਬਾਈ, ਮੇਰੇ ਕੋ ਵੀਰੇ ਐਡਾਂ ਆਉਂਦੀਆਂ ਨੇ ਔਨਲਾਈਨ ਐਪ, ਜਿਵੇਂ ਔਨਲਾਈਨ ਗੇਮਾਂ ਖੇਡੋ ਤੇ ਪੈਸੇ ਕਮਾਓ, ਮੈਂ ਉਹ ਵੀ ਨਹੀਂ ਕਰਦਾ। ਬੀਅਰ ਦੀ ਐਡ ਆਈ ਸੀ, ਮੈਂ ਉਹ ਵੀ ਨਹੀਂ ਕੀਤੀ। ਫਿਰ ਮੇਰੇ ਕੋ ਗਾਣਿਆਂ ਦੀਆਂ ਐਡਾਂ ਆਉਂਦੀਆਂ ਨੇ ਕਿ ਗਾਣੇ ਰੀਲ ਦੇ ਉੱਤੇ ਲਾਓ ਤੇ ਤੁਹਾਨੂੰ ਪੈਸੇ ਮਿਲਣਗੇ ਇੰਨੇ, ਜਿਹੜੀ ਸੋਹਣਾ ਤੁਸੀਂ ਡਿਸੀਜਨ ਲੈ ਰਹੇ ਹੋ, ਹੈਨਾ। ਹਾਂ, ਸੋਹਣਾ। ਉੱਥੇ ਮੈਂ ਸਿੰਗਰਾਂ ਨੂੰ ਇਹੀ ਕਹਿਣਾ ਚਾਹੁੰਦਾ, ਆਪਣੇ ਜਿਹੜੇ ਸਿੰਗਰ ਭਰਾ ਨੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਹਾਡਾ ਗਾਣਾ ਨਸ਼ਿਆਂ ਨੂੰ ਪ੍ਰਮੋਟ ਕਰਦਾ ਵਾ ਜਾਂ ਗੈਂਗਸਟਰ ਨੂੰ ਪ੍ਰਮੋਟ ਕਰਦਾ ਵਾ, ਤਾਂ ਮੈਂ ਬਿਲਕੁਲ ਤੁਹਾਡਾ ਗਾਣਾ ਨਹੀਂ ਪ੍ਰਮੋਟ ਕਰੂੰਗਾ, ਚਾਹੇ ਤੁਸੀਂ ਮੈਨੂੰ 10,000 ਦਿਓ ਚਾਹੇ 20,000 ਦਿਓ। ਓਏ ਹੋਏ, ਸੋਹਣੀ ਗੱਲ। ਪਰ ਜੇ ਤੁਹਾਡਾ ਗਾਣਾ ਵਧੀਆ ਵਾ, ਇੱਕ ਵਧੀਆ ਮੋਟੀਵੇਸ਼ਨ ਦੇ ਰਿਹਾ ਯੂਥ ਨੂੰ, ਇੱਕ ਵਧੀਆ ਰਾਹ ਤੇ ਪਾ ਰਿਹਾ, ਤਾਂ ਮੈਂ ਗਾਣਾ ਤੁਹਾਡਾ ਫ੍ਰੀ ਪ੍ਰਮੋਟ ਕਰੂੰਗਾ। ਫਿਰ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਪ੍ਰਮੋਸ਼ਨ ਕਰਦੇ ਸਾਡੀ, ਜਿੱਦਾਂ ਕੈਂਬੀ ਭਾਜੀ ਦੇ ਗਾਣੇ 'ਚ ਤੁਸੀਂ ਆਏ ਹੁਣ। ਬਿਲਕੁਲ ਬਾਈ, ਮੈਂ ਇੱਥੇ ਬਾਈ ਦਾ ਧੰਨਵਾਦ ਕਰਦਾ, ਕਿਉਂਕਿ ਬਾਈ ਦਾ ਜਿਗਰਾ ਇੱਥੇ, ਕੋਈ ਲੀਡ ਰੋਲ ਨਹੀਂ ਦਿੰਦਾ ਬਾਈ ਕਿਸੇ ਨੂੰ ਗਾਣੇ ਦੇ ਵਿੱਚ, ਆਪਣੇ ਪ੍ਰੋਜੈਕਟ ਦੇ ਵਿੱਚ, ਅਤੇ ਬਾਈ ਨੇ ਚਲੋ ਮੇਰੀ ਮਿਹਨਤ ਦੇਖੀ ਜਾਂ ਦੇਖਿਆ ਕਿ ਬਾਈ ਨੂੰ ਕਰਨਾ ਚਾਹੀਦਾ ਐਪਰੀਸ਼ੀਏਟ, ਤਾਂ ਇੱਕ ਐਪਰੀਸ਼ੀਏਟ ਵੇ ਦੇ ਨਾਲ ਮੈਨੂੰ ਮੌਕਾ ਦਿੱਤਾ ਉਹਨਾਂ ਨੇ। ਨਹੀਂ, ਕੈਂਬੀ ਵੀਰੇ ਦੀ ਪਿੱਠ ਸੁਣਦੀ ਹੈ ਤੁਹਾਡੇ ਤੋਂ, ਪਹਿਲਾਂ ਵੀ ਨਾ ਸਾਡੀ ਕੱਲ੍ਹ ਪਰਸੋਂ ਗੱਲਬਾਤ ਹੋ ਰਹੀ ਸੀ ਅਤੇ ਉਹਨਾਂ ਦਾ
ਮਿਸ਼ਨ ਹੀ ਇਹ ਵੇ। ਉਹ ਕਹਿੰਦਾ ਯਾਰ ਮੈਂ ਨਾ ਅੰਮ੍ਰਿਤ ਵੀਰੇ ਨੂੰ ਅੱਗੇ ਲੈ ਕੇ ਆਉਣਾ, ਨਹੀਂ ਤਾਂ ਮੈਂ ਨਹੀਂ ਵੇਖਿਆ ਕੋਈ ਸਿੰਗਰ ਕਹਿੰਦਾ ਹੋਵੇ ਕਿ ਯਾਰ, ਨਹੀਂ ਤਾਂ ਹਰ ਬੰਦਾ ਕਹਿੰਦਾ ਹੀ ਹੈ ਵੀ ਪਹਿਲਾਂ ਮੇਰੇ ਨਾਲ ਕਰ ਲਓ ਯਾਰ, ਬਾਅਦ 'ਚ ਵੇਖ ਲਾਂਗੇ ਆਪਾਂ ਉਹਦੇ ਨਾਲ। ਪਰ ਉਹਨੇ ਕਿਹਾ ਨਹੀਂ, ਪਹਿਲਾਂ ਅੰਮ੍ਰਿਤ ਨੂੰ ਬਿਠਾਉਣਾ ਅਤੇ ਬਾਅਦ 'ਚ ਮੈਂ ਅਤੇ ਅਸੀਂ ਉਹਨਾਂ ਨੂੰ ਕਨਵੈਂਸ ਕੀਤਾ, ਉਹਨੇ ਜ਼ੋਰ ਪਾਇਆ ਸੀਗਾ ਨਹੀਂ ਪਹਿਲਾਂ ਤੁਸੀਂ ਆ ਜਾਓ ਮਾੜਾ ਜਿਹਾ, ਇਹ ਦੌੜੀ ਥੋੜ੍ਹੀ ਜਿਹੀ ਬੰਨੀ ਜਾਏਗੀ ਅਤੇ ਫਿਰ ਅੰਮ੍ਰਿਤ ਵੀਰੇ ਦੀ ਅਸੀਂ ਐਂਟਰੀ ਕਰਾਉਂਦੇ ਹਾਂ, ਨਹੀਂ ਤਾਂ ਉਹਨਾਂ ਦਾ ਇਹੀ ਹੈ ਵੀ ਮੈਂ ਅੰਮ੍ਰਿਤ ਨੂੰ ਅੱਗੇ ਲਿਆਉਣਾ। ਇਸੇ ਕਰਕੇ ਬਾਈ ਕਮਬੈਕ ਕਰਨ ਜਾ ਰਿਹਾ ਹੁਣ, ਵਧੀਆ ਧੜਾਲੇਦਾਰ ਹੈ। ਨਹੀਂ ਨਹੀਂ ਵਧੀਆ ਇਮਾਨਦਾਰ ਬੰਦੇ ਹੈ ਨੇ, ਇਹਦੇ ਕਰਕੇ ਦੁਨੀਆ ਕਾਮਯਾਬ ਹੈ ਯਾਰ, ਹੈ ਨਾ, ਜੇ ਕੋਈ ਦੁਨੀਆ 'ਤੇ ਚੰਗੇ ਬੰਦੇ ਹੈ ਨੇ। ਅਤੇ ਬੜੀ ਯਾਰ ਮੈਂ ਸੱਚੀ ਗੱਲ, ਮੇਰੇ ਲੂਣ ਕੰਢੇ ਅਜੇ ਵੀ ਖੜ੍ਹੇ ਹੁੰਦੇ ਨੇ ਜਦੋਂ ਮੈਂ ਤੁਹਾਡੀ ਇਹ ਵੇਖਦਾ ਨਹੀਂ ਵੀਡੀਓ ਵੀ ਤੁਸੀਂ ਦੇਸੀ ਜਗਾੜ ਦੇ ਨਾਲ ਡੰਡ ਲਾ ਰਹੇ ਹੋ, ਅਤੇ ਕਿੱਦਾਂ ਆਈਡੀਆ ਆਈਡੀਆ ਕਿੱਦਾਂ ਆਇਆ ਪਹਿਲੀ ਵਾਰੀ? ਵੈਸੇ ਮੈਂ ਇਹ ਸਵਾਲ ਪਹਿਲਾਂ ਵੀ ਪੁੱਛ ਲਿਆ ਪਰ ਮੈਨੂੰ ਅਜੇ ਤੱਕ ਸਹੀ ਜਵਾਬ ਨਹੀਂ ਮਿਲਿਆ, ਮਤਲਬ ਕਿੰਨੀ ਕੁ ਉਮਰ 'ਚ ਤੁਸੀਂ ਸੋਚਿਆ ਕਿ ਯਾਰ ਮੈਂ ਕੁਛ ਬਣਨਾ ਜ਼ਿੰਦਗੀ ਦੇ ਵਿੱਚ? ਹੁਣ ਵੀਰੇ ਮੇਰੀ 21 ਸਾਲ ਉਮਰ ਆ ਜੀ, ਅਤੇ 7 ਵਰਲਡ ਰਿਕਾਰਡ ਮੇਰੇ ਨਾਮ ਨੇ ਜੀ, ਕਰਮਵੀਰ ਚੱਕਰ ਪੁਰਸਕਾਰ ਮਿਲ ਚੁੱਕਿਆ ਮੈਨੂੰ, ਠੀਕ, ਟੈਡਐਕ ਸਪੀਕਰ ਹਾਂ, ਜੋਸ਼ ਟਾਕ ਸਪੀਕਰ ਹਾਂ, ਅਤੇ ਯੂਨਾਈਟਿਡ ਸਿੱਖ ਔਰਗਨਾਈਜੇਸ਼ਨ ਦਾ ਬ੍ਰਾਂਡ ਅੰਬੈਸਡਰ ਹਾਂ। ਓਹੋ ਸੋਹਣੀ ਗੱਲ। ਸਾਡੀ ਪੰਜਾਬ ਪੁਲਿਸ ਦਾ ਬ੍ਰਾਂਡ ਅੰਬੈਸਡਰ ਹਾਂ ਐਂਟੀ ਡਰੱਗ ਨੂੰ ਲੈ ਕੇ ਜੀ। ਇਲੈਕਸ਼ਨ ਕਮਿਸ਼ਨ ਨੇ ਸਵੀਪ ਆਈਕਨ ਲਾਇਆ ਮੈਨੂੰ ਆਪਣੇ ਡਿਸਟ੍ਰਿਕਟ ਦਾ ਜੀ ਜੀ, ਮੈਂ ਵੇਖੀ ਤੁਹਾਡੀ ਵੀਡੀਓ, ਬਿਲਕੁਲ ਤੁਸੀਂ ਚੋਣਾਂ ਦਾ ਪ੍ਰਚਾਰ ਕਰ ਰਹੇ, ਲੋਕ ਸਭਾ ਚੋਣਾਂ ਹੈ ਨਾ ਜਿਹੜੇ 2024, ਪਰ ਸਰਕਾਰ ਨੇ ਸਪੋਰਟ ਨਹੀਂ ਕੀਤੀ ਹੋਈ ਯਾਰ। ਸਰਕਾਰ ਨੇ ਸਪੋਰਟ ਨਹੀਂ ਕੀਤੀ, ਸਰਕਾਰ ਬਸ ਇਸਤੇਮਾਲ ਕਰਦੀ ਹੈ ਜਿਹੜੇ ਚਿਹਰੇ ਫੇਮਸ ਨੇ, ਹੈ ਨਾ। ਨਹੀਂ ਇਸਤੇਮਾਲ ਵੀ ਕਿੱਥੇ ਕੀਤਾ ਮੈਨੂੰ, ਤੁਸੀਂ ਜਾਣਦੇ ਹੋ ਕਿ ਇਹ ਮੇਰੀ ਚੀਜ਼ ਕਿਸੇ ਗੇਮ ਵਿੱਚ ਨਹੀਂ ਹੁੰਦੀ ਜੀ ਜੀ, ਮੇਰੇ ਕਿਸੇ ਨੌਨ ਨੇ ਕਿਸੇ ਵਧੀਆ ਲੀਡਰ ਨੂੰ ਨਾ ਪਹੁੰਚ ਕੀਤੀ ਸੀ ਕਿ ਸਾਨੂੰ ਉਹ ਮੁੰਡੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਅੱਛਾ, ਤਾਂ ਉਹਨਾਂ ਦੀ ਵਰਡਿੰਗ ਮੈਂ ਤੁਹਾਨੂੰ ਦੱਸਦਾ ਇਹ ਸੀ ਕਿ ਜੇ ਅਸੀਂ ਇਹਨੂੰ ਸਪੋਰਟ ਕੀਤੀ ਆ, ਇਹਨੂੰ ਐਪਰੀਸ਼ੀਏਟ ਕੀਤਾ, ਤਾਂ ਇਹਦੇ ਮਗਰ ਲੱਗ ਕੇ ਹੋਰਾਂ ਨੇ ਵੀ ਆਉਣਾ ਅਤੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ ਪੈਣਾ। ਤੇ ਚਲੋ ਵਧੀਆ ਗੱਲ ਨਹੀਂ ਹੈ, ਮਤਲਬ ਹੈ ਤਾਂ ਵਧੀਆ ਗੱਲ, ਪਰ ਉਹ ਕਹਿੰਦੇ ਕਿ ਇਹ ਗੇਮ 'ਚ ਨਹੀਂ ਆਉਂਦੀ, ਜੇ ਇਹਨੂੰ ਐਪਰੀਸ਼ੀਏਟ ਕੀਤਾ ਤਾਂ ਇਹਦੇ ਮਗਰ ਹੋਰਾਂ ਨੇ ਵੀ ਲਾਈਨਾਂ ਲਾਉਣੀਆਂ ਨੇ, ਸਾਨੂੰ ਵੀ ਐਪਰੀਸ਼ੀਏਟ ਕਰੋ, ਤਾਂ ਕਿਹਨੂੰ ਕਿਹਨੂੰ ਕਰਾਂਗੇ? ਨਹੀਂ ਨਹੀਂ, ਪਰ ਇਹ ਤਾਂ ਉਹ ਘਟੀਆ ਸੋਚ ਹੈ ਉਹਨਾਂ ਦੀ। ਹਾਲਾਂਕਿ ਤੁਸੀਂ ਬਹੁਤ ਵਧੀਆ ਕੰਮ ਸ਼ੁਰੂ ਕੀਤਾ, ਮੁੰਡੇ ਮਾੜੇ ਪਾਸੇ ਤਾਂ ਨਹੀਂ ਜਾਂਦੇ, ਨਸ਼ਾ ਤਾਂ ਨਹੀਂ ਕਰਦੇ, ਸਪੋਰਟਸ ਵਾਲੇ ਪਾਸੇ ਨੇ, ਭਾਵੇਂ ਚਲੋ ਇਹਦਾ ਨਾਮ ਮਾਰਸ਼ਲ ਆਰਟਸ ਨੇ, ਇਹ ਫਿਲਮਾਂ 'ਚ ਵੀ ਚਲੋ ਇਹ ਕਾਮਯਾਬ ਹੁੰਦਾ ਹੈ ਐਕਸ਼ਨ, ਹੈ ਨਾ, ਬਰੂਸਲੀ ਵੀ ਫਿਲਮਾਂ 'ਚ ਹੀ ਕਾਮਯਾਬ ਹੋਇਆ ਸੀ। ਬਿਲਕੁਲ ਬਿਲਕੁਲ, ਅਤੇ ਕਿਉਂਕਿ ਨਹੀਂ ਇਹ ਬੜਾ ਵੱਡਾ ਮੇਜਰ ਰੋਲ ਪਲੇ ਕਰਦੇ ਨੇ ਸਾਡੀ ਸੋਸਾਇਟੀ 'ਚ ਮਾਰਸ਼ਲ ਆਰਟਸ, ਇਹਦੇ ਨਾਲ ਬੜਾ ਫਾਇਦਾ ਹੋ ਸਕਦਾ ਵੇ ਕੁੜੀਆਂ ਨੂੰ ਮੁੰਡਿਆਂ ਨੂੰ, ਸੈਲਫ ਡਿਫੈਂਸ ਵਾਸਤੇ ਬਹੁਤ ਅੱਛੀ ਚੀਜ਼ ਹੈ, ਤੈਨੂੰ ਅੱਗੇ ਹੋਣਾ ਚਾਹੀਦਾ, ਪਰ ਸਰਕਾਰ ਤੁਹਾਨੂੰ ਪਤਾ ਹੀ ਹੈ ਇੱਦਾਂ ਦਾ ਸੋਚਦੀ ਰਹਿੰਦੀ ਹੈ। ਗਾਣਾ ਕਰਨਾ ਉਦੋਂ ਕਿਹੋ ਜਿਹੀ ਫੀਲਿੰਗ ਸੀ ਯਾਰ, ਮੈਨੂੰ ਮੈਸੇਜ ਗਾਣੇ ਵਾਸਤੇ ਬੁਲਾ ਰਹੇ ਨੇ ਮੈਨੂੰ ਯਾਰ, ਉਦੋਂ ਕਿਹੋ ਜਿਹੀ ਫੀਲ ਸੀ? ਉਹ ਬਾਈ ਦੇ ਵਿੱਚ ਨਾ ਉਹ ਸਟਾਰਾਂ ਵਾਲੀ ਫੀਲ ਹੈ ਨਹੀਂ ਸੀ, ਬਾਈ ਨੇ ਸਿੱਧਾ ਨੰਬਰ ਮੰਗਿਆ ਮੇਰਾ ਅਤੇ ਫੋਨ ਕੀਤਾ ਸੀ ਮੈਨੂੰ ਸਿੱਧਾ ਹੀ। ਅੱਛਾ, ਅਤੇ ਬਾਈ ਨੇ ਪਹਿਲਾਂ ਸਟੋਰੀ ਪਾਈ ਸੀ ਮੇਰੀ, ਮੈਂ ਮਤਲਬ ਆਪਣੇ ਵਰਕਆਊਟ ਦੀ ਵੀਡੀਓ ਪਾਈ ਸੀ, ਅਤੇ ਬਾਈ ਨੇ ਸਟੋਰੀ ਪਾਈ, ਫਿਰ ਨੰਬਰ ਮੰਗਿਆ ਮੇਰਾ, ਫਿਰ ਬਾਈ ਨੇ ਕਾਲ ਕੀਤੀ, ਕਾਲ ਕਰਕੇ ਮੈਨੂੰ ਪੁੱਛਿਆ ਮੇਰੀ ਬੈਕਗਰਾਊਂਡ ਬਾਰੇ ਪੁੱਛਿਆ, ਮੈਂ ਮਤਲਬ ਸਟੱਡੀ ਕਿਵੇਂ ਕੀਤੀ ਜਾਂ ਕੀ ਕਰ ਰਿਹਾ ਸੀ ਮੈਂ, ਅਤੇ ਹੁਣ ਮਿਹਨਤ 'ਚ ਕੀ ਕਰ ਰਿਹਾ ਵਾਂ, ਸੋ ਸਾਰਾ ਕੁਝ ਬਾਈ ਨੇ ਪੁੱਛਿਆ, ਅਤੇ ਫਿਰ ਹੌਲੀ ਹੌਲੀ ਬਾਈ ਨੇ ਮੈਨੂੰ ਇਸ ਗਾਣੇ ਬਾਰੇ ਦੱਸਿਆ। ਠੀਕ, ਅਤੇ ਤੁਹਾਨੂੰ ਗਾਣਾ ਪਸੰਦ ਆਇਆ ਸੁਣ ਕੇ? ਬਿਲਕੁਲ ਭਾਜੀ। ਅੱਛਾ, ਤਾਂ ਤੁਹਾਨੂੰ ਬੜਾ ਰੋਲ ਵਧੀਆ ਲੱਗਾ ਵਿੱਚ? ਮੈਂ ਕਹਿੰਦਾ ਬਾਈ ਨੇ ਸਾਰਾ ਰੋਲ ਹੀ ਮੈਨੂੰ ਦਿੱਤਾ ਸੀ ਵਿੱਚ। ਅਤੇ ਮੈਂ ਸੁਣਿਆ ਕਹਿੰਦੇ ਬਹੁਤ ਵੱਡੇ ਵੀਡੀਓ ਦੀ, 10 ਕੁ ਮਿੰਟ ਦੀ ਕੋਈ ਵੀਡੀਓ ਹੋਵੇ? ਹਾਂਜੀ, 10 ਮਿੰਟ ਦੀ ਵੀਡੀਓ। ਅੱਛਾ ਭਾਜੀ, ਜਿਹੜੇ ਤੁਸੀਂ 7 ਰਿਕਾਰਡ ਬਣਾਏ ਨੇ, ਮਾੜਾ ਜਿਹਾ ਸਾਡੇ ਆਡੀਅੰਸ ਨੂੰ ਦੱਸ ਸਕਦੇ ਵੀ 7 ਰਿਕਾਰਡ ਕਿਹੜੇ ਕਿਹੜੇ ਨੇ? ਮੇਰੇ ਬਾਈ ਸਾਰੇ ਰਿਕਾਰਡ ਡੰਡਾਂ ਦੇ ਹੀ ਆ, ਪੁਸ਼ਅਪ ਦੇ ਹੀ ਆ, ਅਤੇ ਇਸੇ ਕਰਕੇ ਪੁਸ਼ਅਪ ਮੈਨ ਆਫ ਪੰਜਾਬ ਦਾ ਖਿਤਾਬ ਮਿਲਿਆ ਮੈਨੂੰ। ਠੀਕ, ਅਤੇ ਭਾਜੀ ਪੁਸ਼ਅਪ ਲਾਉਂਦੇ ਹੁੰਦੇ ਨੇ ਉਂਗਲਾਂ 'ਤੇ ਪਿੱਛੇ ਭਾਰ ਰੱਖ ਕੇ ਵੀ, ਹੈ ਨਾ, ਕਲੈਪ ਕਰਦੇ ਵੀ ਹੈਗਾ ਕਿ ਰਿਕਾਰਡ, ਤਾੜੀ ਮਾਰ ਕੇ ਕਰਦੇ ਜੀ ਜੀ। ਹਾਂਜੀ, ਅਤੇ ਕਿਹੜੇ ਕਿਹੜੇ ਨੇ ਬਾਈ? ਪਹਿਲਾ ਰਿਕਾਰਡ ਸੀ ਨਕਲ ਪੁਸ਼ਅਪ ਦਾ, ਮੁੱਠੀ ਬੰਦ ਕਰਕੇ ਡੰਡ ਲਾਉਣੇ, 1 ਮਿੰਟ 'ਚ 118 ਲਾਏ ਸੀ ਮੈਂ, ਉਦੋਂ ਉਮਰ ਸੀ ਮੇਰੀ 17.5 ਸਾਲ। ਅੱਛਾ, ਵੇਖ ਲੈ 2019 'ਚ ਅਸੀਂ 17.5 ਸਾਲ 'ਚ, ਤੇ ਮੋਟਰਸਾਈਕਲ ਤੋਂ ਥੱਲੇ ਨਹੀਂ ਸੀ ਉਤਰਦੇ ਭਾਜੀ, ਸੱਚੀ ਗੱਲ ਹੈ। ਤੇ ਤੁਸੀਂ ਤੇ ਫਿਰ ਦੂਸਰਾ ਰਿਕਾਰਡ ਸੁਪਰਮੈਨ ਪੁਸ਼ਅਪ ਦਾ, ਉਹ ਕੀ ਹੁੰਦਾ ਉਹਦੇ 'ਚ?
ਉਹ ਡੰਡ ਮਾਰ ਕੇ ਤੇ ਸੁਪਰਮੈਨ ਦੀ ਪੋਜੀਸ਼ਨ 'ਚ ਆਉਣਾ ਹਵਾ 'ਚ। ਅੱਛਾ ਤੇ ਤੀਸਰਾ ਫਿਰ 30 ਸੈਕਿੰਡਾਂ 'ਚ, ਉਹ 30 ਸੈਕਿੰਡਾਂ 'ਚ 35 ਲਾਏ ਸੀ। ਅੱਛਾ 35, ਓਏ ਹੋਏ। ਹਾਂਜੀ ਫਿਰ ਤੀਸਰਾ ਰਿਕਾਰਡ ਕਿਹੜਾ ਸੀ? ਤੀਸਰਾ ਫਿਰ ਸੁਪਰਮੈਨ ਪੁਸ਼ਅਪ ਦਾ, 1 ਮਿੰਟ 'ਚ 53 ਲਾਏ ਸੀ। ਓਹੋ ਹੋ ਹੋ। ਚੌਥਾ? ਚੌਥਾ ਗਿਨੀਜ਼ ਵਰਲਡ ਰਿਕਾਰਡ ਸੀ। ਹਾਂ ਵੇਖ ਲਓ ਰਿਕਾਰਡ ਜਿਹੜਾ ਉਹ ਜਿਹੜਾ ਭਾਜੀ ਨੇ ਦੱਸਿਆ ਕਲੈਪਿੰਗ ਵਾਲਾ, ਉਂਗਲਾਂ ਦੇ ਉੱਤੇ ਕਲੈਪਿੰਗ ਕੀਤੀ। ਤੇ ਤੁਸੀਂ ਪਿੱਛੇ ਭਾਰ ਰੱਖ ਕੇ ਵੀ ਮਾਰਦੇ ਨਾ ਡੰਡ, 20 ਕਿਲੋ ਪਾ ਕੇ ਕਦੀ 10 ਕਿਲੋ ਭਾਰ ਪਾ ਕੇ। ਹਾਂਜੀ ਉਹ ਪੰਜਵਾਂ ਰਿਕਾਰਡ ਸੀ ਜਦੋਂ ਬਰੂਸ ਲੀ ਵੀਰੇ ਦਾ ਰਿਕਾਰਡ ਬ੍ਰੇਕ ਕੀਤਾ ਸੀ। ਅੱਛਾ ਉਹ ਪੰਜਵਾਂ ਸੀ? ਹਾਂਜੀ ਸਹੀ ਸਹੀ, ਪੰਜਵਾਂ ਸੀ। ਤੇ ਛੇਵਾਂ? ਛੇਵਾਂ ਬਾਈ ਫਿਰ ਆਪਣਾ ਸੀ ਨਕਲ ਪੁਸ਼ਅਪ ਦਾ, 1 ਲੱਤ ਚੁੱਕ ਕੇ। ਠੀਕ ਠੀਕ। ਤੇ ਤੁਹਾਨੂੰ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਕੋਈ ਇਸ ਟਾਈਮ ਚੱਲ ਰਹੇ ਨੇ ਮੁੰਡੇ ਨੈੱਟ 'ਤੇ ਜਿਹੜੇ ਤੁਹਾਨੂੰ ਲੱਗਦਾ ਵੀ ਅੱਗੇ ਆ ਸਕਦੇ ਨੇ ਇਸੇ ਫੀਲਡ 'ਚ, ਤੁਹਾਡੀ ਫੀਲਡ 'ਚ? ਬਿਲਕੁਲ ਬਿਲਕੁਲ ਬਾਈ, ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ 6 ਜਣੇ ਰਿਕਾਰਡ ਬਣਾਏ ਮੈਨੂੰ ਦੇਖ ਕੇ, ਇਕੱਲੇ ਪੰਜਾਬ 'ਚ, ਇੰਡੀਆ ਦੀ ਬਾਕੀ ਸਟੇਟਾਂ ਦੀ ਗੱਲ ਨਹੀਂ ਕਰ ਰਿਹਾ ਮੈਂ। ਠੀਕ। ਉਹ ਵੀ ਮਿਹਨਤ ਕਰ ਰਹੇ ਆ, ਮੈਨੂੰ ਮੈਸੇਜ ਆਉਂਦੇ ਆ, ਉਹ ਕਰਦੇ ਹੁੰਦੇ, ਦੱਸ ਪੁੱਛਦੇ ਹੁੰਦੇ ਮੈਨੂੰ ਕਿੱਦਾਂ ਰਿਕਾਰਡ ਅਪਲਾਈ ਕਰਨਾ। ਅੱਛਾ। ਉਸ ਤੋਂ ਇਲਾਵਾ ਹੋਰ ਮੁੰਡੇ ਪ੍ਰੈਕਟਿਸ ਕਰਦੇ ਆ ਇਸ ਚੀਜ਼ ਦੀ। ਸਹੀ ਸਹੀ। ਨਹੀਂ ਨਹੀਂ ਸਾਡੀ ਤਾਂ ਇਹੀ ਦੁਆ ਹੈ ਭਾਅ ਜੀ, ਤੁਸੀਂ ਬਹੁਤ ਤਰੱਕੀਆਂ ਕਰੋ, ਅੱਗੇ ਵਧੋ, ਪੰਜਾਬ ਦਾ ਨਾਂ ਰੋਸ਼ਨ ਕਰੋ, ਆਪਣੀ ਸਿੱਖ ਪੰਥ ਸਿੱਖ ਕੌਮ ਦਾ ਨਾਂ ਰੋਸ਼ਨ ਕਰੋ, ਹੈ ਨਾ। ਅਤੇ ਯਾਰ 1 ਮਿੰਟ ਦੇ ਵਿੱਚ ਸਕਿੰਟ ਹੁੰਦੇ ਨੇ 60 ਜੀ, ਤਾਂ ਤੁਸੀਂ 86 ਪੁਸ਼ਪ ਕਿੱਦਾਂ ਲੱਗ ਗਏ ਯਾਰ 60 ਸਕਿੰਟ 'ਚ? ਇਹ ਤਾਂ ਰਾਣਗੀ ਵਾਲੀ ਗੱਲ ਨਹੀਂ ਹੈ, ਬੜੀ ਮੂਵਮੈਂਟ ਚਾਹੀਦੀ ਸਰੀਰ ਦੀ, ਫਾਸਟ ਫਾਸਟ ਸੂਈਆਂ ਤੋਂ ਵੀ ਤੇਜ਼। ਮੈਂ ਦੱਸਣਾ ਚਾਹੁੰਦਾ, ਮੈਂ ਆਪਣੇ ਰਿਕਾਰਡ ਦੀ ਪ੍ਰੈਕਟਿਸ ਸਿਰਫ 21 ਦਿਨ ਕਰਦਾ। 1 ਦਿਨ ਹੀ? 21 ਦਿਨ। ਅੱਛਾ 21 ਦਿਨ। ਹਾਂਜੀ ਤੇ 22ਵੇਂ ਦਿਨ ਅਟੈਂਪਟ ਕਰ ਦੇਣਾ। ਓਏ ਹੋਏ, 21 ਦਿਨ ਦਾ ਰਾਜ ਪਿੱਛੇ ਤੇ ਰਾਜ ਮਿਲ ਗਈ 21 ਦਿਨ। ਉਹ ਕਹਿੰਦੇ ਹੁੰਦੇ ਨਾ ਬਾਈ ਸਾਇੰਸ ਵਿੱਚ ਕਿ 21 ਦਿਨ ਜਦੋਂ ਤੁਸੀਂ ਕੋਈ ਰੈਗੂਲਰਲੀ ਕੰਮ ਕਰਦੇ ਹੋ ਤਾਂ ਆਦਤ ਬਣ ਜਾਂਦੀ ਹੈ ਤੁਹਾਡੀ। ਹਾਂ ਸਹੀ ਗੱਲ ਹੈ। ਸਾਇੰਸ ਨੂੰ ਤੁਸੀਂ ਮੰਨਦੇ ਬੜਾ? ਥੋੜ੍ਹਾ ਬਹੁਤਾ, ਥੋੜ੍ਹਾ ਬਹੁਤਾ। ਹੈ ਠੀਕ। ਤੁਸੀਂ ਬਾਈ ਕਦੀ ਫਿਟਨੈਸ ਪਲਾਨ ਜਾਂ ਡਾਈਟ ਪਲਾਨ ਲਿਆ ਕਿਸੇ ਕੋਲੋਂ? ਐ ਨਹੀਂ ਲਿਆ, ਉੱਪਰ ਲਿਆ ਲਿਆ ਮੈਂ ਲਿਆ ਬਾਈ। ਲਿਆ ਬਾਈ ਤੁਸੀਂ ਕਿੰਨੇ ਪੈਸੇ ਦਿੱਤੇ ਸੀ ਬਾਈ? ਮੈਂ ਫ੍ਰੀ ਲਿਆ ਸੀ ਦੋਸਤ ਕੋ, ਪਰ ਉਦਾਂ ਉਹਦੇ ਚਾਰਜਸ ਹੈਗੇ ਆ ਮਹੀਨੇ ਦੇ $100 ਅਪਰੋਕਸੀਮੇਟਲੀ। ਤੇ ਹਾਂ ਵਧੀਆ ਸੀ, ਮੇਰਾ ਭਾਰ ਭੁਰ ਵੱਧ ਘੱਟ ਗਿਆ। ਤੇ ਘੱਟੋ ਘੱਟ ਕਿੰਨੇ ਹੋ ਸਕਦੇ ਆ ਪੈਸੇ ਕਿਸੇ ਦੀ ਚਾਰਜ ਫੀਸ? ਬਾਈ ਇਹ ਤਾਂ ਡਿਫੀਕਲਟ ਕੁਐਸਚਨ ਕਰਤਾ, ਹੁਣ ਇੰਡੀਆ ਵਾਲੇ ਮੁੰਡੇ ਘੱਟ ਚਾਰਜ ਕਰਦੇ, ਇੱਥੇ ਸਾਡੇ ਕੈਨੇਡਾ ਵਾਲੇ ਬਹੁਤ ਜ਼ਿਆਦਾ ਚਾਰਜ ਕਰਦੇ ਕਦੇ ਕਿਸੇ ਚੀਜ਼ ਦਾ। ਪਰ ਚਲੋ ਕੁਛ ਨਾ ਕੁਛ ਹੁੰਦੀ ਹੈ, ਘੱਟੋ ਘੱਟ 20 ਡਾਲਰ ਲਾ ਲਓ ਜਾਂ ਇੰਡੀਆ ਦੇ 2000। 20 ਡਾਲਰ ਤੁਸੀਂ ਘੱਟ ਕਹਿੰਦੇ, 20 ਡਾਲਰ ਤੁਸੀਂ ਘੱਟ ਕਹਿੰਦੇ, $50 ਤਾਂ ਲਾ ਲਓ, ₹2500 ਤਾਂ ਇੰਡੀਆ ਦਾ ਫੀਸ ਹੋਊਗੀ ਘੱਟੋ ਘੱਟ ਮਹੀਨੇ ਦੀ। ਮੈਂ ਵੀ ਸ਼ੇਅਰ ਕਰਦਾ ਹੁੰਦਾ ਬਾਈ ਫਿਟਨੈਸ ਪਲਾਨ ਤੇ ਡਾਈਟ ਪਲਾਨ ਆਪਣੇ। ਅੱਛਾ ਤੁਸੀਂ ਕਿੰਨੇ ਪੈਸੇ ਲੈਂਦੇ? ਕਿੰਨੇ ਦੇ ਬਾਈ? ਬਿਲਕੁਲ ਬਿਲਕੁਲ ਦੇਸੀ। ਠੀਕ ਹੈ। ਕਿੰਨੇ ਪੈਸੇ? ₹5। ਓਏ ਹੋਏ ਬੜੀ ਗੱਲ ਹੈ ਭਾਜੀ, ਮੈਂ ਵੀ ਤੁਹਾਡੇ ਕੋਲ ਪਲਾਨ ਲਵਾਂਗਾ ਹੁਣ ਨਾ ਬਾਅਦ ਚ ਨਾ। ਚਲੋ ਬਾਈ ਮੈਂ ਦੱਸਣਾ ਚਾਹੁੰਦਾ, ਉਹ ਪੈਸੇ ਜਿਹੜੇ ਮੈਨੂੰ ਆਉਂਦੇ ਆ ਫਿਰ, ਉਹ ਡੋਨੇਸ਼ਨ ਫੀਸ ਆਉਂਦੀ ਹੈ ਜਿਹੜੀ ਜੀ, ਚਾਹੇ ਕੋਈ ਮੈਨੂੰ 5 ਕਰਦਾ, ਚਾਹੇ 100 ਕਰਦਾ, 10 ਰੁਪਏ ਕਰਦਾ, 20 ਰੁਪਏ ਕਰਦਾ, ਉਹ ਸਾਰੇ ਪੈਸੇ ਇਕੱਠੇ ਕਰਕੇ ਮੈਂ ਉਹਨਾਂ ਨੌਜਵਾਨਾਂ ਕੋਲ ਜਾਣਾ ਜੋ ਗਰਾਊਂਡ ਲੈਵਲ 'ਤੇ ਰਹਿ ਕੇ ਮਿਹਨਤ ਕਰ ਰਹੇ ਆ, ਮੇਰੇ ਵਾਂਗੂ ਅਚੀਵਮੈਂਟਾਂ ਕੀਤੀਆਂ ਉਹਨਾਂ ਨੇ ਜਾਂ ਸ਼ੁਰੂਆਤ ਕਰਨੀ ਹੈ, ਉਹਨਾਂ ਨੂੰ ਸਿਰਫ ਉਹਨਾਂ ਦਾ ਹੌਸਲਾ ਬਰਕਰਾਰ ਰਹੇ, ਉਹਨਾਂ ਨੂੰ ਮੈਂ ਟਰੈਕ ਸੂਟ ਜਰਸੀਆਂ ਲੈ ਕੇ ਦਿੰਦਾ, ਅਤੇ ਹੁਣ ਤੱਕ 200 ਦੇ ਕਰੀਬ ਨੌਜਵਾਨਾਂ ਨੂੰ ਲੈ ਕੇ ਦੇ ਚੁੱਕਿਆ। ਓਏ ਹੋਏ ਹੋਏ, ਵੇਖ ਲਓ ਸਰਕਾਰ ਵੀਰ ਨੂੰ ਕੋਈ ਮਿਹਨਤ ਦਿੰਦੀ ਨਹੀਂ, ਹੈਲਪ ਨਹੀਂ ਕਰਦੀ ਸਰਕਾਰ, ਅਤੇ ਵੀਰ ਅੱਗੂ ਬੰਦਿਆਂ ਦੀ ਹੈਲਪ ਕਰ ਰਿਹਾ ਜਿਹੜਾ ਵੀ ਉਹਦੇ ਕੋਲ ਸੱਜਦਾ ਸਰਦਾ ਪੁੱਜਦਾ। ਮੈਂ ਵੇਖੀ ਤੁਹਾਡੀ ਬਿਲਕੁਲ ਰੀਲ ਵੇਖੀ ਸੀ, ਐਂਡ ਇਸੇ ਕੰਮ ਕਰਕੇ ਬਾਈ ਮੈਨੂੰ ਕਰਮਵੀਰ ਚੱਕਰ ਮਿਲਿਆ, ਨੋਬਲ ਕੰਮ ਕਰਕੇ। ਸੋਹਣੀ ਗੱਲ ਹੈ, ਸੋਹਣੀ ਗੱਲ ਹੈ, ਬਹੁਤ ਬਹੁਤ ਮਾਣ ਵਧਾਇਆ ਭਾਅ ਜੀ ਤੁਸੀਂ ਪੰਜਾਬ ਦਾ, ਸਹੀ ਗੱਲ ਹੈ। ਚਲੋ ਆਪਾਂ ਤੁਹਾਨੂੰ 5 ਰੁਪਏ ਤਾਂ ਦੇਣੇ ਭਾਅ ਜੀ, ਪਰ ਮੈਂ ਤੁਹਾਨੂੰ ਉੱਦਾਂ ਪੁੱਛਦਾ, ਬੜੇ ਲੋਕਾਂ ਦਾ ਸਵਾਲ ਹੁੰਦਾ ਕਿ ਪਤਲੇ ਬੰਦੇ ਨੇ ਮੋਟਾ ਹੋਣਾ, ਤਾਂ ਤੁਸੀਂ ਕੋਈ ਸਿੰਪਲ ਜਿਹੀ ਡਾਇਟ ਦੱਸ ਦਿਓ ਕਿ ਤੁਸੀਂ ਆਹ ਚੀਜ਼ਾਂ ਘਰੇ ਖਾਓ ਤਾਂ ਤੁਸੀਂ ਪਤਲੇ ਤੋਂ ਮੋਟੇ ਹੋ ਸਕਦੇ, ਜਿਹੜੇ ਮਤਲਬ ਕਿ ਕਈ ਵਿਚਾਰੇ ਕੁਪੋਸ਼ਣ ਦੇ ਸ਼ਿਕਾਰ ਜਾਂ ਕੁਛ ਮੋਟਾ ਹੋਣਾ ਚਾਹੁੰਦੇ ਨੇ, ਉਹਨਾਂ ਲਈ ਦੱਸੋ ਕੋਈ ਦੇਸੀ ਜੀ ਕੋਈ ਦੇਸੀ ਬ੍ਰੇਕਫਾਸਟ ਦੀ ਬ੍ਰੇਕਫਾਸਟ ਦੀ ਗੱਲ ਕਰਦੇ ਹਾਂ ਤਾਂ ਦਹੀਂ ਨਾਲ ਤੁਸੀਂ ਲੈ ਸਕਦੇ ਹੋ, ਸਬਜ਼ੀ ਜੋ ਘਰੇ ਬਣੀ ਹੋਈ ਹੈ ਉਹਨੂੰ ਐਡ ਕਰੋ, ਸਲਾਦ ਐਡ ਕਰੋ, ਜਿੰਨੀਆਂ ਤੁਸੀਂ ਰੋਟੀਆਂ ਖਾਣੀਆਂ 3 ਖਾਣੀਆਂ 4 ਖਾਣੀਆਂ ਉਹ ਤੁਸੀਂ ਐਡ ਕਰੋ, ਮੱਖਣ ਐਡ ਕਰ ਸਕਦੇ ਹੋ ਜਾਂ ਘਿਓ ਐਡ ਕਰ ਸਕਦੇ ਹੋ, ਉਹਨਾਂ ਦੋਨਾਂ 'ਚ ਆਪਸ਼ਨ ਵਾਲਾ। ਅੱਛਾ ਜੇ ਤੁਸੀਂ ਇਹ ਬ੍ਰੇਕਫਾਸਟ ਨਹੀਂ ਕਰਨਾ, ਦੂਸਰਾ ਬ੍ਰੇਕਫਾਸਟ ਤੁਸੀਂ ਦਲੀਆ ਲੈ ਸਕਦੇ ਹੋ ਜਾਂ ਓਟਸ ਲੈ ਸਕਦੇ ਹੋ ਦੁੱਧ ਵਿੱਚ, ਠੀਕ ਹੈ, ਉਹਦੇ ਵਿੱਚ ਡਰਾਈ ਫਰੂਟ ਪਾਓ, ਨਾਲ 1 ਜਾਂ 2 ਕੇਲੇ ਲੈ ਸਕਦੇ ਹੋ ਤੁਸੀਂ, ਇਹ ਚੀਜ਼ ਤੁਸੀਂ ਐਡ ਕਰ ਸਕਦੇ ਹੋ ਬ੍ਰੇਕਫਾਸਟ 'ਚ। ਸਹੀ ਭਾਅ ਜੀ। ਅਤੇ ਫਿਰ ਆਪਾਂ 10 ਤੋਂ 11 ਵਜੇ ਕੋਈ ਸਨੈਕਸ ਲੈ ਸਕਦੇ ਹਾਂ, ਜੂਸ ਪੀ ਸਕਦੇ ਹਾਂ ਜਾਂ ਕੋਈ ਸੀਜ਼ਨਲ ਫਰੂਟ ਖਾਣਾ। ਸਹੀ ਹੈ ਨਾ ਬਾਈ?
ਅਤੇ ਫਿਰ ਲੰਚ ਜਿੰਨੇ ਵਜੇ ਤੁਹਾਡਾ ਹੁੰਦਾ 12 ਤੋਂ 1 ਵਜੇ ਜਾਂ 2 ਵਜੇ ਦੇ ਕਰੀਬ, ਜੋ ਘਰ ਬਣਿਆ ਤੁਸੀਂ ਉਹ ਐਡ ਕਰੋ, ਦਾਲ ਸਬਜ਼ੀ, ਚੌਲ ਐਡ ਕਰ ਸਕਦੇ ਹੋ, ਜੇ ਤੁਸੀਂ ਚੌਲ ਐਡ ਕਰ ਸਕਦੇ ਹੋ ਕਰ ਰਹੇ ਹੋ ਤਾਂ 2 ਰੋਟੀਆਂ ਐਡ ਕਰੋ, ਜੇ ਤੁਸੀਂ ਵੇਟ ਲੋਸ ਕਰਨਾ ਤਾਂ 1 ਰੋਟੀ ਐਡ ਕਰੋ, ਉਹੀ ਨਾਲ ਸਲਾਦ ਐਡ ਕਰੋ, ਦਹੀਂ ਜ਼ਰੂਰ ਐਡ ਕਰੋ ਨਾਲ। ਸਹੀ, ਅਤੇ ਆਪਣੇ ਦੇਸੀ ਫੂਡ ਨਾਲ ਵੀ ਤੁਸੀਂ ਕਰ ਸਕਦੇ ਹੋ ਆਪਣਾ। ਬਿਲਕੁਲ 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 ਬਾਈ, ਬਿਲਕੁਲ। ਨਹੀਂ ਤੇ ਕਈ ਲੋਕ ਅੱਜ ਕੱਲ ਬੜੇ ਵਨ ਸਵੰਨੀ ਹੈ ਨਾ, ਫੂਡ ਦੱਸਦੇ ਭਰਾਵਾ, ਸਾਨੂੰ ਤੇ ਨਾਂ ਦਾ ਨਹੀਂ ਪਤਾ ਹੁੰਦਾ, ਉਹ ਅੰਗਰੇਜ਼ੀ ਚ ਨਾਂ ਜਿਹਾ ਦੱਸ ਛੱਡਦੇ ਨੇ। ਬਰੋਕਲੀ, ਸੈਲਰੀ। ਮੈਂ ਅੱਜ ਦੀ ਗੱਲ ਕਰਨਾ ਚਾਹੁੰਦਾ, ਬਾਈ ਨੇ ਬਾਈ ਕੋ ਅਸੀਂ ਆਏ ਕੈਂਬੀ ਵੀਰੇ ਕੋ, ਬਾਈ ਕਹਿੰਦਾ ਖਾਣਾ ਕੀ ਹੈ ਦੱਸੋ ਤੁਸੀਂ। ਬਾਈ ਤਾਂ ਪਤਾ ਨਹੀਂ ਕਿਹੜੇ ਕਿਹੜੇ ਨਾਂ ਲਈ ਜਾਂਦਾ ਸੀ, ਚਲੋ ਬਾਈ ਨੂੰ ਆਦਤ ਆ ਖਾਣ ਪੀਣ ਦੀ ਹੈ ਨਾ, ਇੱਦਾਂ ਬਾਈ ਨੂੰ ਪਤਾ ਵਾ। ਹੁਣ ਸਾਨੂੰ ਪਿੰਡਾਂ 'ਚ ਰਹਿੰਦਿਆਂ ਨੂੰ ਨਹੀਂ ਪਤਾ ਕੀ ਹੁੰਦੇ ਆ ਸਮਾਨ ਸਮੂਨ ਜੋ ਵੀ ਬਾਈ ਨਾਂ ਲਿਆ ਰਿਹਾ ਸੀ। ਹੁਣ ਬਾਈ ਨੇ ਉਹ ਚੀਜ਼ ਮੰਗਾਈ ਤਾਂ ਸੱਚੀ ਉਹ ਪਤਾ ਲੱਗਾ ਕਿ ਯਾਰ ਸਵਾਦ ਆ, ਟੇਸਟੀ ਹੈ ਕੰਮ, ਹੁਣ ਸਾਨੂੰ ਨਹੀਂ ਸੀ ਪਤਾ। ਅੱਛਾ ਕੀ ਖਾਧਾ ਸੀ ਹੁਣੇ, ਹੁਣੇ ਕੀ ਖਾਧਾ ਸੀ, ਕੀ ਨਾਂ ਸੀ ਉਹਦਾ ਬਾਈ, ਅੱਜ ਉਹ ਖਾ ਰਹੀ ਸੀ ਆਪਾਂ ਬਾਈ। ਔਖਾ ਜਿਹਾ ਨਾ ਹੋਣਾ ਕੋਈ, ਮੈਨੂੰ ਪਤਾ। ਚਲੋ ਛੱਡੋ, ਕੋਈ ਗੱਲ ਨਹੀਂ, ਕੀ ਨਾਂ ਸੀ ਜੋ ਖਾਧਾ ਸੀ ਆਪਾਂ, ਸਾਰਾ ਕੁਝ ਹੈਗਾ। ਚਲੋ ਵਧੀਆ, ਅਸੀਂ ਕਹਿੰਦੇ ਤੁਹਾਡਾ ਗਾਣਾ ਆਵੇ ਭਾਜੀ, ਤੇ ਮੈਂ ਕਹਿੰਦਾ ਚੱਲੇ, ਹਾਂ ਚੱਲੇ ਗਾਣਾ, ਬਹੁਤ ਚੱਲੇ ਬਾਈ ਬਾਈ। ਤੇ ਕੈਂਬੀ ਵੀਰੇ ਠੀਕ ਹੈ, ਫਿਰ ਤੁਸੀਂ ਥੋੜੇ ਜਿਹੇ ਗਾਣੇ ਬਾਰੇ ਦੱਸ ਦੋ, ਕਦੋਂ ਗਾਣਾ ਆਣਾ, ਕਿੱਦਣ ਆਣਾ। ਗਾਣਾ ਆਪਣਾ 10 ਤਰੀਕ ਨੂੰ ਆ ਰਿਹਾ ਜੀ, 10 ਅਪ੍ਰੈਲ ਨੂੰ। ਅੱਛਾ, ਅਤੇ ਹੋ ਸਕਦਾ ਜੇ ਕਿਤੇ ਅੱਗੇ ਪਿੱਛੇ ਨਾ ਹੋ ਜਾਵੇ, ਕਿਉਂਕਿ ਅਜੇ ਸਾਰਾ ਕੁਛ ਫਾਈਨਲਾਈਜ਼ ਚੀਜ਼ਾਂ ਹੋਣੀਆਂ, ਆਡੀਓ ਲਈ ਜਾਣਾ, ਕਈ ਵਾਰੀ ਫਿਰ ਵੀਡੀਓ ਕਰਦੇ ਕਰਾਉਂਦੇ ਫਾਈਨਲ ਐਡੀਟਿੰਗ ਹੋ ਜਾਂਦਾ ਹੁੰਦਾ ਨਾ ਥੋੜ੍ਹਾ ਬਹੁਤਾ, ਪਰ ਆਪਣਾ ਅਪ੍ਰੈਲ ਦੇ ਵਿੱਚ ਹੈਗਾ ਆ, 10 ਦੀ ਕੋਸ਼ਿਸ਼ ਆ ਸਾਡੀ ਵੀ 10 ਨੂੰ ਆਪਾਂ ਕਰ ਦਈਏ। ਸਹੀ ਸਹੀ, ਨਹੀਂ ਨਹੀਂ ਕੋਈ ਨਹੀਂ, ਸਹੀ ਹੈ। ਠੀਕ ਹੈ ਕੈਂਬੀ ਵੀਰੇ, ਫਿਰ ਤੁਸੀਂ ਆਉਂਦੇ ਜਾਂਦੇ ਰਹੋ, ਤੁਹਾਡੇ ਵਾਸਤੇ ਪੋਡਕਾਸਟ ਸਾਡਾ 24 ਘੰਟੇ ਖੁੱਲ੍ਹਾ, ਅਤੇ ਭਾਜੀ ਨਾਲ ਵੀ ਅਸੀਂ ਕਰਾਂਗੇ ਫਿਊਚਰ 'ਚ ਵੀ ਨਾ, ਹੋਰ ਡਿਟੇਲਿੰਗ 'ਚ ਜ਼ਰੂਰ ਗੱਲਾਂ ਬਾਤਾਂ ਜਾਣਾਂਗੇ, ਅੰਮ੍ਰਿਤਵੀਰ ਬਾਰੇ ਵੀ, ਕਿਉਂਕਿ ਨਾਂ ਬੜਾ ਘੈਂਟ ਹੈ ਨਾ, ਮਹਾਰਾਜੇ ਵਾਲਾ ਕੁੰਵਰ ਅੰਮ੍ਰਿਤਵੀਰ ਸਿੰਘ, ਅਤੇ ਪਹਿਲਾ ਵੀਰੇ ਦਾ ਨਾਂ ਹੁੰਦਾ ਸੀ ਪੁਰਾਣੀ ਆਈ ਡੀ 'ਤੇ ਅੰਮ੍ਰਿਤ ਉਮਰ ਵਾਲਾ, ਹੈ ਨਾ, ਪੂਰੀ ਰੀਸਰਚ ਕਰਕੇ ਪੁਰਾਣੇ ਯਾਰ ਨਿਕਲੇ। ਥੈਂਕ ਯੂ ਵੀਰੇ, ਦੇਖ ਲਓ ਤੁਸੀਂ ਜਿਹੜਾ ਪੰਜਾਬ ਦਾ ਨਾਮ ਤੇ ਜੂਥ ਨੂੰ ਸਹੀ ਪਾਸੇ ਲਾ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਨਹੀਂ ਤਾਂ ਅੱਜ ਕੱਲ੍ਹ ਹਰ ਬੰਦਾ ਪੰਪ ਹੀ ਦਿੰਦਾ। ਇੱਕ ਅਸੀਂ ਪਹਿਲਾਂ ਵੀ ਇੰਟਰਵਿਊ ਜੀ ਕਰਕੇ ਹਟੇ ਉੱਥੇ ਵੀ, ਅੱਜ ਇਹਨੂੰ ਬੰਦੇ ਹੀ ਮਿਲਾਏ ਆ ਪੁਰਾਣੇ, ਉਹ ਵੀ ਆਪਣਾ ਉਹਨਾਂ ਨੂੰ ਵੀ ਇਹ ਕਿਤੇ ਅੱਗੇ ਮਿਲਿਆ ਹੋਇਆ ਸੀ, ਉੱਦੇ ਕਿਤੇ ਮਿਲਿਆ ਸੀਗਾ, ਪਰ ਇਹਨਾਂ ਨੇ ਹੈਲੋ ਆਏ ਨਹੀਂ ਸੀ, ਉਹੀ ਕਹਿੰਦਾ ਮੈਨੂੰ ਯਾਦ ਆ ਤੁਸੀਂ ਉੱਥੇ ਵੀ ਆਏ ਸੀ, ਪੁਰਾਣੇ ਬੰਦੇ ਅੱਜ ਮਿਲ ਗਏ ਇਹਨੂੰ ਸਾਰੇ। ਸਹੀ ਸਹੀ, ਚਲੋ ਬੁਲਾਈਏ ਸਾਰੇ। ਨਹੀਂ ਭਰਾ ਮਿਹਨਤੀ ਆ, ਭਰਾ ਮਿਹਨਤੀ ਆ, ਮੈਂ ਗਾਣਿਆਂ ਨੂੰ ਤਾਂ ਤੁਸੀਂ ਸਪੋਰਟ ਕਰਦੇ ਹੀ ਹੋ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਭਰਾ ਨੂੰ ਇਹ ਜਿੰਨੀ ਮਿਹਨਤ ਕਰਦਾ ਇਹਨੂੰ ਵੀ ਰੈਕਗਨਾਈਜੇਸ਼ਨ ਮਿਲਣੀ ਚਾਹੀਦੀ ਆ, ਬਸ ਇੰਨੀ ਕੁ ਸਾਡੀ ਨਿੱਕੀ ਜਿਹੀ ਬੇਨਤੀ ਆ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਜ਼ਰੂਰ ਜ਼ਰੂਰ, ਸਾਨੂੰ ਨਾ ਆਵਾਜ਼ ਘੱਟ ਆ ਰਹੀ ਕੈਂਬੀ ਵੀਰੇ, ਅਸਲ 'ਚ ਤੁਹਾਡੀ ਤਾਂ ਅਸੀਂ ਕਹਿ ਰਹੇ ਇੱਦਾਂ ਹੀ ਹਵਾ 'ਚ ਹੀ, ਪਰ ਮੈਂ ਵਧੀਆ ਹੀ ਗੱਲ ਕਹੀ ਆ ਡਾਨਿਆ, ਮੈਨੂੰ ਪਤਾ ਲੱਗ ਗਿਆ ਵਧੀਆ ਹੀ ਕੁਛ ਕਿਹਾ ਹੋਣਾ, ਥੋੜੀ ਥੋੜੀ ਆ ਰਹੀ ਆਵਾਜ਼ ਤੁਹਾਡੀ, ਥੋੜਾ ਥੋੜਾ ਪਤਾ ਲੱਗ ਰਿਹਾ ਤੁਸੀਂ ਵਧੀਆ ਹੀ ਕਹਿ ਰਹੇ ਹੋਗੇ, ਮਾੜਾ ਤੁਸੀਂ ਕਹਿਣਾ ਵੀ ਨਹੀਂ, ਵਧੀਆ ਕਹਿ ਰਹੇ ਹੋਗੇ, ਪਰ ਆਪਾਂ ਇਹ ਕਹਿਣਾ ਚਾਹੁੰਦੇ ਹਾਂ, ਚਲੋ ਹਾਸੇ ਨਹੀਂ, ਪਰ 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 ਠੀਕ ਆ ਜੀ, ਵਧੀਆ, ਇਹ ਗੱਲ ਜੱਚਦੀ ਸੀ, ਮੈਂ ਇੱਦਾਂ ਦੀ ਗੱਲ ਕਹੀ ਸੀ, ਤੁਸੀਂ ਰਿਪਲਾਈ ਸਹੀ ਦਿੱਤਾ। ਸਹੀ ਹੈ, ਅਤੇ ਅਸੀਂ ਵੀ ਐਂਡ 'ਤੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਹੀ ਮੁੰਡਿਆਂ ਨੂੰ ਸਪੋਰਟ ਕਰੋ, ਮੈਂ ਕਈ ਰੀਲਾਂ 'ਤੇ ਵੇਖਦਾ ਨਾ, ਐਵੇਂ ਗੋਡਿਆਂ ਨੂੰ ਪੈਰੀ ਹੱਥ ਲਾਉਂਦੇ ਰਹਿੰਦੇ ਨੇ, ਇੱਕ ਰੀਲ ਬੜੀ ਵਾਇਰਲ ਹੋ ਰਹੀ, ਇੱਕ ਮੁੰਡਾ ਉਹਦੇ ਬੰਦੇ ਨਾ ਪੈਰੀ ਹੱਥ ਲਾਈ ਜਾ ਰਹੇ ਨੇ, ਇਨਫਲੂਐਂਸਰ, ਚਲੋ ਕੀ ਨਾਂ ਲੈਣਾ ਉਹਦਾ, ਅਤੇ ਇੱਦਾਂ ਦੇ ਮੁੰਡਿਆਂ ਨੂੰ ਇਨਫਲੂਐਂਸਰ ਬਣਾਇਆ ਜਿਨ੍ਹਾਂ 'ਚ ਕੋਈ ਨਾ ਮੂੰਹ ਨਾ ਮੱਥਾ। ਚਲੋ ਹਾਂ, ਚਲੋ ਠੀਕ ਹੈ ਕੈਂਬੀ ਵੀਰੇ, ਅੰਮ੍ਰਿਤ ਵੀਰੇ, ਸਤਿ ਸ਼੍ਰੀ ਅਕਾਲ, ਅਤੇ ਫਿਰ ਮਿਲਦੇ ਆਪਾਂ ਅਗਲੇ ਪੋਡਕਾਸਟ 'ਚ, ਹੈਂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲੈ ਵੀ ਕੈਂਬੀ ਵੀਰੇ ਸਹੀ ਹੋ ਗਿਆ, ਦਾਨਿਆ ਜੀ ਬਹੁਤ ਘੈਂਟ ਹੈ ਕੰਮ।